ਤੇ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਨਿਊਜ਼ 18 ਪੰਜਾਬ ਨੇ ਪੰਜਾਬ ਦੀ ਹਰ ਸੀਟ ਦੇ ਉੱਤੇ ਪਹੁੰਚ ਕੇ ਉੱਥੇ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਦਾ ਮਿਜ਼ਾਜ਼ ਕੀ ਹੈ ਤੇ ਲੋਕ ਸਭਾ ਚੋਣਾਂ ਦੇ ਵਿਚਾਲੇ ਕਿਸ ਪਾਰਟੀ ਦੇ ਪੱਖ ਦੇ ਵਿੱਚ ਜਾਂ ਕਿਸ ਦੇ ਖਿਲਾਫ ਹਵਾ ਹੈਗੀ ਹੈ। ਖੈਰ ਇਹ ਸਭ ਕੁਝ ਸਾਨੂੰ 4 ਜੂਨ ਨੂੰ ਪਤਾ ਲੱਗੇਗਾ, ਪਰ ਕਿਉਂਕਿ ਚੋਣ ਪ੍ਰਚਾਰ ਦੇ ਹੁਣ ਕੁਝ ਘੰਟੇ ਹੀ ਬਾਕੀ ਨੇ ਤੇ ਇਸ ਵਿਚਾਲੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੀ ਇਸ ਵਾਰ ਦੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਲੁਧਿਆਣਾ ਸੀਟ ਦੇ ਉੱਤੇ। ਦੇਖੋ ਲੁਧਿਆਣਾ ਨੂੰ ਲੈ ਕੇ ਬੜੇ ਇਸ ਵਾਰ ਚਰਚਾ ਤੇ ਡਾਇਲੋਗ ਚੱਲ ਰਹੇ ਨੇ। ਮੈਂ ਸ਼ੁਰੂਆਤ ਕਰਦਾ, ਕਹਿੰਦੇ ਇਸ ਵਾਰ ਲੁਧਿਆਣਾ ਦੇ ਉੱਤੇ ਬੜੀਆਂ ਨਜ਼ਰਾਂ ਨੇ, ਵੜਿੰਗ, ਬਿੱਟੂ, ਢਿੱਲੋਂ ਜਾਂ ਫਿਰ ਪੱਪੀ, ਇਸ ਵਾਰ ਲੁਧਿਆਣਾ ਦੇ ਵੋਟਰ ਕਿਸ ਨੂੰ ਪਾਉਣਗੇ ਜੱਫੀ, ਇਹ ਵੱਡਾ ਸਵਾਲ ਹੈ, ਦੇਖਣਾ ਹੋਏਗਾ। ਸ਼ੁਰੂਆਤ ਕਰਦੇ ਹਾਂ ਔਰ ਇੱਕ ਤਾੜੀਆਂ ਦੇ ਨਾਲ ਲੁਧਿਆਣਾ ਵਾਸੀ ਸਾਡੇ ਨਾਲ ਬਹੁਤ ਸਾਰੇ ਜੁੜੇ ਹੋਏ ਨੇ। ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਰਹਿਣਗੇ। ਬਿਲਕੁਲ, ਲੁਧਿਆਣਾ ਪਹੁੰਚਿਆ ਸੀ ਆਖਰੀ ਗੇੜ ਦੇ ਵਿੱਚ, ਇਹ ਆਖਰੀ ਗੇੜ ਹੈ, 12 ਕੰਸਟੀਚੁਐਂਸੀਜ਼ ਅਸੀਂ ਕਵਰ ਕਰ ਚੁੱਕੇ ਹਾਂ, 13ਵੀਂ ਹੈ, ਹੌਟ ਸੀਟ ਹੈ, ਇੰਡਸਟਰੀ ਦਾ ਹੱਬ ਲੁਧਿਆਣਾ ਨੂੰ ਕਿਹਾ ਜਾਂਦਾ ਹੈ, ਕੰਪੈਰੀਜ਼ਨ ਗੁਰੂਗ੍ਰਾਮ ਦੇ ਨਾਲ ਹੁੰਦਾ ਹੈ, ਪਰ ਪਿਛਲੇ ਸਮੇਂ 'ਚ ਲੁਧਿਆਣਾ ਬਹੁਤ ਪਛੜ ਗਿਆ। ਜੋ ਇਸ਼ੂ ਸੀ ਅੱਜ ਵੀ ਉਵੇਂ ਹੀ ਬਰਕਰਾਰ ਨੇ, ਇੰਡਸਟਰੀ ਜਿਹੜੀ ਹੈ ਉਹ ਅੱਜ ਵੀ ਸਹਾਰਾ ਮੰਗ ਰਹੀ ਹੈ, ਸਟੇਟ ਗੌਰਮੈਂਟ ਜਾਂ ਕੇਂਦਰ ਸਰਕਾਰ, ਸਹਾਰਾ ਕੌਣ ਦਿੰਦਾ, ਇਸ ਨੂੰ ਲੈ ਕੇ ਬੜੇ ਸਾਰੇ ਸਵਾਲ ਨੇ। ਅੱਜ ਉਸੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ, ਗੱਲਬਾਤ ਕਰਾਂਗੇ ਲੁਧਿਆਣਾ ਦੀ ਜਨਤਾ ਦੇ ਨਾਲ, ਨੁਮਾਇੰਦੇ ਸਾਰੀਆਂ ਪਾਰਟੀਆਂ ਦੇ ਸਾਡੇ ਨਾਲ ਪਹੁੰਚੇ ਨੇ। ਮੁਕਾਬਲਾ ਕਿਉਂਕਿ ਪਹਿਲੀ ਵਾਰ ਹੈ, 4 ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਔਰ ਚਾਰੇ ਆਪੋ ਆਪਣੇ ਦਾਅਵੇ ਠੋਕ ਰਹੀਆਂ ਨੇ, ਸੋ ਕਿਸ ਦੇ ਪੱਖ ਦੇ ਵਿੱਚ ਜਨਤਾ ਦਾ ਫਤਵਾ ਜਾਂਦਾ ਇਹ ਦੇਖਣਾ ਹੋਏਗਾ। ਪਰ ਸਾਡੀ ਕੋਸ਼ਿਸ਼ ਸਿਰਫ ਇੰਨੀ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਛੂਹ ਸਕੀਏ, ਜਨਤਾ ਦੀ ਨਬਜ਼ ਨੂੰ ਟਟੋਲ ਸਕੀਏ, ਕੀ ਉਸ ਦੇ ਵਿੱਚੋਂ ਨਿਕਲ ਕੇ ਆਉਂਦਾ, ਕਿਹੜੇ ਮੁੱਦੇ ਨੇ ਜਿਹੜੇ ਇੱਥੋਂ ਦੀ ਸਿਆਸੀ ਫਿਜ਼ਾ ਨੂੰ ਪ੍ਰਭਾਵਿਤ ਕਰਦੇ ਨੇ। ਗੌਰਵ, ਬਿਲਕੁਲ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਆਮ ਆਦਮੀ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ ਜਸਵੰਤ ਸਿੰਘ ਗਿੱਲ ਜੀ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ, ਤਾੜੀਆਂ ਜ਼ਰੂਰ ਮਾਰ ਦਿਓ ਇੱਕ ਵਾਰੀ, ਕਿਸੇ ਵੀ ਪਾਰਟੀ ਨੂੰ ਤੁਸੀਂ ਰਿਪ੍ਰੈਜ਼ੈਂਟ ਕਰੋ ਪਰ ਤਾੜੀਆਂ ਸਭ ਦੇ ਲਈ ਮਾਰ ਦਿਓ। ਸਾਡੇ ਨਾਲ ਕਮਲਜੀਤ ਸਿੰਘ ਸੋਈ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪ੍ਰੈਜ਼ੈਂਟ ਕਰਨਗੇ। ਸੋਈ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕੰਵਰ ਹਰਪ੍ਰੀਤ ਸਿੰਘ ਜੀ ਜੁੜ ਰਹੇ ਨੇ, ਕਾਂਗਰਸ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ। ਕੰਵਰ ਜੀ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਹਰੀਸ਼ ਰਾਏ ਟਾਂਡਾ ਜੀ ਜੁੜ ਰਹੇ ਨੇ, ਟਾਂਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਇੱਕ ਵਾਰ ਸਵਾਗਤ ਦੇ ਵਿੱਚ ਜ਼ਰੂਰ ਤਾੜੀਆਂ ਤੁਸੀਂ ਮਾਰ ਦਿਓ। ਆਪਾਂ ਸ਼ੁਰੂਆਤ ਕਰਦੇ ਹਾਂ, ਮੈਂ ਸ਼ੁਰੂਆਤ ਤੋਂ ਪਹਿਲਾਂ ਇੱਕ ਜ਼ਿਕਰ ਕਰਾਂ। ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ 2012 ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਇੱਕ ਵਾਰੀ ਇੱਕ ਪਾਰਟੀ, ਦੂਜੀ ਵਾਰੀ ਇੱਕ ਪਾਰਟੀ, ਲੁਧਿਆਣਾ ਦੇ ਵਿੱਚ ਵੀ ਕੁਝ ਇਸ ਤਰੀਕੇ ਨਾਲ ਹੁੰਦਾ ਹੋਇਆ ਨਜ਼ਰ ਆਇਆ। ਪਰ ਲੁਧਿਆਣਾ ਦੇ ਵਿੱਚ ਜਦੋਂ ਐਂਟਰੀ ਹੁੰਦੀ ਹੈ ਮਨੀਸ਼ ਤਿਵਾੜੀ ਦੀ, ਤਾਂ ਉਸ ਤੋਂ ਬਾਅਦ ਲਗਾਤਾਰ 3 ਵਾਰ ਇੱਥੇ ਕਾਂਗਰਸ ਜਿੱਤਣ ਦੇ ਵਿੱਚ ਕਾਮਯਾਬ ਰਹੀ, ਪਹਿਲਾਂ ਮਨੀਸ਼ ਤਿਵਾੜੀ ਤੇ ਉਸ ਤੋਂ ਬਾਅਦ ਰਵਨੀਤ ਬਿੱਟੂ। ਇਸ ਵਾਰ ਸਮੀਕਰਨ ਬਦਲੇ ਕਿਉਂਕਿ ਰਵਨੀਤ ਬਿੱਟੂ ਬੀਜੇਪੀ ਵਾਲੇ ਪਾਸੇ ਚਲੇ ਗਏ ਤੇ ਉਹਨਾਂ ਨੂੰ ਟਿਕਟ ਵੀ ਮਿਲ ਚੁੱਕੀ ਹੈ। ਵਿਜੇ, ਬਿਲਕੁਲ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਹੀ ਕਰ ਲੈਂਦੇ ਹਾਂ, ਜਿਵੇਂ ਗੌਰਵ ਨੇ ਜ਼ਿਕਰ ਕੀਤਾ, ਹਰਪ੍ਰੀਤ ਜੀ, ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ ਔਰ ਐਤਕੀ ਕਹਿੰਦੇ ਘਰ ਦਾ ਬੰਦਾ ਹੀ ਸਾਹਮਣੇ ਆ ਕੇ ਖੜਾ ਹੋ ਗਿਆ ਕਿ ਤਾਲ ਠੋਕਣੀ ਹੈ, ਪਰ ਦੂਜੀ ਪਾਰਟੀ, ਦੇਖੋ ਘਰ ਦਾ ਬੰਦਾ ਬਿਲਕੁਲ ਸੀ, ਅੱਜ ਨਹੀਂ ਹੈ, ਕੋਈ ਗੱਲ ਨਹੀਂ, ਲੇਕਿਨ ਮੈਂ ਕਮੀਆਂ ਰਹੀਆਂ ਹੋਣਗੀਆਂ, ਮੈਂ ਬਿਲਕੁਲ ਮੈਂ ਉਸੇ ਦਾ ਜ਼ਿਕਰ ਕਰਨ ਜਾ ਰਿਹਾ ਸੀਗਾ। ਰਵਨੀਤ ਬਿੱਟੂ ਜੀ ਨੇ 10 ਸਾਲ ਰੀਪ੍ਰੈਜ਼ੈਂਟ ਕੀਤਾ ਲੁਧਿਆਣੇ ਨੂੰ, ਕਾਂਗਰਸ ਪਾਰਟੀ ਨੇ ਹੱਥਾਂ 'ਤੇ ਚੱਕ ਕੇ ਸਰਦਾਰ ਬੇਅੰਤ ਸਿੰਘ ਦੇ ਨਾਂ 'ਤੇ, ਕਾਂਗਰਸ ਪਾਰਟੀ ਨੇ ਬਲਕਿ ਲੁਧਿਆਣੇ ਨੇ ਉਹਨਾਂ ਨੂੰ 2 ਵਾਰ ਜਿਤਾਇਆ ਬੜੀ ਸ਼ਾਨੋ ਸ਼ੌਕਤ ਨਾਲ, ਲੇਕਿਨ ਲੋਕਾਂ ਦੀਆਂ ਆਸਾਂ 'ਤੇ ਪੂਰੇ ਨਹੀਂ ਉਤਰ ਸਕੇ। ਅਫਸੋਸ, ਅੱਜ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਕੁਝ ਨਜ਼ਰ ਆਇਆ ਹੋਣਾ, ਲੇਕਿਨ 10 ਸਾਲ ਦੀ ਮੈਂ ਸਮਝਦਾ ਕਿ ਬਿੱਟੂ ਜੀ ਦੀ ਐਂਟੀ ਇਨਕੰਬੈਂਸੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਗੱਲ ਪਾਈ ਹੈ, ਕਿਉਂਕਿ ਮੈਂ ਤੁਹਾਨੂੰ ਸਪਸ਼ਟ ਕਰ ਰਿਹਾ ਕਿ ਬਿੱਟੂ ਜੀ ਨੂੰ ਟਿਕਟ ਵੱਲੋਂ ਕਾਂਗਰਸ ਪਾਰਟੀ ਹਾਈਕਮਾਨ ਵੱਲੋਂ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜੋ ਗਰਾਊਂਡ ਰਿਪੋਰਟਸ ਸੀਗੀਆਂ ਬਿੱਟੂ ਜੀ ਦੀਆਂ, ਬਿੱਟੂ ਜੀ ਦੀ ਕਾਰਗੁਜ਼ਾਰੀ ਦੀਆਂ, ਤੁਸੀਂ
ਬੈਠੇ ਲੁਧਿਆਣਾ ਨਿਵਾਸੀ ਪੁੱਛ ਸਕਦੇ ਹੋ, ਤੁਸੀਂ ਲੋਕਾਂ ਤੋਂ ਜਾਓ ਪੁੱਛੋ ਪਤਾ ਲੱਗੇਗਾ। ਸੋ ਉਸ ਕਾਰਗੁਜ਼ਾਰੀ ਜਿਹੜੀ ਨਿਲ ਕਾਰਗੁਜ਼ਾਰੀ ਰਹੀ ਹੈ, ਨਖਿੱਤ ਕਾਰਗੁਜ਼ਾਰੀ ਰਹੀ ਹੈ, ਉਸਦੇ ਕਰਕੇ ਇਹਨਾਂ ਨੂੰ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੇਰੀ ਸ਼ਾਇਦ ਸਿਆਸੀ ਸਫ਼ਰ ਜਿਹੜਾ ਹੁਣ ਮੋੜ ਕੱਟਦਾ ਬੀਜੇਪੀ ਵੱਲ। ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਉਹ ਪਹੁੰਚ ਗਏ। ਸਰਦਾਰ ਬੇਅੰਤ ਸਿੰਘ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਪਰਦਾਇਕ ਤਾਕਤਾਂ ਦੇ ਖਿਲਾਫ਼ ਲੜਾਈ ਲੜੀ, ਉਹਨਾਂ ਦੀ ਸੋਚ ਨੂੰ ਤਾਕ 'ਤੇ ਰੱਖ ਕੇ, ਉਹਨਾਂ ਦੀ ਸੋਚ ਨੂੰ ਜਿੱਥੇ ਦੁਰਾਹੇ ਉਹਨਾਂ ਦਾ ਬੁੱਤ ਲੱਗਿਆ ਉਹਦੇ ਕੋਲ ਛੱਡ ਕੇ, ਅਤੇ ਉਹ ਦਿੱਲੀ ਵੱਲ ਨੂੰ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਬਹਿਣ ਚਲੇ ਗਏ, ਉਹਨਾਂ ਨੂੰ ਠੀਕ ਲੱਗਿਆ। ਲੇਕਿਨ ਉਹਨਾਂ ਦੇ ਜਾਣ ਦਾ ਕਾਰਨ ਜਿਹੜਾ ਤੁਸੀਂ ਆਪਣੇ ਕਿਹਾ ਵੀ ਆਪਣਾ ਸਾਹਮਣੇ ਹੈ, ਉਹ ਕਾਰਨ ਇਹ ਸੀ ਕਿ ਉਹਨਾਂ ਦੀ ਟਿਕਟ ਜਿਹੜੀ ਹੈ ਉਹ ਪਹਿਲਾਂ ਤੋਂ ਕੱਟ ਦਿੱਤੀ ਗਈ ਸੀ। ਨਹੀਂ ਪਰ ਲੁਧਿਆਣਾ ਦੇ ਵਿੱਚ ਕੋਈ ਹੋਰ ਪਾਰਟੀ ਨੂੰ ਉਸ ਤੋਂ ਬਾਅਦ ਸੈਕਿੰਡ ਚਿਹਰਾ ਨਹੀਂ ਲੱਭਿਆ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਨੂੰ ਲਿਆ ਕੇ ਲੁਧਿਆਣੇ ਤੋਂ ਲੜਾਉਣਾ ਪਿਆ ਜਿਹੜੇ ਬਠਿੰਡੇ ਤੋਂ ਦਾਅਵੇਦਾਰ ਸੀ? ਨਹੀਂ, ਇੱਦਾਂ ਨਹੀਂ ਆਪਾਂ ਕਹਿ ਸਕਦੇ। ਮੈਂ ਦੱਸਦਾ ਬਿਲਕੁਲ, ਕਾਂਗਰਸ ਪਾਰਟੀ ਤਾਂ ਤੁਹਾਨੂੰ ਪਤਾ ਇਸ ਗੱਲ ਦਾ ਕਿ ਲੀਡਰਾਂ ਦੀ ਫੈਕਟਰੀ ਹੈ। ਕਾਂਗਰਸ ਪਾਰਟੀ 'ਚੋਂ ਲੀਡਰ ਜਿਹੜੇ ਹੈ ਉਹ ਪੈਦਾ ਹੋ ਕੇ ਅਤੇ ਵੱਖਰੀਆਂ ਵੱਖਰੀਆਂ ਪਾਰਟੀਆਂ 'ਚ ਕੋਈ ਅੱਜ ਨੁਮਾਇੰਦਗੀ ਕਰ ਰਹੇ ਹੈ। ਕਾਂਗਰਸ ਪਾਰਟੀ ਕੋਲ ਲੀਡਰਾਂ ਦੀ ਕੋਈ ਕਮੀ ਨਹੀਂ ਹੈ। ਜਾਂ ਬਿੱਟੂ ਨੂੰ ਹਰਾਉਣਾ ਪ੍ਰੈਸਟੀਜ ਇਸ਼ੂ ਬਣਾ ਲਿਆ ਮੈਂ ਇਸ ਤਰੀਕੇ ਨਾਲ? ਲੈਟ ਮੀ ਕੰਪਲੀਟ ਮਾਈ ਸੈਲਫ ਸਰ। ਦੇਖੋ, ਪੰਜਾਬ ਦਾ ਪ੍ਰਧਾਨ ਕਦੇ ਬਾਰੀ ਨਹੀਂ ਹੁੰਦਾ, ਮੈਂ ਤੁਹਾਨੂੰ ਸਪਸ਼ਟ ਕਰ ਦਿਆਂ। ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹ ਤਾਂ ਪੰਜਾਬ ਦਾ ਪ੍ਰਧਾਨ ਹੈ, ਇਕੱਲੇ ਲੁਧਿਆਣੇ ਦਾ, ਇਕੱਲੇ ਬਠਿੰਡੇ ਗਿੱਦੜਬੇ ਦਾ ਪ੍ਰਧਾਨ ਥੋੜ੍ਹੀ ਹੈ। ਸੋ ਇਸ ਕਰਕੇ ਉਹ ਕਿਤੋਂ ਵੀ ਲੜ ਸਕਦਾ, ਔਰ ਤੁਹਾਨੂੰ ਇਸ ਗੱਲ ਦਾ ਪਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਲ੍ਹਾ ਰਾਏਪੁਰ ਤੋਂ ਇਲੈਕਸ਼ਨ ਲੜੀ ਸੀ, ਸਰਦਾਰ ਬੇਅੰਤ ਸਿੰਘ ਨੇ ਜਲੰਧਰ ਛਾਉਣੀ ਤੋਂ ਲੜੀ ਸੀ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆਪ ਵਾਰਾਣਸੀ ਤੋਂ ਆਪਣਾ ਸਟੇਟ ਛੱਡ ਕੇ ਵਾਰਾਣਸੀ ਇਲੈਕਸ਼ਨ। ਮੈਂ ਗਲਤ ਨਹੀਂ ਕਹਿੰਦਾ, ਇਹ ਹੈ ਇਹ ਪੰਜਾਬ ਜਿਹੜਾ ਪ੍ਰੈਸੀਡੈਂਟ ਹੁੰਦਾ, ਚਾਹੇ ਉਹ ਨੈਸ਼ਨਲ ਪ੍ਰੈਸੀਡੈਂਟ ਹੈ ਚਾਹੇ ਸਟੇਟ ਪ੍ਰੈਸੀਡੈਂਟ ਹੈ, ਉਹ ਇੱਕ ਪੂਰੇ ਸਟੇਟ ਜਾਂ ਪੂਰੇ ਨੇਸ਼ਨ ਦਾ ਪ੍ਰੈਸੀਡੈਂਟ ਹੁੰਦਾ, ਇਸ ਕਰਕੇ ਉਹਨੂੰ ਬਾਹਰ ਹੀ ਨਹੀਂ ਕਰਦਾ। ਬੀਜੇਪੀ ਚਲੋ, ਬੀਜੇਪੀ ਵਾਲਾ ਰੁੱਖ ਕਰ ਲੈਂਦੇ। ਦੇਖੋ, ਅਸੀਂ ਜਲੰਧਰ ਦੇ ਵਿੱਚ ਸੀ, ਉੱਥੇ ਵੀ ਦਲ ਬਦਲੀ ਦਾ ਬਹੁਤ ਜ਼ਿਕਰ ਹੋ ਰਿਹਾ ਸੀ। ਸੋਈ ਸਾਹਿਬ, ਇੱਥੇ ਵੀ ਸ਼ੁਰੂਆਤ ਉੱਥੇ ਹੀ ਹੋਈ ਹੈ, ਕਹਿੰਦੇ ਉੱਧਰ ਟਿਕਟ ਮਿਲਣੀ ਨਹੀਂ ਸੀ, ਇੱਧਰ ਤੁਸੀਂ ਸੱਦ ਲਿਆ, ਟਿਕਟ ਦੇ ਦਿੱਤੀ, ਐਂਟਿੰਗ ਮੈਂਸੀ ਆਪਣੇ ਸਿਰ ਪਾ ਲਈ। ਦੇਖੋ ਮੇਰੇ ਭਰਾ ਨੇ ਨਾ ਪਹਿਲਾਂ ਤੇ ਆਪਣੀ ਨਾਕਾਮੀ ਮੰਨ ਲਈ ਹੈ ਕਿ ਪਿਛਲੇ 10 ਸਾਲ 'ਚ ਕਾਂਗਰਸ ਨੇ ਲੁਧਿਆਣੇ ਵਾਸਤੇ ਕੀਤਾ ਹੀ ਕੱਖ ਨਹੀਂ। ਇੱਕ ਜਿਹੜੀ ਪਾਰਟੀ ਦੀ ਆਈਡੀਓਲੋਜੀ ਹੁੰਦੀ ਹੈ ਉਹ ਗਰਾਊਂਡ 'ਤੇ ਪ੍ਰਗਟ ਹੁੰਦੀ ਹੈ ਵੀ ਗਰਾਊਂਡ ਦੇ ਵਿੱਚ ਤੁਸੀਂ ਕਿੱਦਾਂ ਦੀ ਪਰਫਾਰਮੈਂਸ ਕਰਨੀ ਹੈ, ਕਿਉਂਕਿ ਕਾਂਗਰਸ ਤਾਂ ਸ਼ੁਰੂ ਤੋਂ ਹੀ ਨੋ ਪਰਫਾਰਮੈਂਸ ਰਹੀ ਹੈ। ਇਹਨਾਂ ਦਾ ਨਾਂ ਹੀ ਰਿਹਾ ਕਾਂਗਰਸ ਦਾ ਮਤਲਬ ਹੁੰਦਾ ਸੀ ਕਰਪਸ਼ਨ ਕਰਪਸ਼ਨ ਕਰਪਸ਼ਨ। ਜਦੋਂ ਕਾਂਗਰਸ ਦੀ ਆਈਡੀਓਲੋਜੀ ਇੱਦਾਂ ਦੀ ਰਹੀ ਹੈ ਤੇ ਕਾਂਗਰਸ ਦੇ ਵਿੱਚ ਜਿਹੜਾ ਬੰਦਾ ਵੀ ਆਉਂਦਾ ਉਹਨੂੰ ਲੱਗਦਾ ਕਿ ਉਹ ਪਰਫਾਰਮੈਂਸ ਕਰ ਹੀ ਨਹੀਂ ਸਕਦਾ। ਜਦੋਂ ਬਿੱਟੂ ਜੀ ਨਾਲ ਗੱਲ ਕੀਤੀ ਤੇ ਬਿੱਟੂ ਜੀ ਕਹਿੰਦੇ ਵੀ ਕਾਂਗਰਸ ਇੱਦਾਂ ਦੀ ਪਾਰਟੀ ਹੈ, ਕੀ ਹੋਇਆ ਕਿ ਜਦੋਂ ਰਾਮ ਮੰਦਿਰ 550 ਸਾਲਾਂ ਤੋਂ ਬਾਅਦ ਜਦੋਂ ਅਰਦਾਸ ਸਾਡੀ ਸੁਣੀ ਗਈ, ਜਦੋਂ ਹਿੰਦੂ ਸਮਾਜ ਦੀ 140 ਕਰੋੜ ਦੇਸ਼ ਦੇ ਵਿੱਚ ਜਿੱਥੇ 125 ਕਰੋੜ ਹਿੰਦੂ ਹੈ ਉਹਨਾਂ ਦੀ ਅਰਦਾਸ ਸੀ ਕਿ ਰਾਮ ਲੱਲਾ ਨੂੰ ਉੱਥੇ ਸਥਾਪਿਤ ਕੀਤਾ ਜਾਏ ਜਿੱਥੇ ਰਾਮ ਲੱਲਾ ਬਿਲੋਂਗ ਕਰਦੇ ਨੇ। ਉਦੋਂ ਕਾਂਗਰਸ ਪਾਰਟੀ ਨੂੰ ਜਦੋਂ ਭੇਜਿਆ ਗਿਆ ਸੱਦਾ ਤੇ ਕਾਂਗਰਸ ਪਾਰਟੀ ਨੇ ਉਹ ਰਾਮ ਲੱਲਾ ਦੀ ਸਥਾਪਨਾ ਦੇ ਵਿੱਚ ਆਉਣ ਤੋਂ ਮਨਾ ਕਰ ਦਿੱਤਾ। ਇਹੀ ਵਜ੍ਹਾ ਰਹੀ ਕਿ ਬਿੱਟੂ ਜੀ ਤੁਹਾਡੇ ਵਾਲੇ ਪਾਸੇ ਆ। ਜਦੋਂ ਬਿੱਟੂ ਜੀ ਨੇ ਕਿਹਾ ਕਿ ਦੇਖੋ ਜਿਹੜੇ ਰਾਮ ਦੇ ਨਹੀਂ ਹੋ ਸਕਦੇ ਉਹ ਮੇਰੇ ਕਿੱਦਾਂ ਹੋਣਗੇ, ਦੇਖੋ ਜਿਹੜਾ ਰਾਮ ਦਾ ਨਹੀਂ ਹੋ ਸਕਦਾ ਅੱਜ ਵਰਲਡ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਹ ਬਿੱਟੂ ਜੀ ਦਾ ਜਾਂ ਲੁਧਿਆਣੇ ਦਾ ਕਿੱਦਾਂ ਹੋਏਗਾ। ਇਸ ਕਰਕੇ ਬਿੱਟੂ ਨੇ ਜਾਂ ਬਿੱਟੂ ਜੀ ਨੇ ਸਾਡੀ ਆਈਡੀਓਲੋਜੀ ਐਕਸੈਪਟ ਕੀਤੀ। ਜਦੋਂ ਬਿੱਟੂ ਜੀ ਨੂੰ ਲੱਗਿਆ ਕਿ ਆਹ ਪਾਰਟੀ ਹੈ ਹਮ ਉਨਕੋ ਲਾਏਂਗੇ ਜੋ ਰਾਮ ਕੋ ਲਾਏ ਹੈ, ਇਸ ਕਰਕੇ ਬਿੱਟੂ ਜੀ ਨੇ ਸਾਨੂੰ ਜੁਆਇਨ ਕੀਤਾ। ਤੇ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਕਿ ਇੱਕ ਆਈਡੀਓਲੋਜੀ ਹੁੰਦੀ ਹੈ, ਇਸ ਕਰ ਪਾਰਟੀਆਂ ਜਿਹੜੀਆਂ ਹੁੰਦੀਆਂ ਨਾ ਆਪਣੀ ਸੋਚ ਦੇ ਮੁਤਾਬਿਕ ਜਾਣੀਆਂ ਜਾਂਦੀਆਂ ਨੇ। ਇੱਕ ਸੋਚ ਹੁੰਦੀ ਹੈ ਕੰਸਟਰਕਟਿਵ, ਇੱਕ ਸੋਚ ਹੁੰਦੀ ਹੈ ਡਿਸਟਰਕਟਿਵ। ਕਾਂਗਰਸ ਦੀ ਸੋਚ ਹਮੇਸ਼ਾ ਤੋਂ ਹੀ ਦੇਸ਼ ਦੇ ਪ੍ਰਤੀ ਡਿਸਟਰਕਟਿਵ ਰਹੀ ਹੈ, ਡਿਵਾਈਡ ਐਂਡ ਰੂਲ ਵਾਲੀ ਰਹੀ ਹੈ। ਤੇ ਬੀਜੇਪੀ ਨੇ ਹਮੇਸ਼ਾ ਹੀ ਹਿੰਦੁਸਤਾਨ ਨੂੰ ਚਾਹੇ ਉਹ ਸਿੱਖ ਸਮਾਜ ਹੋਵੇ, ਚਾਹੇ ਹਿੰਦੂ ਸਮਾਜ ਹੋਵੇ, ਚਾਹੇ ਜਿਹੜਾ ਮਰਜ਼ੀ ਸਮਾਜ ਹੋਵੇ, ਉਹਨੂੰ ਜੋੜਿਆ। ਚਲੋ ਇੱਕ ਰਿਐਕਸ਼ਨ ਲਈ ਆ,
ਨਹੀਂ ਮੇਰੀ ਲਾਸਟ ਗੱਲ ਕਰ ਲੈਂਦੇ ਹੋ, ਇਸ ਕਰਕੇ ਜੋ ਬਿੱਟੂ ਜੀ ਨੂੰ ਲੱਗਿਆ ਕਿ ਜਿਹੜੇ ਰਾਮ ਦੇ ਨਹੀਂ ਹੋਏ ਉਹ ਮੇਰੇ ਕਿੱਦਾਂ ਹੋਣਗੇ, ਜੈ ਸ਼੍ਰੀ ਰਾਮ। ਇਸ ਕਰਕੇ ਬਿੱਟੂ ਜੀ ਸਾਡੇ ਨਾਲ ਜੁਆਇਨ ਕੀਤੇ ਤੇ ਹੁਣ ਆਹ ਜਿਹੜਾ ਲੁਧਿਆਣਾ ਸਾਰਾ ਆਹ ਰਾਮੇ ਹੋ ਗਿਆ, ਤੇ ਤੁਸੀਂ ਦੇਖੋਗੇ 4 ਤਰੀਕ ਨੂੰ ਕਿ ਬਿੱਟੂ ਕਿੰਨੀ ਵੱਡੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਰਾਮ ਮੰਦਿਰ ਦੀ ਜਿਹੜੀ ਆਸਥਾ ਉਹਦੇ 'ਚ ਜਿਹੜੀ ਕਾਂਗਰਸ ਨੇ ਨਿਰਾਦਰ ਕੀਤਾ ਸੀਗਾ ਉਹਦਾ ਜਵਾਬ ਲੁਧਿਆਣਾ ਦੇ ਵਾਸੀ ਦੇਣਗੇ। ਚਲੋ ਠੀਕ ਹੈ, ਗੱਲ ਕਿਉਂਕਿ ਟਾਂਡਾ ਸਾਹਿਬ ਕੈਂਡੀਡੇਟਸ ਤੋਂ ਸ਼ੁਰੂ ਕੀਤੀ ਹੈ ਆਪਾਂ, ਅਕਾਲੀ ਦਲ ਦਾ ਲੰਮਾ ਸਮਾਂ ਸਾਥ ਰਿਹਾ ਜਿਹੜੀਆਂ ਗੱਲਾਂ ਸੋਈ ਸਾਹਿਬ ਕਰ ਰਹੇ ਨੇ। ਅਕਾਲੀ ਦਲ ਹਮੇਸ਼ਾ ਇੱਕੋ ਚੀਜ਼ ਦਾ ਦਾਅਵਾ ਕਰਦਾ ਰਿਹਾ ਕਿ ਸਾਡਾ ਅਲਾਇੰਸ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਲੈ ਕੇ ਸੀ, ਪਰ ਅੱਜ ਗੱਲ ਫਿਰ ਉੱਥੇ ਹੀ ਆ ਕੇ ਖੜੀ ਹੈ ਧਰਮ ਦੀ ਸਿਆਸਤ। ਚਾਹੇ ਅਕਾਲੀ ਦਲ 'ਚੋਂ ਵੀ ਆਵਾਜ਼ਾਂ ਉੱਠਦੀਆਂ ਨੇ, ਖਡੂਰ ਸਾਹਿਬ 'ਚ ਬਹੁਤ ਕੁਛ ਹੋ ਰਿਹਾ ਜਾਂ ਹੋਰ ਐਸੀਆਂ ਥਾਵਾਂ ਨੇ, ਅਤੇ ਚਾਹੇ ਬੀਜੇਪੀ ਹੋਵੇ, ਦੋਨੇ ਪਾਸਿਓਂ ਗੱਲ ਉੱਥੇ ਹੀ ਆ ਕੇ ਖੜੀ ਹੋ ਜਾਂਦੀ ਹੈ। ਬਦਕਿਸਮਤ ਹੈ ਕਿ ਲੀਡਰਾਂ ਦੀ ਫੈਕਟਰੀ ਦਾ ਮਾਲ ਨਿਕੰਮਾ, ਚਾਹੇ ਉਹ ਕੈਪਟਨ ਹੋਵੇ ਚਾਹੇ ਉਹ ਬਿੱਟੂ ਹੋਵੇ, ਇਹਨਾਂ ਦਾ ਨਿਕੰਮਾ ਮਾਲ ਆਪ ਐਡਮਿਟ ਕਰਦੇ ਆ ਕਿ 5 ਸਾਲ 'ਚ ਅਸੀਂ ਕੱਖ ਨਹੀਂ ਕੀਤਾ, ਖੇਹ ਨਹੀਂ ਕੀਤੀ। ਫਿਰ ਘਰ ਘਰ ਚੱਲੀ ਗੱਲ, ਉਹ ਲੋਕਾਂ ਨੇ ਪੁੰਛੋਂ ਫੜ ਕੇ ਬਾਹਰ ਮਾਰਿਆ, ਹੁਣ ਉਹਨੂੰ ਫੇਰ ਪਟਾਕੇ ਨੂੰ ਚਲਾਉਣ ਲੱਗੇ ਹਾਂ ਜਲੰਧਰ। ਪਰ ਨੈਸ਼ਨਲ ਪਾਰਟੀ ਤਾਂ ਬਹੁਤ ਵੱਡੀ ਪਾਰਟੀ ਹੈ, ਬੀਜੇਪੀ ਬਹੁਤ ਵੱਡੇ ਲੀਡਰ ਹੈ, ਜੈ ਸ਼੍ਰੀ ਰਾਮ ਬਿਨਾਂ ਕੁਛ ਟੱਕਿਆ ਹੀ ਨਹੀਂ ਇਹਨਾਂ ਨੇ। ਮਾਈ ਗੋਡ, ਇਸ ਹੱਦ 'ਤੇ ਗਿੱਟੇ ਗੋਡਿਆਂ 'ਤੇ ਆ ਗਏ। ਰਾਮ ਸਦੀਆਂ ਤੋਂ ਹੈ, ਰਾਮ ਅੱਜ ਦੇ ਨਹੀਂ ਜਿਹੜੇ ਬਿੱਟੂ ਨੂੰ ਹੁਣ ਨਜ਼ਰ ਆ ਗਏ, ਰਾਮ ਹਮੇਸ਼ਾ ਤੋਂ ਹੈ। ਤੇ ਆ ਇੱਕ ਹੋਰ ਖੜੇ ਆ ਕਿੱਕਲੀ ਵਾਲੇ, ਨੋਨ ਸੀਰੀਅਸ ਕਿੱਕਲੀ, ਨਾ ਲੈਣਾ ਨਾ ਦੇਣਾ। ਇੱਕ ਮੰਤਰੀ ਦੇਖ ਲਿਆ ਕਿਹੜੇ ਕਾਰਨਾਮੇ ਕਰਦਾ ਸੀ, ਇੱਕ ਕਟਾਰੂ ਚੱਕ ਦੇਖ ਲਿਆ, ਇਹ ਪਊਗਾ ਕਿੱਕਲੀ। ਇਹਨੂੰ ਪੁੱਛੋ ਕਿ ਭਾਈ ਹੁਣ ਬੇਅਦਬੀ ਕਿੱਥੇ ਗਈ? ਮਾਨ ਸਾਹਿਬ, ਮਾਨ ਸਾਹਿਬ ਬੋਲੋ, ਜਵਾਬ ਦਿਓ। ਤੁਹਾਡੇ ਉਹਨੇ 60 ਗੁਣਾ ਚਿੱਟਾ ਵਿਕਦਾ, ਤੁਸੀਂ ਵੇਚਦੇ ਹੋ ਚਿੱਟਾ। ਤੁਸੀਂ ਅੱਗੇ ਕਹਿੰਦੇ ਸੀ ਕਿ ਸਰਕਾਰ ਵੇਚਦੀ ਹੈ, ਚਿੱਟਾ ਵੇਚਣ ਵਾਲਾ ਭਗਵੰਤ ਮਾਨ, ਰੇਤਾ ਵੇਚਣ ਵਾਲਾ ਭਗਵੰਤ ਮਾਨ, ਰਿਸ਼ਵਤ ਕਰਨ ਵਾਲਾ ਭਗਵੰਤ ਮਾਨ, 1.5-2 ਲੱਖ ਰੁਪਈਆ ਲੈ ਕੇ ਰਜਿਸਟਰੀਆਂ ਹੁੰਦੀਆਂ, ਇਹ ਇਮਾਨਦਾਰੀ ਦੀ ਗੱਲ ਕਰਦੇ ਹੈ? ਅੱਜ ਉਹ ਲਾਲਾ ਜੀ ਜੇਲ੍ਹ ਦੇ ਅੰਦਰ, ਤੇ ਹੁਣ ਦੇਖੋ ਇਹ ਬੀਜੇਪੀ ਤੇ ਇਹਨਾਂ ਦਾ ਕਿਵੇਂ ਹੈ। ਜਿਹੜੇ 2 ਮਹੀਨੇ ਪੋਲਿਸੀ ਚਲਾਈ ਉਹ ਅੰਦਰ ਹੈ, ਜਿਹੜਾ 2.5 ਸਾਲ ਦਾ ਚਲਾ ਰਿਹਾ, 2000 ਕਰੋੜ ਲਗਾਤਾਰ ਖਾ ਰਿਹਾ ਭਗਵੰਤ ਮਾਨ, ਉਹ ਮੱਗੇ ਕੱਢਦਾ ਫਿਰਦਾ। ਭਾਈ ਬੀਜੇਪੀ ਵਾਲਿਓ, ਭਗਵੰਤ ਨਾਲ ਕੀ ਸਾਂਠ ਗਾਂਠ, ਉਹ ਵੀ ਦੱਸ ਦਿਓ। ਚਲੋ ਜਵਾਬ ਲੈਣੇ ਆ, ਕਾਫੀ ਮੈਂ ਆਮ ਆਦਮੀ ਪਾਰਟੀ ਦਾ ਰੁਖ ਕਰਨਾ ਜਿਲੀ ਜੀ ਸਾਡੇ ਨਾਲ ਜੁੜੇ ਹੋਏ ਨੇ, ਜ਼ਰੂਰੀ ਹੈ। ਦੇਖੋ ਤੁਸੀਂ ਕਿੱਕਲੀ ਵਾਲੇ ਪਾਸੇ ਦਾ ਜਵਾਬ ਦੇਣਾ ਚਾਹੋਗੇ, ਪਰ ਖੁਦ ਨੂੰ ਲੁਧਿਆਣਾ ਦੀ ਇਸ ਜੰਗ ਦੇ ਵਿੱਚ ਬੜੇ ਹੈਵੀ ਵੇਟ ਜ਼ਿਕਰ ਹੋ ਰਿਹਾ ਕਿ ਇੱਕ ਪਾਸੇ ਰਵਨੀਤ ਬਿੱਟੂ ਆ, ਇੱਕ ਪਾਸੇ ਰਾਜਾ ਵੜਿੰਗਾ ਹੈ। ਖੁਦ ਨੂੰ ਇਸ ਪੂਰੀ ਜੰਗ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਦੇਖ ਰਹੀ? ਗੌਰਵ ਜੀ, ਸਾਡਾ ਕੈਂਡੀਡੇਟ ਉਹ ਹੈ ਜੋ ਗਰਾਊਂਡ ਲੈਵਲ ਤੋਂ ਉੱਠ ਕੇ ਅੱਜ ਇੱਥੇ ਤੱਕ ਪਹੁੰਚਿਆ ਔਰ ਲੋਕਾਂ ਦੀਆਂ ਮੁਸ਼ਕਲਾਂ ਜਾਣਦਾ, ਕਿਉਂਕਿ ਉਹਨਾਂ ਦੇ ਵਿੱਚੋਂ ਨਿਕਲ ਕੇ ਆਇਆ, ਨਾ ਕਿ ਪੈਰਾਸ਼ੂਟ ਰਾਹੀਂ ਉਤਾਰਿਆ 180 ਕਿਲੋਮੀਟਰ ਦੂਰੋਂ ਆ ਕੇ। ਨਾ ਉਹ ਕੈਂਡੀਡੇਟ ਆ ਜਿਹੜਾ ਜਿੱਤ ਕੇ ਲੋਕਾਂ ਦੀਆਂ ਮੁਸ਼ਕਲਾਂ ਤੱਕ ਹੀ ਉਹਨਾਂ ਦੇ ਫੋਨ ਤੱਕ ਨਹੀਂ ਸੁਣਦਾ ਸੀਗਾ। ਅਸੀਂ ਉਸ ਕੈਂਡੀਡੇਟ ਨੂੰ ਅੱਗੇ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਸੀ। ਗੌਰਵ ਜੀ, ਰਹੀ ਗੱਲ ਬੀਜੇਪੀ ਦੀ ਤੇ ਕਾਂਗਰਸ ਦੀ, ਕਾਂਗਰਸ ਕਲੇਮ ਕਰ ਰਹੀ ਹੈ ਕਿ 10 ਸਾਲ ਬਿੱਟੂ ਨੇ ਕੁਛ ਨਹੀਂ ਕੀਤਾ ਤੇ ਉਹਨੂੰ ਟਿਕਟ ਨਹੀਂ ਦੇਣੀ ਸੀ, ਉਹਨੂੰ 3 ਵਾਰੀ ਇਹਨਾਂ ਨੇ ਟਿਕਟ ਦੇ ਕੇ ਲੋਕ ਸਭਾ ਦੇ ਵਿੱਚ ਭੇਜਿਆ। ਕੀ ਉਹ 3 ਵਾਰੀ ਨਹੀਂ ਇਹਨਾਂ ਨੂੰ ਪਤਾ ਲੱਗਿਆ ਕਿ ਬਿੱਟੂ ਕੰਮ ਨਹੀਂ ਕਰ ਰਿਹਾ? ਬੀਜੇਪੀ ਅੱਜ ਕਲੇਮ ਕਰ ਰਹੀ ਹੈ ਕਿ ਕਾਂਗਰਸ ਨੇ ਉਹਨੂੰ ਕੰਮ ਨਹੀਂ ਕਰਨ ਦਿੱਤਾ। ਕੀ ਬੀਜੇਪੀ ਦੀ ਇਹ ਪਾਲਿਸੀ ਹੈ ਕਿ ਜਿੱਥੇ ਜਿੱਥੇ ਆਪੋਜੀਸ਼ਨ ਦਾ MP ਆਊਗਾ ਜਾਂ ਆਪੋਜੀਸ਼ਨ ਦੀ ਸਰਕਾਰ ਆਊਗੀ ਉੱਥੇ ਉਹਨੂੰ ਕੰਮ ਨਹੀਂ ਕਰਨ ਦੇਣਾ? ਪੂਰੀ ਡਿਬੇਟ ਸ਼ੁਰੂ ਹੋਈ ਨੂੰ 5 ਮਿੰਟ ਹੋ ਗਏ, ਕਿਸੇ ਨੇ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਗੱਲ ਕੀਤੀ?
ਕਿਸੇ ਨੇ ਚੱਕੀ ਇਹ ਗੱਲ? ਕਿਉਂਕਿ ਇਹਨਾਂ ਕੋਲ ਕਹਿਣ ਨੂੰ ਕੁਛ ਹੈ ਨਹੀਂ। ਬੀਜੇਪੀ ਜਿਹਦੇ ਕੋਲ ਧਰਮ ਦੇ ਨਾਮ ਤੋਂ ਬਿਨਾਂ ਕੁਛ ਹੈ ਨਹੀਂ। ਭਗਵਾਨ ਰਾਮ ਸਾਡੇ ਸਾਰਿਆਂ ਦੇ ਸਾਂਝੇ ਨੇ, ਇਹ ਕੌਣ ਹੁੰਦੇ ਨੇ ਰੱਬ ਦਾ ਘਰ ਬਣਾਉਣ ਵਾਲੇ? ਜੇ ਅੱਜ ਰਾਮ ਮੰਦਿਰ ਅਯੋਧਿਆ ਦੇ ਵਿੱਚ ਸਥਾਪਿਤ ਹੋਇਆ ਤਾਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਹੋਇਆ। ਇਹ ਕਿਵੇਂ ਕਲੇਮ ਕਰ ਸਕਦੇ ਆ? ਜਾਂ ਸੁਪਰੀਮ ਕੋਰਟ ਇਹ ਚਲਾਉਂਦੇ ਨੇ? ਇਹਨਾਂ ਨੂੰ ਸਵਾਲ ਕਰੋ। ਇਹ ਜਦੋਂ ਕਦੇ ਬੀਜੇਪੀ ਦੇ ਉੱਤੇ ਗੱਲ ਆਊਗੀ, ਇਹ ਹਮੇਸ਼ਾ ਨਾਰਾ ਲਾ ਦੇਣਗੇ ਜੈ ਸ਼੍ਰੀ ਰਾਮ। ਧਰਮ ਤੇ ਰਾਜਨੀਤੀ ਕਦੇ ਇਕੱਠੇ ਨਹੀਂ ਚੱਲ ਸਕਦੇ। ਪਰ ਉਹ ਕਹਿੰਦੇ ਕਿ ਅਸੀਂ ਇਨਵਾਈਟ ਕੀਤਾ ਸੀ, ਹਾਲਾਂਕਿ ਮੈਂ ਕਾਂਗਰਸ ਤੋਂ ਰਿਐਕਸ਼ਨ ਲਵਾਂਗਾ। ਉਹ ਕਹਿੰਦੇ ਅਸੀਂ ਇਨਵਾਈਟ ਕੀਤਾ ਸੀ, ਬਿੱਟੂ ਨੇ ਉਹ ਚੀਜ਼ ਸਮਝ ਲਈ, ਉਹ ਗਏ ਨਹੀਂ, ਉੱਥੇ ਨਿਰਾਦਰ ਹੋ ਗਿਆ, ਇਸ ਕਰਕੇ ਬਿੱਟੂ ਸਾਡੇ ਪਾਸੇ ਆ। ਗੌਰਵ ਜੀ, ਮੇਰੇ ਹਿਸਾਬ ਨਾਲ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਰਾਮ ਮੰਦਿਰ ਦੇ ਵਿੱਚ ਪਹੁੰਚੇ ਨੇ। ਇਨਵਾਈਟ ਜੇ ਇਹਨਾਂ ਨੇ ਕੀਤਾ ਸੀ ਤਾਂ ਸਿਰਫ ਮੀਡੀਆ ਨੂੰ ਦਿਖਾਉਣ ਨੂੰ ਕੀਤਾ ਸੀ। ਮੀਡੀਆ ਤੋਂ ਬਿਨਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਨੇ। ਇਹਨਾਂ ਨੂੰ ਇਹ ਵੀ ਪੁੱਛਿਓ ਕਿ ਦੇਸ਼ ਦੇ ਰਾਸ਼ਟਰਪਤੀ ਉੱਥੇ ਕਾਹਤੋਂ ਨਹੀਂ ਇਨਵਾਈਟ ਕੀਤੇ ਸੀ ਇਹਨਾਂ ਨੇ, ਕਿਉਂਕਿ ਉਹ ਐਸੀ ਨੇ। ਇਸ ਕਰਕੇ ਰਹੀ ਗੱਲ ਅਕਾਲੀ ਦਲ ਦੀ, ਅਕਾਲੀ ਦਲ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈ। ਇਹ ਤੀਜੇ ਚੌਥੇ ਦੀ ਫਾਈਟ ਲੜ ਰਹੇ ਨੇ ਬੀਜੇਪੀ ਐਂਡ ਅਕਾਲੀ ਦਲ। ਇਹ ਸਾਡੇ ਦੇ ਉੱਤੇ ਕੁਛ ਨਹੀਂ ਕਰ ਸਕਦੇ। ਅਸੀਂ ਜੋ ਡਿਵੈਲਪਮੈਂਟ ਦੇ ਕੰਮ ਕੀਤੇ ਨੇ, ਅਸੀਂ ਉਹ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ। ਇਹਨਾਂ ਨੂੰ ਪੁੱਛੋ ਇਹਨਾਂ ਕੋਲ ਕੀ ਕੰਮ ਨੇ। ਅਸੀਂ 43,000 ਨੌਕਰੀ ਨੌਜਵਾਨਾਂ ਨੂੰ ਦਿੱਤੀ, ਆਮ ਘਰਾਂ ਦਿਆਂ ਨੂੰ ਬਿਨਾਂ ਪੈਸੇ ਲਏ ਦਿੱਤੀ। ਉਹ ਮਾਈਨਿੰਗ ਨੂੰ ਲੈ ਕੇ ਸਵਾਲ ਪੁੱਛਦੇ ਨੇ, ਛੋਟਾ ਇੱਕ ਮਿੰਟ ਰੱਖਿਓ, ਮੈਂ ਉਸ ਤੋਂ ਬਾਅਦ ਲੁਧਿਆਣਾ ਵਾਸੀਆਂ ਨਾਲ ਵੀ ਗੱਲ ਕਰਾਂ। ਮਾਈਨਿੰਗ ਦੇ ਉੱਤੇ ਵੀ ਪਾਲਿਸੀ ਅੰਡਰਵੇ ਹੈ, ਔਰ ਸਾਰਿਆਂ ਤੋਂ ਵੱਡੀ ਪ੍ਰੋਬਲਮ ਮਾਈਨਿੰਗ ਦੇ ਵਿੱਚ ਕੀ ਆਈ ਸੀ? ਚੰਨੀ ਸਰਕਾਰ ਅਖੀਰਲੇ 3 ਮਹੀਨਿਆਂ ਦੇ ਵਿੱਚ ਜੋ ਕੰਟਰੈਕਟ ਕਰਕੇ ਗਈ ਸੀਗੀ, ਉਹ ਕੰਟਰੈਕਟਸ ਨੇ ਸਾਨੂੰ ਇਹੋ ਜਿਹਾ ਬੰਨ ਕੇ ਰੱਖ ਦਿੱਤਾ ਕਿ ਅਸੀਂ ਮਾਈਨਿੰਗ ਦੇ ਉੱਤੇ ਨਵੀਆਂ ਪਾਲਿਸੀਆਂ ਨਹੀਂ, ਖੱਡਾਂ ਦੀ ਨਿਲਾਮੀ ਨਹੀਂ ਕਰ ਸਕੇ ਸੀਗੇ। ਇਸ ਕਰਕੇ ਮਾਈਨਿੰਗ ਦੀ ਪਾਲਿਸੀ ਲੇਟ ਹੋਈ ਹੈ ਸਾਡੀ। ਠੀਕ ਹੈ, ਚਲੋ, ਮੈਨੂੰ ਲੱਗਦਾ ਥੋੜ੍ਹੀ ਫਰੈਸ਼ ਗੱਲ ਆ ਗਈ। ਤੁਸੀਂ ਕਹਿ ਰਹੇ ਹੋ ਕਿ ਪਾਲਿਸੀ ਇਸ ਤਰੀਕੇ ਦੀ ਬਣਾਈ ਗਈ ਸੀ, ਆਪਾਂ ਲੁਧਿਆਣਾ ਦੇ ਲੋਕਾਂ ਦੇ ਨਾਲ ਗੱਲ ਕਰ ਰਹੀ ਹੈ, ਤੁਸੀਂ ਹੱਥ ਖੜਾ ਕਰ ਲਿਓ, ਅਸੀਂ ਤੁਹਾਡੇ ਕੋਲ ਉੱਥੇ ਪਹੁੰਚ ਜਾਵਾਂਗੇ ਔਰ ਤੁਹਾਡਾ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ। ਜੀ, ਸਾਡੀ ਕੋਸ਼ਿਸ਼ ਇਹ ਜ਼ਿਆਦਾ ਰਹਿੰਦੀ ਹੈ, ਅਸੀਂ ਜਿੱਥੇ ਵੀ ਜਾਂਦੇ ਹਾਂ ਕਿ ਲੁਧਿਆਣਾ ਨਾਲ ਰਿਲੇਟਡ ਜੇ ਇਸ਼ੂ ਤੁਸੀਂ ਡਿਸਕਸ ਕਰ ਸਕੋ। ਸਾਰੇ ਪੰਜਾਬ ਦੇ ਹਰ ਜਗ੍ਹਾ ਹੋਈ ਜਾਂਦੇ ਆ। ਸਰ, ਮੇਰਾ ਕੁਐਸਚਨ ਤਾਂ ਇਹ ਹੈ ਵੀ ਕਾਂਗਰਸ ਨੇ 5 ਸਾਲ ਰਾਜ ਕੀਤਾ, 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ। ਇਹਨਾਂ ਨੇ 5 ਸਾਲ ਵਾਲਿਆਂ ਨੇ ਜਾਂ 2.5 ਸਾਲ ਵਾਲਿਆਂ ਨੇ ਬਿਜਲੀ ਦੀ ਇੱਕ ਵੀ ਯੂਨਿਟ ਬਣਾਉਣ ਦੀ ਕੋਈ ਪਲਾਨਿੰਗ ਕੀਤੀ ਹੈ ਜਾਂ ਕੋਈ ਥਰਮਲ ਲਾਇਆ? ਅੱਜ ਪੰਜਾਬ ਦੇ ਵਿੱਚ ਬਿਜਲੀ ਦੇ ਹਾਲਾਤ ਹੈ, ਇਲੈਕਸ਼ਨ ਚੱਲ ਰਹੇ ਹੈ ਅਤੇ 7-7, 8-8 ਘੰਟਿਆਂ ਦੇ ਕੱਟ ਲੱਗ ਰਹੇ ਹੈ। ਠੀਕ ਹੈ, ਕੋਈ ਦੱਸ ਦੇ ਇਹਨਾਂ ਨੇ ਬਿਜਲੀ ਕੀਤਾ ਕਿਹੜਿਆ, ਉਹ ਰੇਤਾ ਉਹ ਕਿਸ ਰੇਟ 'ਤੇ ਵਿਕ ਰਿਹਾ? ਤੁਸੀਂ ਰਜਿਸਟਰੀ ਕਰਾਉਣ ਜਾਓ, ਸਵੇਰੇ ਭੇਸ ਬਦਲ ਕੇ ਜਾਂਦੇ ਰਹੋ, ਤੁਹਾਨੂੰ ਪਤਾ ਲੱਗ ਜੂਗਾ ਵੀ ਜਿਹੜੀ ਕਰਪਸ਼ਨ ਦਾ ਰੇਟ ਕਿੱਥੇ ਹੈ। ਲੋਕ, ਚਲੋ, ਬਿਜਲੀ ਦੇ ਕੱਟ ਵਾਲਾ ਬੜਾ ਅਹਿਮ ਇਸ਼ੂ ਹੈ ਗੌਰਵ, ਬਹੁਤ ਥਾਵਾਂ ਤੋਂ ਗਿੱਲ ਸਾਹਿਬ ਥੋੜਾ ਜਿਹਾ ਬਿਆਨ ਦੇ ਦਿਓ, ਉਸ ਤੋਂ ਬਾਅਦ ਮੈਂ ਅਗਲੇ ਬੜਾ ਜਲਦੀ ਇੱਕ ਸੈਕਿੰਡ ਜੀ ਥੋੜਾ ਜਿਹਾ ਜਵਾਬ ਪਹਿਲਾਂ ਲੈ ਲਈਏ। ਗਿੱਲ ਸਾਹਿਬ ਕਹਿੰਦੇ ਇੱਕ ਤਾਂ ਤੁਸੀਂ ਕਿਹੜੀ ਨਵੀਂ ਯੂਨਿਟ ਉੱਥੇ ਪ੍ਰੋਡਕਸ਼ਨ ਕਰਨ ਲਗਾ ਦਿੱਤੇ ਜਿਹੜੇ ਥਰਮਲ ਪਲਾਂਟ ਨੇ, ਦੂਜੇ ਪਾਸੇ ਬਿਜਲੀ ਦੇ ਕੱਟ ਬਹੁਤ ਲੱਗ ਰਹੇ। ਗੌਰਵ ਜੀ, ਇੱਕ ਚੀਜ਼ ਪੰਜਾਬ ਦੇ ਛੱਡੋ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਈ ਹੈ। ਆਮ ਤੌਰ 'ਤੇ ਸਰਕਾਰਾਂ ਸਰਕਾਰੀ ਅਦਾਰੇ ਵੇਚਦੀਆਂ ਸੁਣੀਆਂ ਹੋਣਗੀਆਂ, ਪਰ ਪਹਿਲੀ ਵਾਰ ਹੋਇਆ ਕਿ ਸਾਡੀ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦ ਲਿਆ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ। ATC ਲਿਮਿਟ 7100 ਮੈਗਾਵਾਟ ਤੋਂ ਵਧਾ ਕੇ 9000 ਮੈਗਾਵਾਟ ਕੀਤੀ ਸਾਡੀ ਸਰਕਾਰ ਨੇ। ਕੱਟ ਲੱਗ ਰਹੇ ਹੈ ਕਿ ਨਹੀਂ? ਕੱਟ ਨਹੀਂ ਲੱਗ ਰਹੇ, 600 ਯੂਨਿਟ ਲੋਕਾਂ ਨੂੰ ਫ੍ਰੀ ਮਿਲ ਰਹੀ ਹੈ। ਕਿਸਾਨਾਂ ਨੂੰ ਦਿਨ ਦੇ ਵੇਲੇ ਉਹਨਾਂ ਨੂੰ ਜਨਰੇਟਰ ਦੇ ਉੱਤੇ ਡੱਕਾ ਨਹੀਂ ਫੂਕਣਾ ਪੈਂਦਾ ਡੀਜ਼ਲ ਦਾ, ਉਹਨਾਂ ਨੂੰ ਦਿਨ ਦੇ ਵੇਲੇ ਲਾਈਟ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ। ਲੋਕਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਜਿਨ੍ਹਾਂ ਦੇ ਬਿੱਲ ਫ੍ਰੀ ਆ ਰਹੇ। ਠੀਕ ਹੈ, ਚਲੋ, ਤੁਸੀਂ ਦਾਵਾ ਕਰ ਰਹੇ ਹੋ ਕਿ ਇੱਥੇ ਕੋਈ ਕੱਟ ਨਹੀਂ ਲੱਗ ਰਹੇ, ਆਪਾਂ ਬਹੁਤ ਸਾਰੇ ਸਵਾਲ ਲੈਣੇ ਆ ਤੁਹਾਡੇ ਕੋਲ, ਆ ਰਹੇ ਬੈਠ ਜਾਓ ਇੱਕ ਵਾਰ ਤੁਸੀਂ ਆਪਣੀ ਥਾਂ ਤੇ, ਕੋਈ ਗੱਲ ਨਹੀਂ। ਜੀ ਜੀ ਸਰ, ਬੇਨਤੀ ਹੈ ਮੇਰੀ ਸਾਰੀਆਂ ਪਾਰਟੀਆਂ ਨੂੰ, ਮੇਰੇ 3 ਸਵਾਲ ਹੈ। ਨੰਬਰ 1,
ਸਿਆਸਤ ਔਰ ਧਰਮ ਦੇ ਉੱਪਰ। ਦੁਨੀਆਂ ਦਾ ਇਤਿਹਾਸ ਗਵਾਹ ਹੈਗਾ, ਅੱਜ ਤੱਕ ਜਿੱਥੇ ਵੀ ਵੱਧ ਤੋਂ ਵੱਧ ਕਤਲੇਆਮ ਹੋਇਆ ਸਿਰਫ ਧਰਮ ਦੇ ਨਾਂ ਤੇ ਹੋਇਆ। ਪੂਰਾ ਇਤਿਹਾਸ ਕੱਢ ਕੇ ਦੇਖ ਲਓ, ਪੂਰੀ ਦੁਨੀਆਂ ਦਾ ਇਤਿਹਾਸ ਕੱਢ ਕੇ ਦੇਖ ਲਓ, ਜਿੱਥੇ ਵੀ ਅੱਜ ਤੱਕ। ਸਵਾਲ ਦੱਸੋ ਕੀ ਹੈ? ਸਵਾਲ ਇਹ ਹੈ, ਦੂਜੀ ਗੱਲ, ਇਹਨਾਂ ਨੇ ਗੱਲ ਕੀਤੀ ਸੀ ਬਿਜਲੀ ਦੀ, ਉਹ ਵਕਤ ਯਾਦ ਕਰੋ ਜਦੋਂ ਪੂਰੇ ਦਫ਼ਤਰਾਂ ਦੇ ਵਿੱਚ ਔਰ ਘਰਾਂ ਦੇ ਵਿੱਚ ਮਈ ਜੂਨ ਜੁਲਾਈ ਤਿੰਨ ਤਿੰਨ ਮਹੀਨਿਆਂ ਲਈ ਏਸੀ ਚਲਾਉਣ ਲਈ ਮਨਾਹੀ ਕੀਤੀ ਜਾਂਦੀ ਸੀ। ਅੱਜ ਸਾਡੇ ਪੰਜਾਬ ਦੇ ਵਿੱਚ ਕੀ ਕਿਸੇ ਨੂੰ ਮਨਾਹੀ ਦੀ ਕੋਈ ਨੋਟਿਸ ਆਇਆ? ਕਦੀ ਨਾ ਹੋਈ ਹੈ। ਪੂਰੀ ਬਿਜਲੀ ਆ ਰਹੀ ਹੈ, ਸਿਰਫ ਉਹਨਾਂ ਜਗ੍ਹਾ ਤੇ ਮੂਲੀ ਕੱਟ ਹੈ ਜਿੱਥੇ ਕੋਈ ਟੈਕਨੀਕਲ ਫਾਲਟ ਹੁੰਦਾ ਜਾਂ ਕਿਤੇ ਕੋਈ। ਚਲੋ ਤੇ ਤੁਹਾਡੇ, ਤੁਸੀਂ ਆਮ ਆਦਮੀ ਪਾਰਟੀ, ਮੇਰੀ ਗੱਲ ਤਾਂ ਫਿਰ ਤੁਸੀਂ ਜਵਾਬ ਦੇ ਰਹੇ ਹੋ। ਹੋ ਗਿਆ ਸਰ। ਇੱਕ ਮਹਿਲਾ ਹੋਣ ਦੇ ਨਾਤੇ ਮੈਂ ਕੁਐਸਚਨ ਜ਼ਰੂਰ ਪੁੱਛਣਾ ਚਾਹਾਂਗੀ ਕਿ ਇੱਕ ਪੂਰੇ ਭਾਰਤ ਵਰਸ਼ ਦੇ ਵਿੱਚ ਮਹਿਲਾਵਾਂ ਆਪਣਾ ਬਰਾਬਰ ਯੋਗਦਾਨ ਦਿੰਦੀਆਂ ਨੇ, ਕਿੱਦਾਂ ਉਹ ਬੀਜੇਪੀ ਨੂੰ ਸਿਲੈਕਟ ਕਰ ਲੈਣ, ਕਿੱਦਾਂ ਉਹ ਵੋਟ ਪਾ ਦੇਣ ਜਦੋਂ ਸੈਂਟਰ ਦੇ ਵਿੱਚ ਉਹਨਾਂ ਲੀਡਰਾਂ ਨੂੰ ਉਤਸ਼ਾਹਿਤ ਦਿੱਤਾ ਕੀਤਾ ਜਾਂਦਾ ਜਿਹੜੀਆਂ ਸਾਡੀਆਂ ਮਹਿਲਾ ਰੈਸਲਰਸ ਦੇ ਉੱਤੇ ਇੰਨਾ ਤਸ਼ੱਦਦ ਆਈ, ਉਹਨਾਂ ਨੂੰ ਸੜਕਾਂ ਤੇ ਰੋਲਿਆ। ਮਨੀਪੁਰ ਦੇ ਵਿੱਚ ਜੋ ਹੋਇਆ ਮੈਂ ਸ਼ਾਇਦ ਸ਼ਬਦਾਂ ਵਿੱਚ ਵੀ ਕਹਿ ਨਹੀਂ ਸਕਾਂਗੀ, ਅਸੀਂ ਨੈਸ਼ਨਲ ਟੀਵੀ ਤੇ ਹਾਂ। ਅੱਜ ਸਾਡੇ ਵਾਸਤੇ, ਆਮ ਗ੍ਰਹਿਣੀਆਂ ਵਾਸਤੇ ਰਸੋਈ ਚਲਾਉਣੀ ਇੰਨੀ ਔਖੀ ਹੋ ਗਈ ਹੈ ਕਿ ਸਰੋਂ ਦਾ ਤੇਲ ਦੇਖ ਲਓ, ਦਾਲਾਂ ਦੇਖ ਲਓ, ਕੁਛ ਦੇਖ ਲਓ, ਕਿੱਦਾਂ ਔਰਤ। ਸਵਾਲ ਤੁਹਾਡਾ ਮੈਂ ਸਮਝ ਗਿਆ। ਹਾਂਜੀ ਸਰ, ਮੈਂ ਨਾ ਇੱਕ ਮਿੰਟ, ਮੈਂ ਸਾਰੀਆਂ ਪਾਰਟੀਆਂ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਦੇਸ਼ ਆਜ਼ਾਦ ਹੋਏ ਜੋ ਇੰਨੇ ਸਾਲ ਹੋ ਗਏ ਔਰ ਇਸ ਦੇਸ਼ ਦੇ ਵਿੱਚ ਇੰਨਾ ਕਰਪਸ਼ਨ, ਇੰਨੀ ਕਾਸਟਿਜ਼ਮ ਸਭ ਤੋਂ ਜ਼ਿਆਦਾ ਕਿਸ ਰਾਜ 'ਚ ਹੋਈ? ਉਹ ਕਾਂਗਰਸ ਦੇ ਰਾਜ 'ਚ ਹੋਈ, ਸਭ ਤੋਂ ਜ਼ਿਆਦਾ ਕਾਂਗਰਸ ਨੇ ਰਾਜ ਕੀਤਾ। ਹੁਣ ਕੋਈ ਫ੍ਰੀਜ ਬਿਜਲੀ ਮੰਡੀ ਜਾਂਦਾ, ਕੋਈ ਕਹਿੰਦਾ ਮੈਂ ਆਹ ਦੇ ਦੂੰ, ਕਿੱਥੋਂ ਦੇ ਦੂੰਗਾ? ਉਹ ਸਾਡੇ ਵਰਗੇ ਬੰਦੇ 'ਤੇ ਟੈਕਸ ਅਸੀਂ ਕਟਵਾਉਂਦੇ ਹਾਂ ਉਹਦੀ ਚੀਜ਼ਾਂ ਦੇ, ਫ੍ਰੀ ਬਿਜਲੀ, ਫ੍ਰੀ ਰੋਜ਼ਗਾਰ ਦਿਓ, ਹੈ ਫ੍ਰੀ ਬਿਜਲੀ ਦੇ ਦੇਵਾਂਗੇ, ਪਰ ਠੀਕ ਨਹੀਂ, ਰੱਬ ਨੇ ਠੀਕ ਨਹੀਂ ਹੈ। ਇੱਦਾਂ ਲੋਕਾਂ ਨੂੰ ਲੁਭਾਉਂਦੇ, ਇੱਕ ਨਾ ਦੇ ਕੇ ਲੋਕਾਂ ਨੂੰ ਇੱਕ ਰੋਜ਼ਗਾਰ ਦਿਓ, ਇੱਕ ਸਿਸਟਮ ਦਿਓ। ਸੜਕਾਂ ਇੱਥੇ ਠੀਕ ਨਹੀਂ, ਫੋਕਲ ਪੁਆਇੰਟ ਐਡਾ ਵੱਡਾ ਏਰੀਆ, ਟੁੱਟੀਆਂ ਸੜਕਾਂ, ਔਰ ਸਭ ਤੋਂ ਜ਼ਿਆਦਾ ਰਾਜ ਕਾਂਗਰਸ ਨੇ ਕੀਤਾ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ। 2.5 ਸਾਲ ਹੋ ਗਏ, ਇੱਕ ਇੱਕ ਜਗ੍ਹਾ ਜਾਂਚ ਕੋ, ਕਿੰਨੀਆਂ ਖੱਡੇ ਪਏ ਨੇ, ਟੁੱਟੀਆਂ ਸੜਕਾਂ ਹੈਗੀਆਂ। ਜੇ ਤੁਸੀਂ ਇਸ ਸਿਸਟਮ 'ਚ ਅੱਜ ਦੀ ਡੇਟ 'ਚ ਜਿਹੜੇ ਸਾਡੇ ਨੌਜਵਾਨ ਹੈਗੇ ਨੇ ਪਿੰਡਾਂ 'ਚ, ਉਹ ਸਾਰੇ ਅੰਗਰੇਜ਼ਾਂ ਕੋਲ ਜਾ ਰਹੇ ਨੇ, ਜਿਹਨਾਂ ਨੂੰ ਕੱਢਣ ਵਾਸਤੇ ਅਸੀਂ ਸਾਰੀਆਂ ਸ਼ਹੀਦੀਆਂ ਦਿੱਤੀਆਂ, ਭਗਤ ਸਿੰਘ ਵਰਗੇ ਨੇ ਸ਼ਹੀਦੀਆਂ ਦਿੱਤੀਆਂ, ਉਹ ਸਾਡੇ ਜਿਹੜੇ ਪੰਜਾਬੀ ਉਹ ਬਾਹਰ ਜਾ ਰਹੇ ਨੇ, ਇਹ ਕਸੂਰ ਸਾਡੇ ਪੋਲੀਟੀਸ਼ੀਅਨ ਦਾ ਕਰਕੇ। ਠੀਕ ਹੈ, ਠੀਕ ਹੈ, ਤੁਹਾਡੇ ਗੌਰਵ ਕੁਝ ਹੋਰ ਜੀ? ਬਿਲਕੁਲ, ਕੋਈ ਸਵਾਲ ਤੁਸੀਂ ਹੱਥ ਖੜਾ ਕਰ ਲਿਓ। ਐਕਚੁਅਲੀ ਅਸੀਂ ਇਸ ਸਮੇਂ ਰੋਜ਼ ਗਾਰਡਨ ਦੇ ਵਿੱਚ ਹੈਗੇ ਹਾਂ ਲੁਧਿਆਣਾ 'ਚ, ਔਰ ਬਹੁਤ ਸਾਰੇ ਲੋਕ ਮੈਨੂੰ ਲੱਗਦਾ ਜਿਹੜੇ ਸੈਰ ਕਰਨ ਆਏ ਸੀ ਪਿੱਛੇ ਹੈਗੇ ਆ, ਤੁਸੀਂ ਅੱਗੇ ਆ ਜਾਓ ਤਾਂ ਕਿ ਲੁਧਿਆਣੇ ਦੀ ਗੱਲ ਹੋ ਸਕੇ, ਤੁਸੀਂ ਅੱਗੇ ਆ ਕੇ ਗੱਲ ਰੱਖ ਸਕਦੇ ਹੋ ਆਪਣੀ, ਮੈਂ ਉਨੀ ਦੇਰ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗਾ। ਛੋਟਾ ਰੱਖਿਓ ਸਵਾਲ। ਨਹੀਂ, ਸਵਾਲ ਨਹੀਂ, ਇੱਕ ਐਜ਼ ਅ ਹੋਲ, ਐਜ਼ ਅ ਨਿਊਟਰਲ ਵੋਟਰ ਤੁਸੀਂ ਕਹਿ ਸਕਦੇ ਹੋ, ਮੈਂ ਇੱਕ ਚੀਜ਼ ਪੁੱਛਣੀ ਚਾਹੂੰਗਾ। ਪੂਰੇ ਦੇਸ਼ ਦੇ ਵਿੱਚ ਅੱਜ ਲੜਾਈ ਲੜੀ ਜਾ ਰਹੀ ਹੈ ਧਰਮ ਦੇ ਨਾਮ ਤੇ, ਹਰ ਤਰਫ ਤੋਂ ਪੋਲਰਾਈਜ਼ ਕੀਤਾ ਜਾ ਰਿਹਾ, ਜੋ ਇੱਕ ਬੈਕ ਇਨ ਦ ਡੇਜ਼ ਅਸੀਂ 1947 ਦੇ ਟਾਈਮ ਤੇ ਦੇਖਦੇ ਹੁੰਦੇ ਸੀਗੇ, ਸਾਨੂੰ ਵੰਡ ਕੇ ਰਾਜਨੀਤੀ ਕੀਤੀ ਜਾਂਦੀ ਸੀਗੀ ਹਰ ਪਾਸੇ, ਠੀਕ ਹੈ। ਇੱਕ ਤਾਂ ਉਸ ਤੋਂ ਆਪਾਂ ਪਾਸੇ ਹਟੀਏ, ਅੱਜ 50 ਡਿਗਰੀ ਟੈਂਪਰੇਚਰ ਲੱਗਣ ਵਾਲਾ, ਅਸੀਂ ਰੁੱਖ ਲਗਾਉਣ ਨਹੀਂ ਦੇ, ਰੁੱਖ ਪੱਟ ਰਹੇ ਹਾਂ ਰੋਜ਼ ਨਵੀਂ ਦਿਹਾੜੀ ਦੇ, ਠੀਕ ਹੈ। ਫਿਰ ਉਸ ਤੋਂ ਬਾਅਦ ਸਸਟੇਨੇਬਲ ਲਿਵਿੰਗ ਵੱਲ ਅਸੀਂ ਕੋਈ ਧਿਆਨ ਨਹੀਂ ਦੇ ਰਹੇ, 2 ਮਹੀਨੇ ਲਈ ਪਲਾਸਟਿਕ ਬੈਨ ਹੁੰਦਾ, ਉਸ ਤੋਂ ਬਾਅਦ ਫਿਰ ਉਹੀ ਚੀਜ਼ਾਂ ਸਭ। ਮੈਂ ਤੁਹਾਡਾ ਸਵਾਲ ਬੇਸਿਕਲੀ ਤੁਸੀਂ ਇਨਵਾਇਰਮੈਂਟ ਨੂੰ ਲੈ ਕੇ ਪੁੱਛ ਰਹੇ ਹੋ, ਤੁਹਾਡਾ ਨੋਟ ਜਸਟ ਦਾ ਇਨਵਾਇਰਮੈਂਟ ਐਜ਼ ਅ ਹੋਲ, ਇੱਕ ਦੇਸ਼ ਇਕੱਲਾ ਮੈਂ ਨਹੀਂ ਚਲਾ ਰਿਹਾ, 130 ਕਰੋੜ 150 ਕਰੋੜ ਦੀ ਆਬਾਦੀ ਨਾਲ ਦੇਸ਼ ਚੱਲ ਰਿਹਾ ਵਾ, ਸੋ ਉਸ ਨੂੰ ਮੁੱਖ ਰੱਖਦੇ ਹੋਏ ਸਰਕਾਰਾਂ ਐਜ਼ ਇਨ ਦ ਫਿਊਚਰ, ਨੀਅਰ ਫਿਊਚਰ ਦੇ ਵਿੱਚ ਸਕਿੱਲ ਡਿਵੈਲਪਮੈਂਟ ਕੀ ਕਰ ਰਹੀਆਂ ਨੇ, ਡੈਮੋਗ੍ਰਾਫਿਕ ਡਿਵੀਡੈਂਟ ਦੀ ਗੱਲ ਕੀਤੀ ਜਾਂਦੀ ਹੈ, ਡੈਮੋਗ੍ਰਾਫਿਕ ਡਿਵੀਡੈਂਟ ਦੇ ਵਿੱਚ ਕੋਈ ਸਾਡਾ, ਅਸੀਂ ਡਿਵੀਡੈਂਟ ਤਾਂ ਨਿਕਲਦਾ ਜਦੋਂ ਤੁਸੀਂ ਮਲਟੀਪਲੀਕੇਸ਼ਨ ਦੇ ਵਿੱਚ ਉਹਦੇ ਵਿੱਚ ਪੈਸਾ ਪਾਉਂਦੇ ਹੋ। ਐਜੂਕੇਸ਼ਨ ਸੈਕਟਰ ਸਾਡਾ ਨਿੱਲ ਹੈ, ਹੈਲਥ ਸੈਕਟਰ ਸਾਡਾ ਨਿੱਲ ਹੈ, ਅੱਜ ਗੱਲਾਂ ਅਸੀਂ ਕਰ ਦਿੰਦੇ ਹਾਂ, ਕਦੀ ਕਹਿੰਦੇ 5 ਲੱਖ ਦਾ ਤੁਹਾਨੂੰ ਦੇਵਾਂਗੇ, ਕਦੀ 25 ਲੱਖ ਦਾ ਦਊਗੇ, ਕਦੀ ਕੋਈ ਕਿੱਦਾਂ ਦਊਗਾ, ਬਟ ਹਾਊ ਇਟ ਵਿਲ ਕਮ, ਇਟ ਵਿਲ ਕਮ ਆਊਟ ਆਫ ਦ ਟੈਕਸ ਪੇਅਰਸ ਮਨੀ, ਤੇ ਟੈਕਸ ਪੇਇੰਗ ਸਿਰਫ
ਡਾਇਰੈਕਟ ਟੈਕਸ ਬਹੁਤ ਚਾਰ ਤੋਂ ਪੰਜ ਮੈਂ ਇੱਕ ਛੋਟਾ ਜਿਹਾ ਸਵਾਲ ਲੈਣਾ ਬੇਸਿਕਲੀ ਫ੍ਰੀ ਬੀਜ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੈਗੇ ਸਰ ਇੱਕ ਕੁਐਸਚਨ ਹੈਗਾ ਜੀ ਬਿੱਟੂ ਜੀ ਨੇ ਗਰੰਟੀਆਂ ਦਿੱਤੀਆਂ ਮੈਟਰੋ ਤੋਂ ਲੈ ਕੇ ਆਈਟੀ ਪਾਰਕ ਤੋਂ ਲੈ ਕੇ ਹਸਪੀਟਲ ਤੋਂ ਲੈ ਕੇ ਹਰ ਚੀਜ਼ ਦੀ ਕੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਲੁਧਿਆਣੇ ਆਏ ਕੀ ਜਲੰਧਰ ਆਏ ਸੀਗੇ ਕਿ ਉਹਨਾਂ ਨੇ ਬਿੱਟੂ ਜੀ ਦੇ ਸਿਰ ਤੇ ਥਾਪੜਾ ਦੇ ਕੇ ਕਿਉਂ ਨੀ ਆ ਜੀ ਕਹੀ ਕਿ ਮੈਂ ਪੰਜਾਬ ਨੂੰ ਆ ਚੀਜ਼ਾਂ ਦੇ ਰਿਹਾ ਬਸ ਬੀਜੇਪੀ ਵਾਲੇ ਦਾ ਆਂਸਰ ਕਰਨ ਜੇ ਪ੍ਰਧਾਨ ਮੰਤਰੀ ਨੇ ਸੱਚੀ ਦੇਣੀਆਂ ਹੁੰਦੀਆਂ ਤਾਂ ਉਦੋਂ ਹੀ ਕਹਿ ਦਿੰਦੇ ਨੇ ਠੀਕ ਹੈ ਚਲੋ ਆਪਾਂ ਜਵਾਬ ਲੈਂਦੇ ਹਾਂ ਬੇਸਿਕਲੀ ਫ੍ਰੀ ਬੀਜ ਦੇ ਉੱਤੇ ਥੋੜਾ ਜਿਹਾ ਜ਼ਰੂਰ ਫੋਕਸ ਕਰਾਂਗੇ ਉਸ ਤੋਂ ਬਾਅਦ ਸੋਹੀ ਸਾਹਿਬ ਤੋਂ ਵੀ ਜਿਹੜਾ ਜਵਾਬ ਹੈਗਾ ਫ੍ਰੀ ਬੀਜ ਤਾਂ ਹਰ ਪੋਲੀਟੀਕਲ ਪਾਰਟੀ ਦੇ ਸਾਹਮਣੇ ਕੁਐਸਚਨ ਜ਼ਰੂਰ ਹੈ ਮੈਂ ਆਮ ਆਦਮੀ ਪਾਰਟੀ ਤੋਂ ਇਸ ਤੇ ਥੋੜਾ ਜਿਹਾ ਜਵਾਬ ਲੈਣਾ ਚਾਹੂੰਗਾ ਕਿਉਂਕਿ ਇਸ ਵੇਲੇ ਜਿਵੇਂ ਉਹਨਾਂ ਨੇ ਕਿਹਾ ਉਹਨਾਂ ਦਾ ਕੰਸਰਨ ਬੜਾ ਵਾਜਿਬ ਹੈ ਬੜਾ ਜੈਨੂਇਨ ਹੈ ਕਿ ਤੁਸੀਂ ਫ੍ਰੀ ਵੀ ਮੁਫਤ ਦੀਆਂ ਸਹੂਲਤਾਂ ਤੇ ਲੋਕਾਂ ਨੂੰ ਲਾ ਰਹੇ ਹੋ ਔਰ ਉਹ ਟੈਕਸ ਪੇਅਰ ਦਾ ਤਾਂ ਪੈਸਾ ਜਾਂਦਾ ਹੀ ਹੈ ਚਾਹੇ ਕਿਸਾਨਾਂ ਨਾਲ ਰਿਲੇਟਡ ਸਬਸਿਡੀਆਂ ਹੋਣ ਇਸ਼ੂਸ ਹੋਵੇ ਚਾਹੇ ਲੋਕਾਂ ਨੂੰ ਮੁਫਤ ਬਿਜਲੀ ਮੁਫਤ ਬਿਜਲੀ ਦੀ ਬਜਾਏ ਸਸਤੀ ਬਿਜਲੀ ਕਿਉਂ ਨਹੀਂ ਹੋ ਸਕਦੀ ਬਿਜਲੀ ਮੁਫਤ ਵੀ ਆ ਐਂਡ ਜਿਹੜੀ ਬਚਦੀ ਆ ਉਹ ਸਸਤੀ ਵੀ ਆ ਬਰਾੜ ਸਾਹਿਬ ਇਹ ਨਹੀਂ ਹੈਗਾ ਕਿ ਸਿਰਫ ਇੰਡਸਟਰੀ ਨੂੰ ਪੁੱਛ ਰਹੇ ਆ ਚਲੋ ਇੰਡਸਟਰੀ ਦਾ ਵੀ ਇੰਡਸਟਰੀ ਤੇ ਮੈਂ ਦੱਸ ਦਿੰਦਾ ਜੀ ਇੰਡਸਟਰੀ ਸਾਡੀ ਸਰਕਾਰ ਵੇਲੇ ਪਹਿਲੀ ਵਾਰ ਹੋਇਆ ਕਿ 70,000 ਕਰੋੜ ਰੁਪਏ ਦੀ ਇਨਵੈਸਟਮੈਂਟ ਪਿਛਲੇ 2.5 ਸਾਲਾਂ ਦੇ ਵਿੱਚ ਪੰਜਾਬ 'ਚ ਹੋਈ ਆ ਵੈਟ ਦੀ ਜਿਹੜੀ ਇੰਨੇ ਟਾਈਮ ਦੀ ਇਹਨਾਂ ਦੀ ਪੈਂਡੈਂਸੀ ਚੱਲੀ ਆਉਂਦੀ ਸੀ ਉਹਦੇ ਤੇ OTS ਲਿਆ ਕੇ ਅਸੀਂ ਇੰਡਸਟਰੀ ਲਈ ਕੰਮ ਕੀਤਾ ਸਰਕਾਰ ਵਪਾਰ ਮਿਲਣੀ ਦੇ ਵਿੱਚ ਲਿਆ ਕੇ ਕੇਜਰੀਵਾਲ ਸਾਹਿਬ ਆਪ ਮਾਨ ਸਾਹਿਬ ਆਪ ਆ ਕੇ ਲੋਕਾਂ ਨੂੰ ਇੰਡਸਟਰੀਅਲਿਸਟ ਨੂੰ ਮਿਲਿਆ ਉਹਨਾਂ ਦੀਆਂ ਮੁਸ਼ਕਲਾਂ ਜਾਣ ਕੇ ਉਹਨਾਂ ਨੂੰ ਸਪੈਸ਼ਲ ਬਜਟ ਦਿੱਤਾ ਵਾ ਉਹਨਾਂ ਨੂੰ ਬਜਟ ਦੇ ਵਿੱਚ ਸਪੈਸ਼ਲ ਐਲੋਕੇਸ਼ਨ ਕੀਤੀ ਹੈ ਇੰਡਸਟਰੀ ਦੇ ਲਈ ਵੀ ਪ੍ਰੋਪਰ ਤਰੀਕੇ ਨਾਲ ਕੰਮ ਚੱਲ ਰਿਹਾ ਨਹੀਂ ਤਾਂ ਪਿਛਲਾ ਰਿਕਾਰਡ ਚੱਕ ਕੇ ਦੇਖੋ ਜੇ ਇੰਡਸਟਰੀ ਨੂੰ ਇੰਨਾ ਹੀ ਖਰਾਬ ਕੀਤਾ ਹੁੰਦਾ ਤਾਂ ਕੀ ਪੰਜਾਬ ਵਿੱਚ 70,000 ਕਰੋੜ ਦੀ ਇਨਵੈਸਟਮੈਂਟ ਸਿਰਫ 2.5 ਸਾਲਾਂ 'ਚ ਆ ਸਕਦੀ ਸੀਗੀ ਅਸੀਂ ਉਹ ਨਹੀਂ ਕਰਦੇ ਕਿ ਜਾ ਕੇ ਜਿਹੜੀਆਂ ਫੈਕਟਰੀਆਂ ਇੰਡਸਟਰੀਆਂ ਵਧੀਆ ਚੱਲਦੀਆਂ ਨੇ ਉਹਨਾਂ 'ਚ ਜਾ ਕੇ ਹਿੱਸੇ ਪਾ ਲਈਏ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਹਾਂ ਉਹਨਾਂ ਦੇ ਹੱਲ ਵੀ ਕੱਢ ਕੇ ਦਿੰਦੇ ਹਾਂ ਠੀਕ ਹੈ ਮੈਨੂੰ ਲੱਗਦਾ ਕਿ ਅਕਾਲੀ ਦਲ ਤੋਂ ਫ੍ਰੀ ਬੀਜ ਵਾਲਾ ਸਵਾਲ ਜ਼ਰੂਰ ਹੋ ਜਾਣਾ ਚਾਹੀਦਾ ਅਕਾਲੀ ਦਲ ਤੁਸੀਂ ਮੈਂ ਰਿਪੀਟ ਨਹੀਂ ਕਰਨ ਦਾ ਸਵਾਲ ਤੁਸੀਂ ਸਮਝ ਗਏ ਕਿ ਅਕਾਲੀ ਦਲ ਤੋਂ ਪੁੱਛਣਾ ਕਿ ਚਾਹੁੰਦੇ ਆ ਭਾਈ ਮੈਂ ਤਾਂ ਪ੍ਰਸ਼ੰਸਕ ਹਾਂ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦਾ ਹਰ ਚੀਜ਼ ਦੀ ਡਿਵੈਲਪਮੈਂਟ ਇੰਨੀ ਕਰਤੀ ਚੋਰੀ ਦੀ ਡਿਵੈਲਪਮੈਂਟ ਚਿੱਟੇ ਦੀ ਡਿਵੈਲਪਮੈਂਟ ਉਹ ਭਗਵੰਤ ਮਾਨ ਦੀਆਂ ਫੋਟੋਆਂ ਦੀ ਡਿਵੈਲਪਮੈਂਟ ਜਿੱਥੇ ਦੇਖੋ ਟੰਗਿਆ ਫਿਰਦਾ ਭਗਵੰਤ ਮਾਨ ਭਗਵੰਤ ਮਾਨ ਦੀ ਸਿਕਿਉਰਿਟੀ ਦੀ ਡਿਵੈਲਪਮੈਂਟ 400-400 ਭਗਵੰਤ ਮਾਨ ਦੀ ਘਰਵਾਲੀ ਦੀ 80 ਬੰਦਿਆਂ ਦੀ ਸਿਕਿਉਰਿਟੀ ਕਿੰਨੀ ਡਿਵੈਲਪਮੈਂਟ ਹੈ ਜਿੰਨੇ ਸੁਵਿਧਾ ਸੈਂਟਰ ਬਣਾਏ ਸੀ ਅਕਾਲੀ ਦਲ ਨੇ ਸਾਰੇ ਪਹੁੰਚ ਕੇ ਸੁਵਿਧਾ ਸੈਂਟਰ ਲਿਖਤਾ ਉਹਨੇ ਉਹਦੇ ਉੱਤੇ ਲਿਖਤਾ ਨੇ ਆਮ ਆਦਮੀ ਕਲੀਨਿਕ ਵਾਹ ਬਈ ਵਾਹ ਕਿਆ ਨੀ ਡਿਵੈਲਪਮੈਂਟ ਰੱਜ ਕੇ ਡਿਵੈਲਪਮੈਂਟ ਕਰਤੀ ਇਹਨਾਂ ਨੂੰ ਅੱਛਾ ਸਭ ਤੋਂ ਵੱਧ ਝੂਠ ਦੀ ਡਿਵੈਲਪਮੈਂਟ ਅੱਛਾ ਉਦੋਂ ਵੱਧ ਡਿਵੈਲਪਮੈਂਟ 2.25 ਲੱਖ ਕਰੋੜ ਦਾ ਕਰਜ਼ੇ ਦਾ ਰੌਲਾ ਪਾਉਂਦਾ ਹੀ ਚੀਕਾਂ ਮਾਰ ਮਾਰ ਕੇ ਲਾਲਾ ਕੇਜਰੀਵਾਲ ਅੱਜ 80,000 ਕਰੋੜ ਵਧਾ ਤਾਂ ਕਿੰਨੀ ਡਿਵੈਲਪਮੈਂਟ ਬਾਈ ਤਾੜੀਆਂ ਮਾਰੋ ਇਹਨਾਂ ਨੇ ਪਾਓ ਵੋਟਾਂ ਮਾਰੋ ਤਾੜੀਆਂ ਠੋਕੋ ਤਾੜੀ ਸਵਾਰ ਕੇ ਇਹ ਇੱਕ ਹੋਰ ਡਿਵੈਲਪਮੈਂਟ ਹੈ ਇਹਨਾਂ ਦੇ ਵਿਆਹਾਂ ਦੀ ਡਿਵੈਲਪਮੈਂਟ ਹੈ ਬੰਗਾਂ ਪਾਉਣ ਦੀ ਡਿਵੈਲਪਮੈਂਟ ਹੈ ਇਹਨਾਂ ਦੀ ਡਿਵੈਲਪਮੈਂਟ ਇੱਕ ਰੱਜ ਕੇ ਡਿਵੈਲਪਮੈਂਟ ਹੋਰ ਹੈ ਕਟਾਰੂ ਚੱਕ ਵਾਲੀ ਡਿਵੈਲਪਮੈਂਟ ਇੱਕ ਨਵੇਂ ਮੰਤਰੀ ਦੀ ਡਿਵੈਲਪਮੈਂਟ ਚਲੋ ਅਸੀਂ ਫ੍ਰੀ ਬੀਜ ਦਾ ਜ਼ਿਕਰ ਕਰ ਰਹੇ ਸੀ ਫ੍ਰੀ ਬੀਜ ਤੇ ਆ ਜਾਓ ਫ੍ਰੀ ਬੀਜ ਅਕਾਲੀ ਦਲ ਨੇ ਵੀ ਦਿੱਤੇ ਫ੍ਰੀ ਬੀਜ ਤੇ ਆਓ ਅਕਾਲੀ ਦਲ ਨੇ ਦਾਅਵਾ ਕਰਦਾ ਕਿ ਅਸੀਂ ਸ਼ੁਰੂਆਤ ਅਸੀਂ ਕੀਤੀ ਸੀ ਅਕਾਲੀ ਦਲ ਨੇ ਫ੍ਰੀ ਬੀਜ ਦਿੱਤੇ ਹੈ ਸੋਸ਼ਲ ਬੇਸਡ ਇੱਕ ਦਿੱਤਾ ਸ਼ਗਨ ਸਕੀਮ ਜਿਹੜੀ ਸ਼ਡਿਊਲ ਕਾਸਟ ਬੱਚਿਆਂ ਦੇ ਲਈ ਹੁੰਦਾ ਸੀ ਸ਼੍ਰੀਮਾਨ 2.5 ਸਾਲ 'ਚ ਉਹਦੀ ਡਿਵੈਲਪਮੈਂਟ ਕਿਉਂ ਨਹੀਂ ਕਰ ਲਈ ਇੱਕ ਵੀ ਨਹੀਂ ਦਿੱਤੀ ਇਹਦਾ ਜਵਾਬ ਦਿਓ ਦੂਸਰੀ ਗੱਲ ਕਿਸਾਨ ਮਰਦੇ ਸੀ ਜਿਨ੍ਹਾਂ ਲਈ ਹਿੰਜੂ ਇਹ ਸੁੱਟਦੇ ਹੈ ਅੱਜ ਹਿੰਜੂ ਸੁੱਟ ਸੁੱਟ ਕੇ ਕਿਸਾਨਾਂ ਦੇ ਸਾਥੀ ਬਣੇ ਹੈ ਪੀਲੀਆਂ ਪੱਗਾਂ ਬਣ ਕੇ ਭਗਤ ਸਿੰਘ ਦੇ ਸਾਰੇ ਨੁਮਾਇੰਦੇ ਇਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਟਿਊਬਵੈਲ ਦੀ ਮਾਫ਼ ਕੀਤੀ ਕੋਈ ਮਾੜੀ ਚੀਜ਼ ਕੀਤੀ ਦੈਟ ਵਾਜ਼ ਅ ਸੋਸ਼ਲ ਡਿਵੈਲਪਮੈਂਟ ਪਾਣੀਆਂ ਦਾ ਬਾਨਿਆ ਮਾਫ਼ ਕੀਤਾ ਦੈਟ ਵਾਜ਼ ਸੋਸ਼ਲ ਡਿਵੈਲਪਮੈਂਟ ਜਿਹੜੇ ਗਰੀਬ ਘਰ ਹੈ ਉਹਨਾਂ ਨੂੰ 200 ਯੂਨਿਟ ਫ੍ਰੀ ਕੀਤੇ ਸੀ ਦੈਟ ਵਾਜ਼ ਅ ਸੋਸ਼ਲ ਡਿਵੈਲਪਮੈਂਟ
ਪਰ ਇੱਕ ਚੀਜ਼ ਹੈ, ਐਕਸਚੈਕਰ ਤੇ ਭਾਰ ਪਾ ਕੇ ਤਾਂ ਨਹੀਂ ਕੀਤੇ। ਹੁਣ ਇਹ ਅੱਜ ਇੱਕ ਬੜੀ ਗੱਲ ਕਹਿ ਰਹੇ ਸੀਗੇ ਕਿ ਅਸੀਂ ਇੱਕ ਯੂਨਿਟ ਖਰੀਦ ਲਿਆ। ਸ਼੍ਰੀਮਾਨ ਜੀ, ਤੁਸੀਂ ਵਾਈਟ ਐਲੀਫੈਂਟਿਕ ਖਰੀਦਿਆ, ਲੱਕੀ ਉਹ ਲੱਕੀ ਕਿ ਜਿਹੜੀਆਂ ਖਾਨਾਂ ਹੈਗੀਆਂ ਕੋਲੇ ਦੀਆਂ ਉਹ ਹੁਣ ਰਿਲੀਜ਼ ਹੋਈਆਂ, ਜਿਹਦੇ ਕਰਕੇ ਬਿਜਲੀ ਬੋਰਡ ਬਚਿਆ ਹੋਇਆ, ਨਹੀਂ ਤਾਂ ਬਿਜਲੀ ਬੋਰਡ ਤਾਂ ਮਾਰ ਦਿੱਤਾ ਇਹਨਾਂ ਨੇ। ਚਲੋ ਮੈਂ ਕਾਂਗਰਸ ਪਾਰਟੀ ਕੋਲ ਵੀ ਆਉਣਾ, 5 ਸਾਲ ਤੁਸੀਂ ਵੀ ਚਲਾਏ ਨੇ, ਬਹੁਤ ਸਾਰੀਆਂ ਸਕੀਮਾਂ ਕੰਟੀਨਿਊ ਵੀ ਰੱਖੀਆਂ ਔਰ ਕੋਸ਼ਿਸ਼ ਵੀ ਕੀਤੀ, ਪਰ ਸਵਾਲ ਜਿਹੜਾ ਹੈ ਸਾਰਿਆਂ 'ਤੇ ਹੀ ਆ ਜਾਂਦਾ ਹੈ ਕਿ ਅਲਟੀਮੇਟਲੀ ਜਿਹੜਾ ਇੱਕ ਮਿਡਲ ਕਲਾਸ ਹੈ, ਜਿਹੜਾ ਇੱਕ ਟੈਕਸ ਪੇਅਰ ਹੈ, ਉਹਨੂੰ ਇਹ ਚੀਜ਼ ਸਭ ਤੋਂ ਵੱਧ ਚੁੱਭਦੀ ਹੈ, ਜੋ ਉਹਨਾਂ ਦੇ ਸ਼ਬਦਾਂ 'ਚ ਮੈਂ ਮਹਿਸੂਸ ਕਰ ਪਾਇਆ। ਸੋ ਕੀ ਇਸ ਚੀਜ਼ ਦਾ ਪੋਲੀਟੀਕਲ ਪਾਰਟੀਆਂ ਕੀ ਜਵਾਬ ਦੇਣਗੀਆਂ, ਕਿਵੇਂ ਜਸਟੀਫਾਈ ਕਰੋ? ਵੇਖੋ, ਸਭ ਤੋਂ ਪਹਿਲਾਂ ਤਾਂ ਮੈਂ ਬਰਾੜ ਸਾਹਿਬ, ਤੁਸੀਂ ਪਿਛਲੇ 5 ਸਾਲ ਦਾ ਜ਼ਿਕਰ ਕੀਤਾ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਸਮੇਂ ਦੇ ਵਿੱਚ ਨਸ਼ੇ ਦੇ ਉੱਤੇ ਬਹੁਤ ਵੱਡੀ ਕਾਰਵਾਈ ਹੋਈ। ਸਾਡੀ ਸਰਕਾਰ ਨੇ 500 ਤੋਂ ਜ਼ਿਆਦਾ ਕੰਸਾਈਨਮੈਂਟਸ ਜਿਹੜੀਆਂ 2 ਕਿਲੋ ਤੋਂ ਵੱਧ ਸੀ ਹੈਰੋਇਨ ਦੀਆਂ, ਉਹ ਸੀਜ਼ ਕੀਤੀਆਂ। ਉਹੀ ਅੰਕੜੇ ਹੁਣ ਇਹ ਦੇ ਰਹੇ ਹੈ, ਪਹਿਲਾਂ ਉਹ ਅੰਕੜੇ ਅਕਾਲੀ ਦਲ ਵੀ ਕਰ ਸਕਦੇ ਹੋ, ਇਹ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਨਾ, ਨੈਟ ਤੇ ਚੈੱਕ ਕਰੋ, ਇਹਨਾਂ ਕੋਲੇ ਹੋਣਗੇ ਅੰਕੜੇ। ਇਹਨਾਂ ਕੋਲ ਇਸ ਵਾਰੀ ਵੀ ਲੈ ਕੇ ਇਹਨਾਂ ਕੋਲ ਕੀ ਆਉਂਦਾ, ਪਹਿਲਾਂ ਅਕਾਲੀ ਦਲ ਵੀ ਦਿੰਦਾ ਸੀ। ਦੇਖੋ, 2 ਸਾਲ ਅਸਲ ਦੇ ਵਿੱਚ ਮੇਰੀ ਮੇਰੀ ਇੱਕ ਗੱਲ ਸੁਣ ਲਓ, ਤੁਸੀਂ ਬੋਲ ਲਿਓ ਮੇਰੀ ਗੱਲ, ਨਹੀਂ ਤੁਸੀਂ ਔਖੇ ਕਿਉਂ ਰਹੇ ਹੋ, ਬੋਲ ਲਿਓ, ਤੁਸੀਂ ਬੋਲ ਲਿਓ, ਮੇਰੀ ਗੱਲ ਤਾਂ ਸੁਣ ਲਓ ਨਾ। ਮੈਂ ਕਾਊਂਟਰ ਕਰਨ ਦਾ ਹੱਕ ਹੈ ਕਿ ਨਹੀਂ? ਮੈਂ ਕਾਊਂਟਰ ਕਰਨ ਦਾ ਹੱਕ ਹੈ ਕਿ ਨਹੀਂ? ਤੁਸੀਂ ਇਹ ਦੱਸੋ ਮੈਨੂੰ ਕਾਊਂਟਰ ਕਰਨ ਦਾ ਹੱਕ ਹੈ ਕਿ ਨਹੀਂ? ਮੈਂ ਗੱਲ ਤਾਂ ਕਰ ਸਕਦਾ, ਮੈਂ ਜਵਾਬ ਆਜ ਦੇ ਲਿਓ ਤੁਸੀਂ। ਅਸਲ ਚ ਗੱਲ ਇਹ ਹੈ ਕਿ ਜਦੋਂ ਨਸ਼ੇ ਦੀ ਗੱਲ ਹੁੰਦੀ ਹੈ, ਅੱਜ ਜਿੰਨੇ ਲੋਕ ਬੈਠੇ ਹੈ, ਮੈਂ ਪੁੱਛਦਾ ਹੱਥ ਖੜਾ ਕਰਕੇ ਦੱਸੋ ਨਸ਼ਾ ਖਤਮ ਹੋ ਗਿਆ? ਸਾਰੇ ਜਾਣੇ ਦੱਸੋ ਨਹੀਂ ਹੋਇਆ। ਪਰ ਜਦੋਂ ਗੱਲ ਆ ਜਾਂਦੀ ਹੈ ਨਾ ਜੀ ਅੰਕੜੇ ਦੀ, ਅੰਕੜੇ ਸਾਰੇ ਸਾਹਮਣੇ ਰੱਖ ਦਿੰਦੇ ਆ, ਜਾਂ ਉਸ ਚੀਜ਼ ਨੂੰ ਅੰਕੜਿਆਂ ਨਾਲ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਇਹ ਕਹਿਣਾ ਚਾਹ ਰਿਹਾ, ਹੁਣ ਵਿੱਚ ਨਾ ਬੋਲਿਓ ਤੇ ਜਵਾਬ ਲੈ ਲਿਓ। ਗੱਲ ਇਹ ਹੈ, ਇੱਕ ਪਰਿਵਾਰ ਚੱਲਦਾ ਨਾ, ਉਹ ਆਮਦਨ ਦੇ ਸਿਰ ਤੇ ਚੱਲਦਾ। ਸਾਡੇ ਸਮੇਂ 2 ਸਾਲ ਦਾ ਜਿਹੜਾ ਆਮਦਨ ਦਾ ਕੋਈ ਵੀ ਸੋਰਸ, ਉਹ ਤਾਂ ਕੋਰੋਨਾ ਦੇ ਜ਼ਰੀਏ, ਕੋਰੋਨਾ ਦੇ ਕਾਰਨ ਸਰਕਾਰ ਨੂੰ ਆਮਦਨ ਦਾ ਜ਼ਰੀਆ ਹੀ ਕੋਈ ਨਹੀਂ ਬਚਿਆ। ਉਸ ਦੇ ਬਾਵਜੂਦ ਦਿੱਲੀ ਨਾਲੋਂ ਜ਼ਿਆਦਾ ਬਿਹਤਰ ਪਰਫਾਰਮ ਕੋਰੋਨਾ ਦੇ ਵਿੱਚ, ਲੋਕਾਂ ਦੀ ਰੱਖ ਰਖਾਵ, ਇਲਾਜ, ਉਹਨਾਂ ਨੂੰ ਖਾਣਾ, ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪੰਜਾਬ ਦੀ ਸਰਕਾਰ ਨੇ ਦਿੱਤੀ। ਆਹ ਦਿੱਲੀ ਸਿਹਤ ਮਾਡਲ ਦੀਆਂ ਗੱਲਾਂ ਕਰਦੇ ਆ, ਦਿੱਲੀ 'ਚੋਂ ਲੋਕ ਆ ਕੇ ਪੰਜਾਬ 'ਚ ਇਲਾਜ ਕਰਾਉਂਦੇ ਰਹੇ। ਕੋਈ ਆਮਦਨ ਦਾ ਸੋਰਸ ਨਾ ਹੋਣ ਦੇ ਬਾਵਜੂਦ ਸਫਲਤਾ ਨਾਲ ਸਰਕਾਰ ਚਲਾਈ। ਜਿਹੜੇ ਤੁਸੀਂ ਅੰਕੜਿਆਂ ਦੀ ਗੱਲ ਕਰਦੇ ਹੋ, ਤੁਸੀਂ ਚੈੱਕ ਕਰ ਸਕਦੇ ਹੋ, ਮੈਂ ਜਿਹੜੀਆਂ 500 ਤੋਂ ਜ਼ਿਆਦਾ ਕੰਸਾਈਨਮੈਂਟਸ ਦੀ ਗੱਲ ਦੱਸੀ ਹੈ, 2 ਕਿਲੋ ਤੋਂ ਜ਼ਿਆਦਾ, ਇਹ ਦੱਸ ਦੇਣ ਇਹਨਾਂ ਨੇ ਕਿੰਨੀਆਂ ਕੀਤੀਆਂ, 63,000 ਅਸੀਂ ਕੇਸ ਦਰਜ ਕੀਤਾ। ਉਸ ਤੋਂ ਬਾਅਦ ਜਿਹੜੀ ਹੁਣ ਦੀ ਸਰਕਾਰ ਦੀ ਜਿਹੜੀ ਹੈ ਅਚੀਵਮੈਂਟ, ਮੈਂ ਜ਼ਰਾ ਤੁਹਾਨੂੰ ਉਹਦਾ ਵੀ ਜ਼ਿਕਰ ਕਰ ਦਿਆਂ। ਇਹਨਾਂ ਨੇ ਕਿਹਾ ਸੀ ਬੀਬੀਆਂ ਨੂੰ 1,000 ਰੁਪਇਆ ਮਹੀਨਾ ਦੇਵਾਂਗੇ, ਝੂਠ। ਲੋਕਾਂ ਦੇ ਘਰ ਘਰ ਆਟਾ ਪਹੁੰਚੇਗਾ, ਝੂਠ। BMW ਦਾ ਕਾਰਖਾਨਾ ਲੱਗੇਗਾ, ਝੂਠ। ਗੋਲਡੀ ਗਰਬ ਬਰਾਂਡ ਫੜਿਆ ਗਿਆ, ਝੂਠ। ਅਤਰ ਸਿੰਘ ਮੈਡੀਕਲ ਹਸਪਤਾਲ ਦੇ ਬਾਰੇ, ਝੂਠ। ਅਸਲ ਵਾਲੇ ਗਾਣੇ ਬੰਦ, ਹਾਲਾਂਕਿ ਸਰਕਾਰਾਂ ਦਾ ਕੰਮ ਨਹੀਂ, ਲੇਕਿਨ ਇਹਨਾਂ ਨੇ ਕਿਹਾ ਔਰ ਕੀਤਾ ਕੱਖ ਨਹੀਂ। ਫਿਰ 3 ਮਹੀਨੇ 'ਚ ਨਸ਼ਾ ਅਤੇ ਰਿਸ਼ਵਤ ਬੰਦ ਕਰਾਂਗੇ, ਝੂਠ। ਮਾਂ ਦੀ ਸਹੁੰ ਖਾ ਕੇ ਭਗਵੰਤ ਮਾਨ ਸਾਹਿਬ ਨੇ ਕਿਹਾ ਮੈਂ ਸ਼ਰਾਬ ਛੱਡੀ, ਉਹ ਨਿਕਲਿਆ, ਝੂਠ। ਅੱਛਾ, ਬੇਅਦਬੀ ਦਾ ਇਨਸਾਫ ਅਸੀਂ 24 ਘੰਟਿਆਂ ਸਰਕਾਰ ਬਣਨ ਤੋਂ ਦਿਆਂਗੇ, ਅੱਜ ਤੁਸੀਂ ਦੇਖੋ 2.5 ਸਾਲ ਲੰਘ ਚੱਲੇ ਆ, ਝੂਠ। ਸਸਤਾ ਰੇਤਾ, ਝੂਠ। ਮੂੰਗੀ ਦੇ ਉੱਤੇ MSP ਦਿਆਂਗੇ, ਕਿਸਾਨਾਂ ਨੇ ਖੜੀ ਮੂੰਗੀ ਵਾਹਤੀ, ਇਹਨਾਂ ਨੇ MSP ਨਹੀਂ ਇਹਨਾਂ ਤੋਂ ਦੇ ਹੋਈ। ਅੱਛਾ, ਅਸੀਂ ਦਿਆਂਗੇ ਜੀ ਸਿੱਧੀ ਬਿਜਾਈ, ਝੋਨੇ ਦੀ ਸਿੱਧੀ ਬਿਜਾਈ ਦਾ ਅਸੀਂ ਤੁਹਾਨੂੰ ਦਿਆਂਗੇ ਅਸੀਂ 1,500 ਰੁਪਏ ਪਰ ਏਕੜ, ਕਿਸੇ ਨੇ ਨਹੀਂ ਦਿੱਤਾ, ਉਹ ਝੂਠ। ਅੱਛਾ, ਨੀਂਹ ਪੱਥਰਾਂ ਦੇ ਉੱਤੇ ਦੇਖੇ ਜੀ ਮਿਸਤਰੀਆਂ ਦੇ ਨਾਂ ਆਉਣਗੇ, ਕਿਹੜੇ ਮਿਸਤਰੀਆਂ ਨੇ ਤਾਂ ਲਿਫਾਫਿਆਂ ਦੇ ਉੱਤੇ ਆਪਣੀਆਂ ਫੋਟੋਆਂ ਲਾਤੀਆਂ, ਕਿਤੇ ਪੰਜਾਬ ਸਰਕਾਰ ਦੀ ਡੈਰੀ ਦੇ ਉੱਤੇ ਕਿਸੇ ਸਰਕਾਰ ਸਮੇਂ ਕਿਸੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੀ ਸੀ, ਬਹਾਦੇਸ਼ ਸਰਕਾਰ ਦੇ ਇਹਨਾਂ ਨੇ ਲਾਈ। ਅੱਛਾ, ਗਰਦਾਵਰੀਆਂ ਤੋਂ ਪਹਿਲਾਂ ਜੀ ਮੁਆਵਜ਼ਾ ਮਿਲੂਗਾ, ਹੋਈ ਸੀ ਗੱਲ? ਦੱਸੋ, ਕੋਈ ਜਵਾਬ ਦਿਓ, ਇਹਨਾਂ ਨੇ ਦਿੱਤਾ? ਝੂਠ। VIP ਕਲਚਰ ਖਤਮ ਹੋਊਗਾ। ਅੱਜ ਭਗਵੰਤ ਮਾਨ ਸਾਹਿਬ ਦਾ ਪਰਿਵਾਰ, ਅਫਸੋਸ ਨਾਲ ਕਹਿਣਾ ਪੈਂਦਾ ਕਿ 500 ਗਨਮੈਨ
ਕਿਹੜੀ ਗੱਲ ਦੇ ਲਈ ਫਿਰਦੇ ਆ? ਚਲੋ ਜਵਾਬ ਲੈ ਲਈਏ, ਜਵਾਬ ਲੈ ਲਈਏ, ਬਹੁਤ ਬਹੁਤ ਲੰਬੀ ਗੱਲ ਆ ਗਈ ਤੁਹਾਡੀ। ਮੈਂ ਇੱਕ ਵਾਰੀ ਸੋਚ ਸਾਹਿਬ ਦਾ ਰੁਕ ਕਰ ਲਵਾਂ, ਉਸ ਤੋਂ ਬਾਅਦ ਮੈਂ ਸਵਾਲ ਲਵਾਂਗਾ। ਚਲੋ ਆਵਾਂਗੇ ਥੋੜੇ, ਮੇਰੀ ਰਿਕੁਐਸਟ ਹੈ ਕਿ ਤੁਸੀਂ ਜਵਾਬ ਵੀ ਥੋੜੇ ਛੋਟੇ ਛੋਟੇ ਰੱਖੋ ਤਾਂ ਕਿ ਅਸੀਂ ਵਾਰ ਵਾਰ ਆ ਸਕੀਏ, ਅਸੀਂ ਸਵਾਲ ਵੀ ਛੋਟੇ ਛੋਟੇ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋਈ ਸਾਹਿਬ, ਪੁਆਇੰਟ ਇਹ ਦੋ ਚੀਜ਼ਾਂ, ਮੈਂ ਤੁਸੀਂ ਸ਼ੁਰੂਆਤ ਦੇ ਵਿੱਚ ਰਾਮ ਮੰਦਿਰ ਦਾ ਜ਼ਿਕਰ ਕੀਤਾ, ਅਕਾਲੀ ਦਲ ਨੂੰ ਤੁਹਾਡੇ ਵਿਰੋਧੀਆਂ ਨੂੰ ਬਹੁਤ ਇਤਰਾਜ਼ ਹੈ, ਦੂਜਾ ਤੁਹਾਡੇ ਕੋਲ ਪਬਲਿਕ ਦੇ ਵਿੱਚੋਂ ਵੀ ਇੱਕ ਸਵਾਲ ਆਇਆ। ਦੇਖੋ, ਮੇਰੀ ਭੈਣ ਨੇ ਕਿਹਾ ਸੀਗਾ ਕਿ ਮੋਦੀ ਸਰਕਾਰ ਨੇ ਔਰਤਾਂ ਦੇ ਪ੍ਰਤੀ ਕੁਛ ਕੀਤਾ ਨਹੀਂ। ਭੈਣ ਜੀ, ਸਵਾਤੀ ਮਹੀਵਾਲ ਦਾ ਦੇਖ ਲਓ, ਤੁਹਾਡੇ ਸੀਐਮ ਦੇ ਘਰ ਦੇ ਵਿੱਚ ਉਹਦੇ ਨਾਲ ਬੇਅਦਬੀ ਹੋਈ, ਉਹਦੇ ਨਾਲ ਵਿਆਚਾਰ ਹੋਇਆ, ਉਹਦੇ ਮੈਂ ਜਨਨ ਅੰਗਾਂ ਦੇ ਉੱਪਰ ਅਟੈਕ ਕੀਤਾ ਗਿਆ। ਭੈਣ ਜੀ, ਆਪਣੀ ਗੱਲ ਕਹਿ ਸਕਦੇ, ਤੁਹਾਡੇ ਇੱਕ ਮੰਤਰੀ ਬਲਕਾਰ ਸਿੰਘ ਨੇ, ਉਹਦੀ ਵੀਡੀਓ ਵਾਇਰਲ ਹੋ ਰਹੀ ਹੈ, ਵੇਖੋ ਜਰਾ ਜਾ ਕੇ, ਕਟਾਰੂ ਚੱਕਣੇ ਕੇ ਕੀਤਾ। ਤੁਹਾਡੀ ਤੇ ਪਾਰਟੀ ਮੋਰੈਲਿਟੀ ਦੇ ਵਿੱਚ ਫੇਲ ਹੋ ਗਈ, ਤੁਹਾਡੀ ਪਾਰਟੀ ਮੋਰੈਲਿਟੀ ਦੇ ਵਿੱਚ ਫੇਲ ਹੋ ਗਈ, ਤੁਹਾਡੀ ਪਾਰਟੀ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਫੇਲ ਹੋ ਗਈ, ਤੁਹਾਡੀ ਪਾਰਟੀ ਬੇਅਦਬੀ ਦਾ ਇਨਸਾਫ ਦਿਵਾਉਣ ਵਾਸਤੇ ਫੇਲ ਹੋ ਗਈ। ਠੀਕ ਹੈ, ਤੁਸੀਂ ਆਪਣੀ ਥਾਂ ਤੇ ਬੈਠੇ ਰਹੋ। ਸੋਈ ਸਾਹਿਬ, ਮੇਰੀ ਰਿਕੁਐਸਟ ਹੈ ਕਿ ਗੱਲ ਇਹ ਹੈ ਕਿ ਜਿਹੜਾ ਸਵਾਲ ਹੈ ਉਹ ਪੂਰੇ ਪੰਜਾਬ ਦੇ ਤੌਰ ਤੇ ਆਉਂਦਾ। ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਮੈਂ ਕਿਸੇ ਮੁੱਖ ਮੰਤਰੀ ਵਜੋਂ ਨਹੀਂ ਪੁੱਛਿਆ, ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਪੁੱਛਿਆ, ਤੁਸੀਂ ਤਾਂ ਮੈਨੂੰ ਹੋਰ ਗਨਾਨ ਲੱਗ ਗਏ, ਇਟ ਮੀਨਸ ਤੁਸੀਂ ਸ਼ਹਿ ਦਿੰਦੇ ਹੋ ਇਸ ਗੱਲ ਨੂੰ। ਮੈਂ ਜਿਹੜੀ ਗੱਲ ਦਾ ਤੁਹਾਨੂੰ ਜਵਾਬ ਪੁੱਛਿਆ, ਤੁਸੀਂ ਮੈਨੂੰ ਉਹਦਾ ਜਵਾਬ ਦਿਓ, ਮੈਨੂੰ ਮਨੀਪੁਰ ਦਾ। ਠੀਕ ਹੈ, ਬੈਠ ਜਾਓ, ਠੀਕ ਹੈ, ਛੋਟਾ ਜਵਾਬ। ਦੇਖੋ, ਜੋ ਬੀਜੇਪੀ ਨੇ ਲੁਧਿਆਣੇ ਵਾਸਤੇ, ਚਾਹੇ ਸਾਡਾ MP ਨਹੀਂ ਸੀਗਾ, ਜੋ ਲੁਧਿਆਣੇ ਵਾਸਤੇ ਬੀਜੇਪੀ ਨੇ ਕੀਤਾ, ਸ਼ਾਇਦ ਮੈਨੂੰ ਲੱਗਦਾ ਕਿਸੇ ਪਾਰਟੀ ਨੇ ਨਹੀਂ ਕੀਤਾ। ਅਸੀਂ ਪਿਛਲੇ 10 ਵਰ੍ਹਿਆਂ ਦੇ ਵਿੱਚ 40,000 ਕਰੋੜ ਦੇ ਪ੍ਰੋਜੈਕਟ ਲੁਧਿਆਣੇ ਨੂੰ ਦਿੱਤੇ ਆ। ਮੈਂ ਤੁਹਾਨੂੰ ਗੱਲ, ਚੁੱਪ ਕਰ ਦਿਓ ਜੀ ਪਲੀਜ਼। ਕੋਈ ਗੱਲ ਨਹੀਂ, ਮਾਈਕ ਦੇ ਜ਼ਰੀਏ ਆਵਾਜ਼ ਆਏਗੀ। ਸੋਈ ਸਾਹਿਬ, ਜੋ ਮਾਈਕ 'ਚ ਬੋਲਿਆ ਜਾ ਰਿਹਾ ਉਹੀ ਆਵਾਜ਼ ਆ ਰਹੀ। ਅਸੀਂ ਲੁਧਿਆਣੇ ਨੂੰ ਲੁਧਿਆਣੇ ਦੀ ਲਾਈਫ ਲਾਈਨ ਦੇ ਦਿੱਤੀ, ਫਿਰੋਜ਼ਪੁਰ ਰੋਡ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਐਲੀਵੇਟਡ ਰੋਡ ਦੇ ਦਿੱਤੀ। ਅਸੀਂ ਲੁਧਿਆਣੇ ਨੂੰ ਸਮਰਾਲਾ ਪੂਰੇ ਬਾਈਪਾਸ ਦੇ ਦਿੱਤੇ। ਅਸੀਂ ਲੁਧਿਆਣੇ ਨੂੰ ਇਸ ਵਕਤ ਸਮਾਰਟ ਸਿਟੀ ਦੇ ਪੈਸੇ ਦੇ ਦਿੱਤੇ, ਜਿਹੜੇ ਕਾਂਗਰਸ ਨੇ ਵੱਖਰੀ ਜਗ੍ਹਾ ਤੇ ਖਰਚ ਕਰ ਦਿੱਤੇ। ਅੱਜ ਸਮਾਰਟ ਵੈਲੀ ਵੇਖਦੇ ਹੋ, ਅੱਜ ਸਰਾਭਾ ਨਗਰ ਮਾਰਕੀਟ ਵੇਖਦੇ ਹੋ, ਅੱਜ ਮਲਹਾਰ ਰੋਡ ਵੇਖਦੇ ਹੋ, ਆਹ ਕਿਸੇ ਹੋਰ ਦੀ ਦੇਣ ਨਹੀਂ ਹੈ, ਆਹ ਮੋਦੀ ਸਰਕਾਰ ਦੀ ਸਿੱਖਾਂ ਦੇ ਮਸੀਹਾ ਦੀ ਦੇਣ ਹੈ। ਅੱਜ ਸਿੱਖਾਂ ਦੇ ਮਸੀਹਾ ਮੋਦੀ ਨੇ, ਸਿੱਖਾਂ ਦੇ ਮਸੀਹਾ ਮੋਦੀ ਨੇ ਕਰਤਾਰਪੁਰ ਲਾਂਘਾ ਦੇ ਦਿੱਤਾ, ਅੱਜ ਸਿੱਖਾਂ ਦੇ ਮਸੀਹਾ ਮੋਦੀ ਨੇ ਲੰਗਰ ਦੇ ਉੱਪਰ GST ਹਟਾ ਦਿੱਤਾ, ਅੱਜ ਸਿੱਖਾਂ ਦੇ ਮਸੀਹਾ ਮੋਦੀ ਨੇ। ਠੀਕ ਹੈ, ਚਲੋ ਰਿਐਕਸ਼ਨ ਲਈਏ ਛੋਟਾ ਛੋਟਾ। ਜੀ ਜੀ, ਭਾਰਤੀ ਜਨਤਾ ਪਾਰਟੀ ਆਪਣੀ 10 ਸਾਲ ਦੀਆਂ ਕਾਰਗੁਜ਼ਾਰੀਆਂ ਦਾ ਜਵਾਬ ਦੇਣ 'ਚ ਬਿਲਕੁਲ ਨਾਕਾਮ ਹੈ। ਇੱਕ ਆਹ ਜਿਹੜੇ ਇਹਨਾਂ ਨੇ ਗੱਲ ਕੀ, ਸਿੱਖਾਂ ਦਾ ਮਸੀਹਾ, ਸਿੱਖਾਂ ਦਾ ਮਸੀਹਾ ਗੁਰੂ ਨਾਨਕ ਦੇਵ ਹੈ, ਗੁਰੂ ਗੋਬਿੰਦ ਸਿੰਘ ਤੱਕ ਜਿਹੜੇ 10 ਗੁਰੂ ਹੈ ਉਹ ਸਿੱਖਾਂ ਦੇ ਮਸੀਹਾ ਨੇ, ਇਹ ਨੇ। ਇਹ ਤਾਂ ਮੋਦੀ ਨੂੰ ਭੰਡ ਰਹੇ, ਮੋਦੀ ਨੂੰ ਸਿੱਖਾਂ ਦਾ ਮਸੀਹਾ ਕਹਿਣਾ, ਮੈਂ ਸਮਝਦਾ ਸਿੱਖ ਧਰਮ ਦਾ ਸਭ ਤੋਂ ਵੱਡਾ। SGPC ਨੇ ਮੋਦੀ ਸਾਹਿਬ ਨੂੰ ਜਦੋਂ ਕਰਤਾਰਪੁਰ ਦਾ ਲਾਂਘਾ ਖੋਲਿਆ, ਉਦੋਂ ਉਹਨਾਂ ਨੇ ਆਪਣੀ ਸਾਈਟੇਸ਼ਨ 'ਚ ਜਿਹੜੀ ਮੋਦੀ ਸਾਹਿਬ ਨੂੰ ਅਵਾਰਡ ਦਿੱਤਾ ਸੀਗਾ, ਉਹਦੇ ਵਿੱਚ ਲਿਖਿਆ ਗਿਆ ਕਿ ਮੋਦੀ ਸਾਹਿਬ ਇਸ ਸਿੱਖਾਂ ਦਾ ਮਸੀਹਾ, ਇੱਕ ਮਸੀਹਾ ਬਣ ਕੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਸੰਪਰਕ ਨਹੀਂ ਕੀਤੀ। ਇਹਦਾ ਮਤਲਬ ਤੁਸੀਂ ਸਿੱਖਾਂ ਸਿੱਖਾਂ ਦੇ ਸਿਰ ਤੇ ਰਾਤੀ ਨਹੀਂ ਪਾਉਂਦੇ, ਉਹ ਸ਼ਰਮ ਕਰੋ ਯਾਰ, ਮਾੜੀ ਜੀ ਸ਼ਰਮ ਕਰ ਲਓ। ਭਾਰਤੀ ਜਨਤਾ ਪਾਰਟੀ ਜੇ 10 ਕੁਝ ਕੀਤਾ ਹੁੰਦਾ, ਅੱਗੇ ਗੱਲ ਰੱਖ ਦੇ ਰਿਕਿੰਗ ਕਰਕੇ ਗੱਲ ਦਾ ਸਹਾਰਾ ਨਾ ਲੈਣਾ ਪੈਂਦਾ ਜੀ। ਠੀਕ ਹੈ, ਮੈਂ ਉਹਨਾਂ ਨੇ SGPC ਦਾ ਜ਼ਿਕਰ ਕੀਤਾ, ਧੰਨਵਾਦ। ਤੁਸੀਂ ਆਪਣੀ ਸੀਟ ਤੇ ਰਹੋ ਜੀ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ, ਪਲੀਜ਼ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਸੋਈ ਸਾਹਿਬ ਜੀ, ਸੋਈ ਸਾਹਿਬ ਬੜਾ ਡੌਜ ਕਰ ਗਏ ਇੱਕ ਭੈਣ ਦਾ ਵਾਜਿਬ ਸਵਾਲ, ਮਾਫ ਕਰਨਾ, ਸਾਰੇ ਇੱਕੋ ਜਿਹੇ ਹੋ।
ਇਹਨਾਂ ਨੇ ਤਾਂ ਰੇਪਿਸਟ ਬੈਂਸ ਮੋਢਿਆਂ ਤੇ ਚੱਕ ਲਿਆ, ਰਾਹੁਲ ਬਾਬਾ ਨੇ ਜੁਆਇਨ ਕਰਾਇਆ, ਲਾਹਣਤ ਹੋਣੀ ਚਾਹੀਦੀ ਇਹਨਾਂ ਤੇ। ਇਹ ਐਡਾ ਤਕੜਾ ਸ਼ੇਰ ਹੈ ਪੰਜਾਬ ਦਾ ਵੜਿੰਗ, ਉਹਨੂੰ ਰੇਪਿਸਟ ਦੀ ਲੋੜ ਪੈ ਗਈ? ਇਹ ਰੇਪਿਸਟ ਦੀ ਲੋੜ ਪੈ ਗਈ? ਅਕਾਲੀ ਦਲ ਦਾ ਜਿਹੜਾ ਮੈਂ ਸਮਝਦਾ ਸੁਨਹਿਰਾ ਇਤਿਹਾਸ ਹੈ, ਉਹਦੀ ਸੁੱਚਾ ਸਿੰਘ ਲੰਗਾਹ ਵਰਗੇ ਇਹਨਾਂ ਦੇ ਜਿਹੜੇ ਸੂਰਮੇ ਹੈ, ਉਹਨਾਂ ਦੀ ਤਾਂ ਤੁਸੀਂ ਮੇਰੇ ਖਿਆਲ ਹੈ ਆਪਾਂ ਨੂੰ ਸ਼ਾਇਦ ਲੱਡੂ ਵੰਡਣੇ ਚਾਹੀਦੇ ਆ। ਅਕਾਲੀ ਦਲ ਦੇ ਜਿਹੜੇ ਜਿਹੜੇ ਜਿੱਦਾਂ ਦੀਆਂ ਵੀਡੀਓ ਆਈਆਂ, ਉਹਨਾਂ ਦਾ ਤਾਂ ਸਤਿਕਾਰ, ਉਹਨਾਂ ਨੂੰ ਨੈਸ਼ਨਲ ਅਵਾਰਡ ਦਿਓ, ਉਹਨਾਂ ਨੂੰ ਪਦਮ ਸ਼੍ਰੀ ਦਿਓ। ਸੁਣੋ, ਪ੍ਰਿਯੰਕਾ ਬੀਬੀ ਜੀ ਦੇ ਨਾਲ ਕੌਣ ਖੜਾ ਸੀ? ਗੁਰਕੀਰਤ ਕੋਟਲੀ ਜੀ ਨੂੰ ਟਿਕਟ ਦੇ ਕੇ ਮੰਤਰੀ ਬਣਾਇਆ ਕਾਤੀਆ ਕਾਂਡ ਵਾਲਾ? ਲਾਣਤ ਹੈ ਤੁਹਾਡੇ ਤੇ। ਤੁਸੀਂ ਲੇਡੀਜ਼ ਦੇ ਗੱਲਾਂ ਕਰਦੇ ਹੋ, ਤੁਸੀਂ ਦੋਗਲੀਆਂ ਗੱਲਾਂ ਕਰਦੇ ਹੋ। ਸਾਡੀਆਂ ਵੀਡੀਓ ਨਹੀਂ ਆਈਆਂ, ਤੁਹਾਡੀਆਂ ਤਾਂ ਵੀਡੀਓ ਆ ਗਈਆਂ। ਚਲੋ ਸਾਡੀ ਕੋਸ਼ਿਸ਼ ਹੈ ਇੱਕ ਲੋਕਲ ਮੁੱਦੇ ਪੁੱਛਿਓ ਤੁਸੀਂ, ਲੁਧਿਆਣਾ ਦੇ ਇਸ਼ੂਜ਼ ਦੇ ਉੱਤੇ ਪਾਈਏ, ਬਹੁਤ ਸਾਰੇ ਲੁਧਿਆਣਾ ਦੇ ਇਸ਼ੂਜ਼ ਦੇ ਉੱਤੇ ਰਹੀਏ। ਬੀਜੇਪੀ ਵਾਲਿਆਂ ਨੇ ਪੁੱਛਿਆ ਕੈਪਟਨ ਸਾਹਿਬ ਨੂੰ ਕਿਉਂ ਲਿੱਤਾ ਸੀ ਅੰਦਰ, ਤੁਹਾਡਾ ਕੋਈ ਸਵਾਲ? ਮੈਂ ਇਹ ਕਹਿ ਰਿਹਾ ਵੀ ਇਲੈਕਸ਼ਨ ਇਹ ਹੈਗਾ ਸੈਂਟਰ ਦਾ, ਇਹ ਲੜ ਰਹੇ ਆਪਸ ਦੇ ਵਿੱਚ, ਹੈਨਾ, ਇਹ ਦੋਨੇ ਪਾਰਟੀਆਂ ਜਿਹੜੀਆਂ ਨੇ ਸੈਂਟਰ ਦੇ ਵਿੱਚ ਤਾਂ ਇਕੱਠੇ ਨੇ, ਇੱਥੇ ਗੁਜਰਾ ਇਲਜ਼ਾਮ ਲਗਾ ਰਹੇ ਨੇ। ਅੱਛਾ ਚਲੋ, ਉਹ ਸਵਾਲ ਵੈਸੇ ਪਹਿਲਾਂ ਹਰ ਡਿਬੇਟ ਦੇ ਵਿੱਚ ਆਉਂਦਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅਲਾਇੰਸ ਦਾ, ਜੋ ਪੰਜਾਬ ਚ ਨਹੀਂ ਬਾਕੀ ਸਟੇਟਾਂ ਚ, ਇੱਥੇ ਹੈ ਕਿ ਨਹੀਂ ਹੈ? ਗੌਰਵ ਜੀ 2 ਮਿੰਟ ਦੇ ਦਿਓ। ਠੀਕ ਹੈ, ਥੋੜਾ ਛੋਟਾ ਰੱਖਿਓ ਤਾਂ ਕਿ ਮੈਨੂੰ ਵਿਚਾਲੇ ਇੰਟਰਪਟ ਕਰਨਾ ਨਾ ਪਵੇ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਸਾਰੀਆਂ ਪਾਰਟੀਆਂ ਨੇ ਸਾਨੂੰ ਟਾਰਗੇਟ ਕੀਤਾ ਆਪਣੀ ਡਿਵੈਲਪਮੈਂਟ ਦਾ ਕੰਮ ਜਾਂ ਆਪਣੇ ਕੀਤੇ ਹੋਏ ਕੰਮ ਨਹੀਂ ਗਿਣਾਏ ਹੈਗੇ। ਮੈਂ ਪਰਸਨਲ ਨਹੀਂ ਹੋਊਂਗਾ, ਕਿਸੇ ਦੀ ਵੀਡੀਓ ਆ ਗਈ, ਲੰਗਾਹ ਦੀਆਂ ਵੀ ਆਉਂਦੀਆਂ ਰਹੀਆਂ ਨੇ, ਕੋਈ ਰੇਪਿਸਟ ਨੂੰ ਲੈ ਗਿਆ, ਉਸ ਚੀਜ਼ ਤੇ ਡਿਬੇਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਇਸ ਲਈ ਕੀਤਾ ਗਿਆ ਵਾ ਕਿਉਂਕਿ ਅੱਜ ਅਸੀਂ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ। ਜੇ 2024 ਦੇ ਵਿੱਚ ਬੀਜੇਪੀ ਦੀ ਸਰਕਾਰ ਭਾਰਤ ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਆ ਤਾਂ ਲੋਕੋ ਯਾਦ ਰੱਖਿਓ, ਦੁਬਾਰਾ ਤੁਹਾਨੂੰ ਵੋਟ ਪਾਉਣ ਦਾ ਹੱਕ ਨਹੀਂ ਮਿਲਣਾ। ਇਹਨਾਂ ਨੇ ਕੌਂਸਟੀਟਿਊਸ਼ਨ ਚੇਂਜ ਕਰਕੇ ਰੱਖ ਦੇਣਾ। ਇਸ ਚੀਜ਼ ਨੂੰ ਦੇਖਦੇ ਹੋਏ ਇਹ ਸਿਰਫ 30-32% ਲੋਕਾਂ ਦੀ ਵੋਟ ਨਾਲ ਸੈਂਟਰ ਦੇ ਵਿੱਚ ਸਰਕਾਰ ਬਣਾਉਂਦੇ ਸੀ। ਆਪੋਜ਼ੀਸ਼ਨ ਪਾਰਟੀਜ਼ ਨੇ ਇਕੱਠੇ ਹੋ ਕੇ ਜਿਹੜੀ 68-70% ਵੋਟ ਵੰਡ ਹੁੰਦੀ ਸੀ ਉਹਨੇ ਇਕੱਠੇ ਪੋਲ ਕਰਨ ਲਈ ਡਿਕਟੇਟਰ ਕਰ ਦੂਗਾ, ਮੋਦੀ ਡਿਕਟੇਟਰ ਕਰ ਦੂਗਾ। ਉਹੀ ਸਵਾਲ ਕੀ ਹੈ ਤੁਹਾਡਾ? ਹਿੰਦੁਸਤਾਨ ਦੇ ਵਿੱਚ ਤੇ ਇੰਦਰਾ ਗਾਂਧੀ ਜਿਹਨੇ 50,000 ਸਿੱਖਾਂ ਦਾ ਕਤਲ ਕੀਤਾ ਸੀਗਾ ਉਹ ਨੀ ਬਚੀ, ਇਸ ਕਰਕੇ ਭਰਾਵੋ ਹਿੰਦੁਸਤਾਨ ਚ ਮੋਦੀ ਸਾਹਿਬ ਦੇ ਅੰਡਰ ਕੌਂਸਟੀਟਿਊਸ਼ਨ ਸੇਫ ਹੈ, ਦੇਸ਼ ਸੇਫ ਹੈ। ਅਸੀਂ ਪਾਕਿਸਤਾਨ ਨੂੰ ਬਾਲਾਕੋਟ 'ਚ ਜਾ ਕੇ ਮਾਰਦੇ ਹਾਂ, ਅਸੀਂ ਸਰਜੀਕਲ ਸਟ੍ਰਾਈਕ ਕਰਦੇ ਹਾਂ, ਨਾ ਦੇਸ਼ ਦੇ ਵਿੱਚ ਕੋਈ ਇਦਾਂ ਦਾ ਉਗਰਵਾਦ ਦਾ ਕੰਮ ਹੋਇਆ ਨਾ ਹੋਣ ਦੇਵਾਂਗੇ, ਕਿਉਂਕਿ ਦੇਸ਼ ਇਸ ਵਕਤ ਸੁਰੱਖਿਅਤ ਹੈ। ਮੋਦੀ ਸਰਕਾਰ 400 ਵਿਜੇ ਜੀ, ਸਵਾਲ ਹੈ ਜਿਹੜੇ ਨੁਮਾਇੰਦੇ ਖੜੇ ਨੇ, ਤੁਸੀਂ ਆਪਸ ਹੀ ਲੜੀ ਜਾ ਰਹੇ ਹੋ, ਪੰਜਾਬ ਵਾਸਤੇ ਕਦੋਂ ਲੜੋਗੇ, ਸਾਡੇ ਵਾਸਤੇ ਕਦੋਂ ਲੜੋਗੇ, ਤੁਸੀਂ ਵੋਟ ਤੁਹਾਨੂੰ ਕਿਉਂ ਪਾਈਏ? ਦੂਸਰਾ ਸਵਾਲ ਮੇਰਾ ਬੀਜੇਪੀ ਨੂੰ ਹੈ, ਬੀਜੇਪੀ ਕਹਿ ਰਹੀ ਹੈ ਜੋ ਰਾਮ ਕੋ ਲਾਏ ਹਮ ਉਨਕੋ ਲਾਏਂਗੇ, ਪਹਿਲਾਂ ਇਹ ਜਵਾਬ ਦੇ ਦੇਣ, ਜਿਹੜਾ ਰਾਮ ਮੰਦਿਰ ਦਾ ਕੇਸ ਲੜਿਆ ਮੋਦੀ ਸਾਹਿਬ ਨੇ ਲੜਿਆ ਜਾਂ ਸ਼ੰਕਰਾਚਾਰਿਆ ਜੀ ਨੇ ਲੜਿਆ? ਸ਼ੰਕਰਾਚਾਰਿਆ ਜੀ ਕਹਿ ਰਹੇ ਨੇ ਅਸੀਂ ਲੜਿਆ ਆਪਣੇ ਪੈਸੇ ਨਾਲ ਲੜਿਆ, ਆਪਣੇ ਦਮ ਤੇ ਲੜਿਆ, ਹੁਣ ਜਵਾਬ ਦੇ ਦੇਣ, ਅਗਰ ਇਹਨਾਂ ਨੇ ਲੜਿਆ ਤੇ ਫਿਰ ਰਾਮ ਮੰਦਿਰ ਰਾਮ ਕੋ ਇਹ ਲਾਏ? ਚਲੋ ਚਲੋ, ਹੋਰ ਸਵਾਲ ਲੈ ਲਈਏ ਜੀ। ਇਹ ਸਵਾਲ ਹੈ ਜੀ, ਬੀਜੇਪੀ ਵੱਲੋਂ
ਸੈਂਟਰ 'ਚ 10 ਸਾਲ ਹੋ ਗਏ ਸਰਕਾਰ ਚੱਲਦੀ ਨੂੰ, ਕਿ ਮਹਿੰਗਾਈ ਦੇ ਮੁੱਦੇ 'ਤੇ ਕੌਣ ਬੋਲਦਾ ਕੋਈ, ਡੀਜ਼ਲ ਅਤੇ ਪੈਟਰੋਲ ਦੇ ਮੁੱਦੇ 'ਤੇ ਕੌਣ ਬੋਲਦਾ ਕੋਈ, ਰਸੋਈ ਦੇ ਗੈਸ ਰਸੋਈ ਦੇ ਸਿਸਟਮ 'ਤੇ ਕਿਉਂ ਨਹੀਂ ਬੋਲਦਾ ਕੋਈ, ਇਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਬੋਲਦੇ, ਧਰਮ ਦੇ ਹਰ ਗੱਲ ਧਰਮ ਦੇ ਲੈ ਕੇ ਬਹਿ ਜਾਂਦੇ ਨੇ, ਧਰਮ ਦਾ ਕੀ ਮਾਮਲਾ ਇਹ 'ਚ? ਠੀਕ ਹੈ ਜੀ 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 ਪਿੱਛੋਂ ਹਾਂਜੀ, ਜਿਹੜਾ 15 ਲੱਖ ਦਾ ਇਹਨਾਂ ਨੇ ਜ਼ੁਲਮ ਕੀਤਾ ਸੀ, ਕਿਹਾ 15-15 ਲੱਖ ਰੁਪਇਆ ਆਊਗਾ ਹਰੇਕ ਦੇ ਖਾਤੇ 'ਚ, ਅੱਜ ਤੱਕ ਦੁਨੀਆ ਸਾਰੀ ਹਿੰਦੁਸਤਾਨ ਉਹ ਦੇਖਦਾ ਉਹ 15 ਲੱਖ ਕਦੋਂ ਆਊਗਾ? ਅੱਛਾ ਹੋਰ ਕੋਈ ਇਹਦੇ ਮੌਕੇ ਨੂੰ ਰੋਈ ਜਾਂਦੇ ਹੈ ਵੀ 1000 ਰੁਪਇਆ ਜਨਾਨੀਆਂ ਦੇ ਖਾਤੇ 'ਚ ਪਾਇਆ ਨੀ, ਜਿਹੜੇ 15 ਲੱਖ ਦਾ ਲਾਲੀਪਾਪ ਦਿੱਤਾ ਹੋਇਆ ਉਹਦੇ ਬਾਰੇ ਤਾਂ ਕੋਈ ਗੱਲ ਕਰਦਾ ਨੀ। ਠੀਕ ਹੈ ਚਲੋ ਜਵਾਬ ਜਵਾਬ ਗੱਲ ਨਹੀਂ ਕਰਦਾ ਪਿਆ, ਸਾਡੇ ਭੈਣ ਚੋ ਮੇਰੀ ਗੱਲ ਸੁਣੋ, ਗਰੋਸਰੀ ਗੱਲ ਨਹੀਂ ਕਰਦਾ। ਠੀਕ ਹੈ ਚਲੋ ਇੱਕ ਛੋਟਾ ਛੋਟਾ ਸਵਾਲ, ਮੇਰਾ ਸਵਾਲ ਕਾਂਗਰਸ ਪਾਰਟੀ ਤੋਂ ਹੈ, ਕਾਂਗਰਸ ਪਾਰਟੀ ਦੀ ਜਿਹੜੇ ਹਾਈ ਕਮਾਨ ਹੈ ਇੱਦਾਂ ਦੀ ਕਿਹੜੀ ਮੈਨੇਜਮੈਂਟ ਹੈ? ਉਹ ਪੰਜਾਬ ਦੇ ਆਪਣੇ ਸਾਰੇ ਲੀਡਰ ਨਹੀਂ ਬਚਾ ਸਕੇ, 9 ਸਾਲ ਦਾ ਮੁੱਖ ਮੰਤਰੀ ਸਾਡੇ ਕੈਪਟਨ ਅਮਰਿੰਦਰ ਸਾਹਿਬ, ਸਾਡੇ ਹੁਣ ਜਿਹੜੇ ਆਪਣੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੀਗੇ ਜਾਖੜ ਸਾਹਿਬ, ਲੁਧਿਆਣੇ ਦੇ MLA, ਲੁਧਿਆਣੇ ਦੇ ਕੌਂਸਲਰ ਸਾਰੇ ਕਾਂਗਰਸ ਛੱਡ ਕੇ ਜਾ ਰਹੇ, ਇਹਦਾ ਕੀ ਕਾਰਨ ਹੈ? ਠੀਕ ਹੈ ਚਲੋ ਪਾਰਟੀ ਛੱਡ ਰਹੇ। ਇੱਕ ਭਾਈ ਛੋਟਾ ਲੋਕਲ ਮੁੱਦਾ ਹੈ, ਕਹਿੰਦੇ ਪੱਪੀ ਜੀ ਕਹਿੰਦੇ ਸੀ ਕਿ ਮੈਂ ਇੱਥੇ ਏਮਸ ਲੈ ਕੇ ਆਵਾਂਗਾ ਜਿੱਤਣ ਤੋਂ ਬਾਅਦ, ਪਹਿਲਾਂ ਉਹ ਆਪਣੇ ਏਰੀਏ ਦਾ ਸਿਵਲ ਹਸਪਤਾਲ ਤਾਂ ਸਹੀ ਕਰ ਲੈਣ ਜਿਹੜਾ ਉਹਨਾਂ ਦੇ ਹਲਕੇ ਦੇ ਵਿੱਚ ਆਉਂਦਾ, ਹਸਪਤਾਲ ਦੀ ਕੰਡੀਸ਼ਨ ਠੀਕ ਬਹੁਤ ਮਾੜੀ। ਦੂਸਰੀ ਗੱਲ ਜਿੱਤੂਗਾ ਪੱਪੀ, ਲਾਈਟ ਦੀ ਗੱਲ ਕਰ ਰਹੇ ਆ, ਕਹਿੰਦੇ ਇਹ ਤੁਹਾਡੇ ਦੋਸਤ ਹੈ? ਨਹੀਂ ਭਰਾਈ ਆ, ਸਾਰੇ ਆਪਾਂ ਭਾਈ ਆ, ਤੁਸੀਂ ਮੈਨੂੰ ਆਮ ਆਦਮੀ ਪਾਰਟੀ ਵਾਲੇ ਲੱਗਦੇ ਨਹੀਂ, ਇੱਧਰ ਪਾਰਟੀ ਆ। ਦੂਸਰੀ ਗੱਲ ਕਹਿੰਦੇ ਲਾਈਟ ਫ੍ਰੀ ਦਿੱਤੀ, ਅੱਜ ਜਿਸ ਏਰੀਏ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਖੜੇ ਨੇ ਉਹਨਾਂ ਦੇ ਏਰੀਏ ਦੇ ਵਿੱਚ ਹੀ ਲਾਈਟ ਦਾ ਬਹੁਤ ਬੁਰਾ। ਠੀਕ ਹੈ ਇੱਕ ਸਰ ਮੈਂ ਪੁੱਛਣਾ ਚਾਹੁੰਦਾ ਵੀ ਬਿਜਲੀ ਦੀ ਬੜੀ ਗੱਲ ਹੋਈ, ਜਿਹੜੀਆਂ ਸ਼ਹਿਰ ਦੇ ਬਾਹਰ ਕਲੋਨੀਆਂ ਨਵੀਆਂ ਬਣੀਆਂ ਨੇ ਉੱਥੇ ਜਦੋਂ ਮੀਟਰ ਲੱਗਦਾ ਨਾ ਪਰਚੀ ਰਸੀਦ ਘੱਟ ਜਾਂਦੀ, ਪੈਸੇ ਲੈ ਲੈਂਦਾ ਮਹਿਕਮਾ ਬਿਜਲੀ ਬੋਰਡ, ਪਰ ਮੀਟਰ ਨਹੀਂ ਲੱਗਦਾ ਉਹਨਾਂ ਦੇ। ਇਹ ਵਕੀਲ ਨੇ ਦੋਨੋਂ, ਟਾਂਡਾ ਸਾਹਿਬ ਵੀ ਖੜੇ ਹੈ ਤੇ ਗਿੱਲ ਸਾਹਿਬ ਵੀ ਖੜੇ ਹੈ, ਕੇਸ ਲਗਾਇਆ ਜਾਂਦਾ ਪ੍ਰੋਪਰ, ਪਟੀਸ਼ਨ ਲੱਗਦੀ ਹੈ ਕੋਰਟ ਦੇ ਵਿੱਚ ਤਾਂ ਜਾ ਕੇ ਮੀਟਰ ਲਗਾਇਆ ਜਾਂਦਾ। ਪੈਸੇ ਲੈ ਲੈ ਮੀਟਰ ਦਿੱਤਾ, ਪੈਸੇ ਲੈ ਲੈਂਦੇ, ਰਸੀਦ ਦੇ ਦਿੰਦੇ ਆ ਪਰ ਮੀਟਰ ਨਹੀਂ ਲੱਗਦਾ। ਦੂਸਰੀ ਗੱਲ ਇੱਕ ਸਰ 1086 ਨੰਬਰ ਡਾਇਲ ਕਰੋ ਤੇ ਘਰ ਘਰ ਤੁਹਾਡੇ ਘਰ ਆ ਕੇ ਕੰਮ ਕਰਕੇ ਜਾਊਗੀ ਸਰਕਾਰ, ਉਹ ਦਿਖਿਆ ਹੀ ਨਹੀਂ ਜੀ ਬੰਦਾ ਕੋਈ ਸੜਕ ਤੇ ਕੰਮ ਕਰਦਾ ਆ, ਉਹ ਏਡੀ ਵੱਡੀ ਐਡ। ਤੁਸੀਂ ਫੋਨ ਕਰਿਆ ਸੀ ਸਰ? ਕਰਿਆ ਜੀ, ਉਹ ਚੱਲਦੇ ਹੀ ਨਹੀਂ। ਮੈਂ ਜਵਾਬ ਲੈਣਾ ਮੈਂ ਇੱਕ ਵਾਰ ਪਹਿਲਾਂ ਕਵਰ ਸਾਹਿਬ ਤੁਹਾਡੇ ਕੋਲ ਆਜਮਾ, ਮੈਂ ਟਾਂਡਾ ਜਾ ਰਿਹਾ ਤੁਹਾਡੇ ਕੋਲ, ਛੋਟਾ ਜਵਾਬ ਰੱਖਿਓ ਤੁਸੀਂ, ਪਾਸੇ ਹੋ ਜਾਓ ਜੀ ਵਿਚਾਰ। ਦੇਖੋ ਪੁਆਇੰਟ ਇਹ ਹੈ ਕਿ ਤੁਸੀਂ ਆਪਣੀ ਪਾਰਟੀ ਦਾ ਜਿਹੜਾ ਕੁਨਬਾ ਉਸ ਨੂੰ ਬਚਾ ਨਹੀਂ ਸਕੇ, ਇੱਕ ਇੱਕ ਕਰਕੇ ਬਹੁਤ ਸਾਰੇ ਆਗੂ ਚਲੇ ਗਏ। ਦੇਖੋ ਕੁਝ ਲੋਕ ਹੁੰਦੇ ਨੇ ਪਾਵਰ ਹੰਗਰੀ ਹੁੰਦੇ ਨੇ, ਜਦੋਂ ਪਾਰਟੀ ਪਾਵਰ ਚੋਂ ਬਾਹਰ ਹੋ ਜਾਂਦੀ ਹੈ ਉਹਨਾਂ ਨੂੰ ਦੂਸਰੀਆਂ ਪਾਰਟੀਆਂ ਮਿੱਠੀਆਂ ਲੱਗਣ ਲੱਗ ਜਾਂਦੀਆਂ। ਔਰ ਸਭ ਤੋਂ ਵੱਡੀ ਗੱਲ, ਭਾਰਤੀ ਜਨਤਾ ਪਾਰਟੀ ਕੋਲ ਲੀਡਰਸ਼ਿਪ ਦਾ ਵੈਕਿਊਮ ਸੀ, ਆਮ ਆਦਮੀ ਪਾਰਟੀ ਇਹਨਾਂ ਨੂੰ ਸੱਤਾ ਹਾਸਲ ਕਰਨ ਦੀ ਜਲਦੀ ਸੀ, ਜਦਕਿ ਕੋਈ ਕਾਡਰ ਨਹੀਂ ਸੀ ਇਹਨਾਂ ਕੋਲ, ਕਿਸੇ ਤਰ੍ਹਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਸੀ ਕਿ ਲੋਕਾਂ ਲਈ ਕੁਝ ਕੀਤਾ ਹੋਵੇ। ਇਹਨਾਂ ਨੇ ਲਾਲਚ ਦੇ ਕੇ, ਔਰ ਸਾਡੇ ਕੁਝ ਬੰਦੇ ਐਸੇ, ਬਿਲਕੁਲ ਮੈਂ ਕਹਿੰਦਾ ਪਾਵਰ ਹੰਗਰੀ ਸੀ, ਉਹਨਾਂ ਨੂੰ ਲੱਗਿਆ ਕਿ ਉਧਰਲੇ ਪਾਸੇ ਜਾ ਕੇ ਸਾਨੂੰ। ਕੰਵਰ ਜੀ ਦੇਖੋ, ਸਭ ਤੋਂ ਵੱਧ ਸੰਨ ਮਾਰੀ ਤੁਹਾਡੀ ਪਾਰਟੀ 'ਚ ਹੋਈ ਹੈ, ਇਸ ਕਰਕੇ ਤੁਹਾਨੂੰ ਸਭ ਤੋਂ ਵੱਧ ਸਵਾਲ ਹੈ। ਠੀਕ ਹੈ, ਵੈਕਿਊਮ ਤੁਹਾਨੂੰ ਲੱਗਦਾ ਕਿ ਪਾਰਟੀ ਕਿਸ ਦੇ ਵਿੱਚ ਸੀਗਾ, ਪਰ ਉਹ ਤੁਹਾਡੇ ਵਾਲੇ ਪਾਸੇ ਤੋਂ ਹੀ ਜ਼ਿਆਦਾ ਚਲੇ ਗਏ, ਇਹ ਇਸ ਨੂੰ ਲੈ ਕੇ ਕੁਐਸਚਨ ਲਾ। ਲੋਕ ਸਾਡੀ ਪਾਰਟੀ 'ਚ ਲੀਡਰ ਹੀ ਜ਼ਿਆਦਾ ਨੇ, ਸਾਡੀ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਐਡੀ ਵਿਸ਼ਾਲ ਪਾਰਟੀ ਹੈ ਕਿ ਕਾਂਗਰਸ ਪਾਰਟੀ ਨੇ ਬਹੁਤ ਸਾਰੇ, ਬਿਲਕੁਲ ਲੀਡਰਾਂ ਦੀ ਫੈਕਟਰੀ ਹੈ ਕਾਂਗਰਸ ਪਾਰਟੀ ਨੇ, ਬਹੁਤ ਸਾਰੇ ਮਹਾਨ ਲੀਡਰ। ਚਲੋ ਪਾਰਟੀ ਕਹਿੰਦੇ ਵਰਕਰ ਜ਼ਿਆਦਾ ਹੋਣੇ ਚਾਹੀਦੇ ਲੀਡਰ ਨੇ। ਸਵਾਲ ਜੀ ਜੀ ਮੈਂ ਆ ਰਿਹਾ ਸੋਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ, ਇਹ ਸਾਰਾ ਦਿਨ ਬੀਜੇਪੀ ਵਾਲੇ ਮੋਦੀ ਕਰਦੇ ਹੈ, ਇਹਨਾਂ ਪੁੱਛਣ ਵਾਲਾ ਹੋਵੇ ਬੀਜੇਪੀ ਖੜੇ ਕਰ ਰਹੇ ਵਾਜਪਾਈ ਸਾਹਿਬ ਸੀਗੇ ਮੋਦੀ ਸਾਹਿਬ ਸੀਗੇ? ਚਲੋ ਠੀਕ ਹੈ ਹਾਂਜੀ, ਲੁਧਿਆਣੇ ਨਾਲ ਰਿਲੇਟਡ ਅਸੀਂ ਚਾਹਾਂਗੇ ਜੇ ਕੋਈ ਸਵਾਲ ਜ਼ਿਆਦਾ ਹੋਣ ਤਾਂ, ਪਹਿਲਾਂ ਬਹੁਤ ਹੋ ਗਿਆ। ਸਰ ਇਹ ਕਹਿ ਰਹੇ ਆ ਕਾਂਗਰਸ ਤੋਂ ਜਿਹੜੇ ਹੁਣ ਉਮੀਦਵਾਰ ਰਵਨੀਤ ਸਿੰਘ ਬਿੱਟੂ ਗਏ ਨੇ, ਮੇਰੇ ਨਾਨਕੇ ਕੋਟਲੀ ਨੇ, ਐਂਡ ਮੈਂ ਛੋਟਾ ਸੀ ਜਦ ਮੈਂ ਪਰਿਵਾਰ ਦੇਖਿਆ, ਜਿਸ
ਪਾਰਟੀ ਨੇ ਜਿਹੜੇ ਪਰਿਵਾਰ ਨੂੰ ਐਡੇ ਵੱਡੇ ਮੁਕਾਮ ਤੇ ਪਹੁੰਚਾਇਆ ਉਹਦੇ ਫਕੀਰ ਨਹੀਂ ਹੋਏ, ਲੁਧਿਆਣੇ ਦੇ ਕਿੱਥੋਂ ਹੋ ਜਾਣਗੇ? ਠੀਕ ਹੈ, ਚਲੋ ਜੀ ਸਵਾਲ ਕਿਸੇ ਦਾ ਪਿੱਛੋਂ ਕੋਈ ਸਵਾਲ ਪੁੱਛ ਜੀ। ਮੇਰਾ ਸਵਾਲ ਆ ਕਾਂਗਰਸ ਨੂੰ ਤੇ ਬੀਜੇਪੀ ਨੂੰ, 10 ਸਾਲ ਲਈ ਰਵਨੀਤ ਬਿੱਟੂ ਜੀ ਨੇ ਲੁਧਿਆਣੇ ਨੇ ਉਹਨਾਂ ਨੇ 10 ਸਾਲ ਉਹਨਾਂ ਨੂੰ MP ਬਣਾਇਆ, ਠੀਕ ਆ। ਉਸ ਤੋਂ ਬਾਅਦ ਸਾਰੇ ਲੁਧਿਆਣਾ ਇੱਥੇ ਬੈਠਾ ਵਾ, ਉਹਨਾਂ ਨੂੰ ਪੁੱਛ ਲਓ ਵੀ 10 ਸਾਲ ਦੇ ਵਿੱਚ ਬਿੱਟੂ ਜੀ ਨੇ ਕੀ ਕੀਤਾ। ਉਸ ਤੋਂ ਬਾਅਦ ਬੀਜੇਪੀ ਨੂੰ ਸਵਾਲ ਆ, ਜਿਹੜਾ ਬੰਦਾ ਹੁਣ ਨਹੀਂ 10 ਸਾਲ ਸਾਡੇ ਕਰਕੇ ਗਿਆ ਕੁਛ, ਉਹ ਹੁਣ ਕੀ ਕਰੂਗਾ ਜਾ ਕੇ ਅੱਗੇ ਜਾ ਕੇ? ਅਸਲ ਦੇ ਵਿੱਚ ਇਹ ਸਵਾਲ ਗੌਰਵ ਕੱਲ ਜਲੰਧਰ ਦੇ ਵਿੱਚ ਵੀ ਬਹੁਤ ਆਇਆ ਸੀ ਵੀ ਜਿਹੜੇ ਸਾਨੂੰ ਬੋਲੀਏ ਕਿ ਨਹੀਂ ਜੀ, ਬੈਠ ਜਾਓ, ਠੀਕ ਹੈ, ਤੁਸੀਂ ਕੰਪਲੀਟ ਵਿਜੇ ਕੰਪਲੀਟ, ਨੋ ਸਪੀਚ ਜੀ ਜੀ, ਕੋਈ ਸਪੀਚ ਨਹੀਂ, ਬੈਠ ਜਾਓ ਜੀ। ਅਸਲ ਦੇ ਵਿੱਚ ਗੌਰਵ ਇਹ ਸਵਾਲ ਕੱਲ ਵੀ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਆਇਆ ਸੀ ਕਿ ਦਲ ਬਦਲੀਆਂ ਨੂੰ ਲੈ ਕੇ ਜਨਤਾ ਬਹੁਤ ਨਾਰਾਜ਼ ਹੈ, ਇਹਨਾਂ ਦੇ ਜਿੰਨੇ ਵੀ ਸਵਾਲ ਠੀਕ ਹੈ, ਉਹ ਮਤਲਬ ਉਸ ਪੁਆਇੰਟ ਦੇ ਉੱਤੇ ਆਉਂਦਾ, ਉਸ ਪੁਆਇੰਟ ਦੇ ਉੱਤੇ ਆਉਂਦਾ। ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਲੈਣਾ, ਮੈਂ ਗਿੱਲ ਸਾਹਿਬ ਤੁਹਾਡੇ ਕੋਲ। ਦੇਖੋ ਜੋ ਇਹਨਾਂ ਨੇ ਕੀਤਾ ਬੜਾ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ, ਕਹਿੰਦੇ ਜੀ ਕਾਂਗਰਸ ਨੇ ਜੋ ਬਿੱਟੂ ਜੀ ਨੇ 10 ਸਾਲ 'ਚ ਨਹੀਂ ਕੀਤਾ, ਕਾਂਗਰਸ ਨੇ ਕੁਛ ਨਹੀਂ ਕੀਤਾ। ਦੇਖੋ ਸਹੀ ਕਹਿ ਰਹੇ ਹੋ ਤੁਸੀਂ, ਕਾਂਗਰਸ ਨੇ 70 ਸਾਲ 'ਚ ਕੁਛ ਨਹੀਂ ਕੀਤਾ, ਤੇ ਜਿਹੜਾ ਉਹਨਾਂ ਦਾ ਨੁਮਾਇੰਦਾ ਸੀਗਾ ਉਹਨੇ ਕੀ ਕਰਨਾ ਸੀਗਾ? ਹੁਣ ਉਹ ਨੁਮਾਇੰਦਾ ਕਾਂਗਰਸ ਦਾ ਨਹੀਂ ਹੈ, ਉਹ ਕਮਲ ਦਾ ਫੁੱਲ ਹੈ, ਉਹ ਮੋਦੀ ਹੈ। ਜਾ ਕੇ ਵਾਰਾਣਸੀ ਵੇਖ ਲਓ, ਵਾਰਾਣਸੀ 'ਚ ਜੋ ਮੋਦੀ ਸਾਹਿਬ ਨੇ ਵਾਰਾਣਸੀ ਦੀ ਨੁਹਾਰ ਬਦਲਤੀ, ਜਿੱਥੇ ਜਿੱਥੇ ਬੀਜੇਪੀ ਜਾਊਗੀ ਉੱਥੇ ਉੱਥੇ ਡਿਵੈਲਪਮੈਂਟ ਹੋਏਗੀ। ਅਗਲੇ 5 ਸਾਲ 'ਚ ਵੇਖ ਲਿਓ, ਮੋਦੀ ਸਰਕਾਰ ਲੁਧਿਆਣੇ 'ਚ ਕਮਲ ਖਿਲੇਗਾ, ਬਣੇਗਾ ਲੁਧਿਆਣਾ ਮੇਹਰਬਾਨੀ ਮੁਮਕਿਨ ਹੈ, ਪੈਟਰੋਲ ਦਾ ਰੇਟ ਤਾਂ ਮੁਮਕਿਨ ਹੈ, ਸ਼ੰਕਰਾਚਾਰੀਆ ਜੀ ਪ੍ਰਮੁੱਖ ਨੇ ਚਾਰੇ ਸਾਡੇ, ਹੈ ਨਾ, ਉਹਨਾਂ ਨੂੰ ਕਰਨਾ ਚਾਹੀਦਾ ਸੀ, ਇਹ ਆਪਣਾ ਕਿਉਂ ਕ੍ਰੈਡਿਟ ਲੈ ਲਿਆ? ਫਿਰ ਪੁਲਵਾਮਾ ਦਾ ਅਟੈਕ ਦਾ ਬਸ ਠੀਕ ਹੈ, ਲੁਧਿਆਣੇ ਦਾ ਇਸ਼ੂ ਹੈ ਸਰ। ਬੇਸਿਕਲੀ ਮੈਂ ਬੀਜੇਪੀ ਤੋਂ ਕੁਐਸਚਨ ਕਰਨਾ ਚਾਹੁੰਦਾ, ਇਹਨਾਂ ਨੇ ਕਿਹਾ ਵੀ ਜਿੱਥੇ ਬੀਜੇਪੀ ਦੀ ਸਰਕਾਰ ਆਊਗੀ ਉੱਥੇ ਡਿਵੈਲਪਮੈਂਟ ਕਰਾਂਗੇ, ਇਹਦਾ ਮਤਲਬ ਕਿ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਆਊਗੀ ਉੱਥੇ ਇਹ ਮਤ ਰਹੀ ਮਾਂ ਵਾਲਾ? ਠੀਕ ਹੈ ਠੀਕ ਹੈ, ਇਹ ਆਮ ਤੌਰ ਤੇ ਇੱਕ ਵਾਰੀ ਰਿਐਕਸ਼ਨ ਲੈ ਲਵਾਂ। ਲੁਧਿਆਣੇ ਦੇ ਵਿੱਚ ਚਾਹੇ ਬਿੱਟੂ ਸੀ ਚਾਹੇ ਕਾਂਗਰਸ ਸੀ, 20,000 ਕਰੋੜ ਦੇ ਪ੍ਰੋਜੈਕਟ ਅਸੀਂ ਦਿੱਤੇ ਲੁਧਿਆਣੇ ਨੂੰ, ਉਹਦੀ ਦੇਖ ਲਓ ਤੁਸੀਂ, ਇਹਦਾ ਮਤਲਬ ਹੈ 40 ਤੋਂ ਘੱਟ ਕੇ 20 ਹੋ ਗਏ, ਪਤਾ ਨਹੀਂ ਹੁਣ ਆਉਂਦੇ ਆਉਂਦੇ ਹਵਾ 'ਚ ਹੀ ਹੋ ਜਾਣੇ ਆ। ਗੌਰਵ ਜੀ ਮੁੱਦਾ ਇਹ ਹੈ ਕਿ ਕਿਸੇ ਪਾਰਟੀ ਨੇ ਗੱਲ ਕੀਤੀ ਕਿ ਉਹ ਵਧੀਆ ਐਜੂਕੇਸ਼ਨ ਦੇਣਗੇ? ਕਿਸੇ ਪਾਰਟੀ ਨੇ ਗੱਲ ਕੀਤੀ ਕਿ ਉਹ ਵਧੀਆ ਹੈਲਥ ਇਨਫਰਾਸਟ੍ਰਕਚਰ ਦੇਣਗੇ? 5 ਲੱਖ ਜਦੋਂ ਲੁਧਿਆਣੇ ਦੀ ਆਬਾਦੀ ਸੀ ਉਦੋਂ ਵੀ ਇੱਕੋ ਹੀ ਸਿਵਲ ਹਸਪੀਟਲ ਸੀ, ਅੱਜ ਵੀ ਇੱਕੋ ਹੀ ਸਿਵਲ ਹਸਪੀਟਲ ਹੈ। ਉਸ ਚੀਜ਼ ਨੂੰ ਅੱਗੇ ਵਧਾਉਣ ਲਈ ਸਿਵਲ ਹਸਪੀਟਲ ਤਾਂ ਨਵੇਂ ਆਉਣਗੇ, ਏਮਸ ਦਾ ਵੀ ਵਾਅਦਾ ਕਰ, ਕਹਿੰਦੇ ਸਿਵਲ ਹਸਪੀਟਲ ਦੀ ਸਥਿਤੀ ਬਹੁਤ ਵਧੀਆ ਨਹੀਂ ਹੈਗੀ ਇੱਥੇ, ਉਹਨੂੰ ਉਹਦੇ ਕੋਲੇ ਹੈਂਡਲ ਕਰਨ ਲਈ ਬਹੁਤ ਵੱਡੀ ਪਾਪੂਲੇਸ਼ਨ ਹੈ, ਸਿਰਫ ਇੱਕੋ ਹੀ ਸਿਵਲ ਹਸਪੀਟਲ ਸੀ, ਪੁਰਾਣੀਆਂ ਸਰਕਾਰਾਂ ਨੇ ਡੱਕਾ ਤੋੜ ਕੇ ਨਹੀਂ ਦੂਰਾ ਕੀਤਾ। ਅਸੀਂ 829 ਮਹੱਲਾ ਕਲੀਨਿਕ ਖੋਲੇ ਨੇ, ਫ੍ਰੀ ਮੈਡੀਸਿਨ ਸਾਰੇ ਕਿਤੇ ਪ੍ਰੋਵਾਈਡ ਕੀਤੀਆਂ ਨੇ, ਐਂਡ ਨਾਟ ਓਨਲੀ ਦਿਸ, ਸੜਕ ਸੁਰੱਖਿਆ ਫੋਰਸ ਜਿਹਦੇ ਨਾਲ ਲੋਕਾਂ ਦੀ ਸੇਫਟੀ ਨੂੰ ਧਿਆਨ ਰੱਖਦੇ ਹੋਏ ਦੇਸ਼ 'ਚ ਪਹਿਲੀ ਵਾਰੀ ਸੜਕ। ਠੀਕ ਹੈ, ਮੈਂ ਥੋੜ੍ਹਾ ਐਜੂਕੇਸ਼ਨ ਵਾਲੇ ਦੇ ਉੱਤੇ ਔਰ ਹੈਲਥ 'ਤੇ ਫੋਕਸ ਕਰ ਲਵਾਂ। ਤੁਸੀਂ ਬਹੁਤ ਜ਼ਿਕਰ ਕੀਤਾ ਸੀਗਾ, ਉਹ ਕਹਿੰਦੇ ਅਸੀਂ 829 ਮੁਹੱਲਾ ਕਲੀਨਿਕ ਖੋਲ ਦਿੱਤੇ। ਦੇਖੋ ਹਾਰਡ ਰਿਐਲਿਟੀ ਕੀ ਹੈ, ਮੇਰੇ ਭਰਾ ਨੂੰ ਲੁਧਿਆਣੇ ਬਾਰੇ ਹਲੇ ਇੰਨੀ ਜਾਣਕਾਰੀ ਨਹੀਂ ਹੈ। ਇੱਕ ਸਿਵਲ ਹਸਪੀਟਲ ਸੀਗਾ, 5 ਸੈਟੇਲਾਈਟ ਹਸਪੀਟਲਸ ਲੁਧਿਆਣੇ 'ਚ ਬਣ ਚੁੱਕੇ ਹੈ, ਅਕਾਲੀ ਦਲ ਨੇ ਬਣਾਏ ਹੈ। ਤੁਹਾਨੂੰ
ਚਲੋ ਕੋਈ ਗੱਲ ਨਹੀਂ, ਕਹਿੰਦੇ ਨਾਟ ਵਰਕਿੰਗ ਉਹ ਚੱਲ ਨਹੀਂ ਰਹੇ, ਬਿਲਕੁਲ ਠੀਕ ਕਹਿੰਦੇ ਆ, ਨਾਨ ਜਦ ਦੇ ਆਏ ਆ ਉਦੋਂ ਦੇ ਨਾਨ ਵਰਕਿੰਗ ਹੈ, ਬਿਲਕੁਲ ਠੀਕ ਕਹਿੰਦੇ। ਨਹੀਂ ਨਹੀਂ ਹੁਣ ਸੁਣੀ, ਚਲੋ ਇੰਜ ਕਰੋ, ਛਾਤੀ ਤਾਣ ਕੇ ਕਹਿੰਦਾ ਇੱਕ ਮੱਲਾ ਕਲੀਨਿਕ ਦੀ ਇੱਕ ਇੱਟ ਲਾ ਕੇ ਉਸਾਰੀ ਕੀਤੀ ਹੋਵੇ ਤਾਂ ਮੇਰੇ ਨਾਲ ਗੱਲ ਕਰੋ, ਲਿਪ ਪੋਚ ਕੇ ਕੀਤੇ ਹੈ। ਹੁਣ ਮੈਂ ਦੱਸਦਾ ਆਹ ਤੁਹਾਡੇ ਪਿੱਛੇ ਮਿਟੋਰੀਅਸ ਬੱਚਿਆਂ ਦਾ ਸਕੂਲ ਹੈ, ਕਿਹਨੇ ਖੋਲਿਆ? ਗੁਰੂ ਨਾਨਕ ਦੇਵ ਯੂਨੀਵਰਸਿਟੀ ਕਿਹਨੇ ਖੋਲ੍ਹੀ? ਕੁੱਦਾ ਯੂਨੀਵਰਸਿਟੀ ਕਿਹਨੇ ਖੋਲ੍ਹੀ? ਬਾਬਾ ਫਰੀਦ ਯੂਨੀਵਰਸਿਟੀ ਕਿਹਨੇ ਖੋਲ੍ਹੀ? ਪੀ ਟੀ ਯੂ ਕਿਹਨੇ ਖੋਲ੍ਹੀ? ਦੱਸੋ, ਤੁਹਾਨੂੰ ਮੈਂ ਸਵਾਲ ਪੁੱਛਦਾ, ਇਹ ਮੇਰੇ ਪਲੀਜ਼, ਹੁਣ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਮੈਂ ਤੁਹਾਡੀਆਂ ਕੰਨ ਖੋਲ੍ਹਦਾ, ਅੱਖਾਂ ਅੱਗੇ ਗਰਦਾ ਲਾਨਾ, ਬਠਿੰਡਾ ਦੀ ਰਿਫਾਇਨਰੀ ਕੌਣ ਲੈ ਕੇ ਆਇਆ? ਤੁਸੀਂ ਮੈਨੂੰ ਇਹਦਾ ਜਵਾਬ ਦਿਓ। ਤੁਸੀਂ ਦਿਓ ਪੂਰੇ ਪੰਜਾਬ ਦੀ ਨੈਟਵਰਕ ਜਿਹੜੀਆਂ ਰੋਡਸ ਹੈ, ਨੋ ਡਾਊਟ ਗਵਰਨਮੈਂਟ ਆਫ ਇੰਡੀਆ ਨੇ ਮਦਦ ਕੀਤੀ, ਡਾਕਟਰ ਮਨਮੋਹਨ ਸਿੰਘ ਨੇ ਵੀ ਕੀਤੀ, ਮੋਦੀ ਸਾਹਿਬ ਨੇ ਵੀ ਕੀਤੀ, ਅਟਲ ਬਿਹਾਰੀ ਨੇ ਵੀ ਕੀਤੀ, ਪੂਰੇ ਪੰਜਾਬ ਦੇ ਵਿੱਚ ਸੜਕਾਂ ਬਣੀਆਂ, ਉਹ ਕਦ ਬਣੀਆਂ? ਤੁਸੀਂ ਮੈਨੂੰ ਇਹਦਾ ਦੱਸੋ, ਲੁਧਿਆਣੇ ਦੇ ਜਿੰਨੇ ਥਾਣੇ ਨਵੇਂ ਬਣੇ ਆ ਉਹ ਗਿਣ ਕੇ ਦੱਸ ਦਿਓ। ਤੁਸੀਂ ਇੱਕ ਥਾਣਾ ਬਣਾਇਆ ਜਦ ਦੇ ਆਇਓ? ਇੱਕ ਬਿਉਂਤ ਬਣਾਈ ਹੈ? ਤੁਸੀਂ ਦੋ ਬਜਟ ਕੱਢ ਤੇ, ਮੈਨੂੰ ਦੋ ਬਜਟ 'ਚ ਦੱਸ ਦਿਓ ਜਿੰਨਾ ਤੁਸੀਂ ਫੰਡਸ ਰੱਖਦੇ ਹੋ ਇਨਫਰਾਸਟਰਕਚਰ ਡਿਵੈਲਪਮੈਂਟ ਲਈ, ਉਹਦਾ 2% ਵੀ ਯੂਜ਼ ਕੀਤਾ? ਨੋ, ਇਕੱਲਾ ਝੂਠ ਬੋਲਣਾ ਸਿੱਖੇ ਲਾਲਾ ਕੇਜਰੀਵਾਲ ਤੋਂ, ਐਂਡ ਜਿਹੜਾ ਚੇਲਾ ਉਹ ਛੜਪ ਹੋ ਗਿਆ ਮਾਨ, ਉਹ ਤਾਂ ਨਾਲੇ ਘੁੱਟ ਲਾ ਕੇ ਬੋਲ ਪੈਂਦਾ, ਪਤਾ ਕੋਈ ਲੱਗਦਾ ਨਹੀਂ, ਬੋਲੀ ਤੁਰੀ ਜਾਂਦਾ, ਕਿੱਕਲੀਆਂ ਹੀ ਪਾਣੀਆਂ ਤੁਸੀਂ। ਮੈਂ ਡਿਵੈਲਪਮੈਂਟ ਦੇ ਮੁੱਦੇ 'ਤੇ ਹੀ ਦੱਸੀ ਜਾਂਦਾ, 6000 ਮੈਗਾਵਾਟ ਬਿਜਲੀ ਸੀ, 13000 ਕੌਣ ਕਰਕੇ ਛੱਡ ਕੇ ਗਿਆ? ਤੁਸੀਂ ਇੱਕ ਪੁਰਾਣਾ ਯੂਨਿਟ ਗੋਇੰਦਵਾਲ ਵਾਲਾ ਖਰੀਦਿਆ, ਨੋ ਡਾਊਟ ਸਿੱਖ ਯੂਨਿਟ ਸੀ, ਤੁਸੀਂ ਉਹ ਕੌਡੀਆਂ ਦੇ ਭਾਅ ਖਰੀਦਿਆ। ਮੈਨੂੰ ਦੱਸੋ, ਇੱਕ ਯੂਨਿਟ ਸਵਾਲ ਕੀਤਾ ਸੀ, ਇੱਕ ਯੂਨਿਟ ਨਵਾਂ ਔਰ ਚੱਲਦਾ ਪਲਾਂਟ ਹੈ, ਇੱਕ ਯੂਨਿਟ ਬਿਜਲੀ, ਇੱਕ ਆ ਲੱਟੂ ਜਲਾਉਣ ਜੋਗੀ ਬਿਜਲੀ ਦਾ ਕੋਈ ਲਾਇਆ? ਜਾਂ ਦੱਸ ਦਿਓ ਪਾਈਪਲਾਈਨ 'ਚ ਹੋਵੇ? ਇੱਕ ਗਵਰਨਮੈਂਟ ਆਫ ਇੰਡੀਆ ਦੀ ਮਦਦ ਨਾਲ ਸੋਲਰ ਲੱਗੇ ਹੈ 200 ਮੈਗਾਵਾਟ ਦੇ, ਵਟ ਹੈਵ ਯੂ ਡਨ? ਤੁਸੀਂ ਮੈਨੂੰ, ਮੈਂ ਤਾਂ ਤੁਹਾਨੂੰ ਓਪਨ ਚੈਲੇਂਜ ਕਰ ਕਰਕੇ ਕਹਿੰਦਾ ਕਿ ਕਿਹੜੀ ਓਪਨ ਚੈਲੇਂਜ ਅਵੇਲੇਬਲ ਟ੍ਰਾਂਸਮਿਸ਼ਨ ਕਪੈਸਿਟੀ 7000 ਮੈਗਾਵਾਟ ਤੋਂ ਵਧਾ ਕੇ 9000 ਮੈਗਾਵਾਟ ਕਰਤੀ। ਸਾਡਾ ਬਜਟ ਆਲਵੇਜ਼ ਫੋਕਸਡ ਰਹਿੰਦਾ ਐਜੂਕੇਸ਼ਨ ਤੇ ਐਂਡ ਹੈਲਥ ਤੇ, ਉਹਦੇ ਉੱਤੇ ਕੰਮ ਹੋ ਰਿਹਾ। ਸਕੂਲ ਆਫ ਐਮੀਨੈਂਸ ਸਾਡੇ ਰਾਜ 'ਚ ਆਏ ਨੇ, ਮੁਹੱਲਾ ਕਲੀਨਿਕਸ ਦੇ ਉੱਤੇ, ਜਿੱਥੇ ਸ਼ਾਇਦ ਇਹ ਨੁਮਾਇੰਦੇ ਨੇ ਨਾ ਜਿਹੜੇ ਇਹ ਤਗੜੇ ਨੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾ ਲੈਂਦੇ। ਜਾ ਕੇ ਪੁੱਛੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲੇ ਇੱਕ ਡੋਲੋ ਦੀ ਗੋਲੀ ਲੈਣ ਦੇ ਪੈਸੇ ਨਹੀਂ ਸੀ, ਉਹਨਾਂ ਨੂੰ ਫ੍ਰੀ ਦਵਾਈਆਂ, ਇੱਥੋਂ ਤੱਕ ਕਿੰਨੇ ਟੈਸਟ ਫ੍ਰੀ ਹੋ ਰਹੇ ਨੇ ਉਹਨਾਂ ਦੇ। ਅੱਜ ਮੰਨ ਗਏ ਡੋਲੋ, ਪੰਜਾਬ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰ ਅੱਜ ਬੰਦ ਪਏ, ਇਹ ਮੁਹੱਲਾ ਕਲੀਨਿਕ ਨੂੰ ਰੋਂਦੇ ਆ। ਉਹ ਜਿਹੜੇ ਸੇਵਾ ਕੇਂਦਰ ਪਹਿਲਾਂ ਬਣੇ ਸੀ ਉਹ ਤੇ ਭਗਵੰਤ ਮਾਨ ਦੀ ਫੋਟੋ ਟੰਗ ਕੇ, 2 ਕਿਲੋ ਕਲੀ ਪੋਚ ਕੇ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਤੇ, ਆਮ ਆਦਮੀ ਕਲੀਨਿਕ। ਪਹਿਲੀ ਗੱਲ ਤਾਂ ਉਹਦਾ ਨਾਂ ਹੀ ਗਲਤ ਹੈ। ਜਿਹੜੇ ਸਾਰੇ ਪੰਜਾਬ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਸੀ, ਦੱਸੋ ਸਾਰਿਆਂ ਨੇ ਇਲਾਜ ਕਰਾਏ ਨਹੀਂ ਕਰਾਏ? ਦੱਸੋ ਆਪਾਂ ਜਾਂਦੇ ਰਹੇ ਨਹੀਂ ਜਾਂਦੇ ਰਹੇ? ਠੀਕ ਹੈ ਜੀ, ਠੀਕ ਹੈ, ਚਲੋ ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਤੁਹਾਡਾ ਰਿਐਕਸ਼ਨ ਜ਼ਰੂਰ ਲਵਾਂ। ਕਿੰਨੇ ਵਧੀਆ ਇਹਨਾਂ ਨੇ ਹੈਲਥ ਕਲੀਨਿਕਾਂ ਦੇ ਨਾਂ ਗਿਣਾਏ ਨੇ। ਜਦੋਂ ਭਗਵੰਤ ਮਾਨ ਸਾਹਿਬ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਬੇਟੀ ਹੋਈ ਨਾ ਜੀ, ਉਹ ਕਿੱਥੋਂ ਹੋਈ? ਮੈਕਸ ਹਸਪੀਟਲ ਚੋਂ। ਜਦੋਂ ਰਾਘਵ ਚੱਡਾ ਜੀ ਇਲਾਜ ਕਰਾਉਣ ਗਏ, ਕਿੱਥੋਂ ਗਏ ਜੀ? ਇੰਗਲੈਂਡ ਚੋਂ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾ ਲਏ ਦਿੱਲੀ 'ਚ ਤੇ ਲੁਧਿਆਣੇ 'ਚ। ਦੇਖੋ, ਆਮ ਆਦਮੀ ਪਾਰਟੀ ਨੇ ਸਿਰਫ ਔਰ ਸਿਰਫ ਪੰਜਾਬ ਨੂੰ ਝੂਠ ਪਰੋਸਿਆ, ਇਹਨਾਂ ਨੇ ਝੂਠ ਪਰੋਸਿਆ। ਇਹਨਾਂ ਨੇ ਕਿਹਾ ਕਿ ਅਸੀਂ 3 ਹਫ਼ਤਿਆਂ 'ਚ ਨਸ਼ੇ ਦਾ ਖਾਤਮਾ ਕਰ ਦਿਆਂਗੇ। ਕੁੰਵਰ ਵਿਜੇ ਪ੍ਰਤਾਪ ਹੁਣ ਤੱਕ ਇਹਨਾਂ ਦੇ ਖੁਦ ਦੇ MLA ਹੁਣ ਤੱਕ ਚੀਕਾਂ ਮਾਰ ਮਾਰ ਕਹਿ ਰਹੇ ਨੇ ਕੁਛ ਨਹੀਂ ਹੋਇਆ।
ਜੀ ਕੁਝ ਸਵਾਲ ਹੋਰ ਲੈਣੇ ਆ ਜੀ? ਬਿਲਕੁਲ, ਮੈਨੂੰ ਲੱਗਦਾ ਕਿ ਆਪਣੇ ਕੋਲ ਸਮਾਂ ਸਮਾਂ ਜੀ ਠੀਕ ਹੈ, ਛੋਟਾ 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 ਸਵਾਲ, ਬਹੁਤ ਛੋਟਾ ਆ, ਮਹਿੰਗਾਈ ਦਾ ਮੁੱਦਾ ਤਾਂ ਪੁੱਛ ਦੋ। ਚਲੋ ਮਹਿੰਗਾਈ, ਇੱਕ ਨਾ ਮੋਦੀ ਸਾਹਿਬ ਕਹਿੰਦੇ ਆ ਜੀ, ਹੁਣ ਪੰਜ ਪਿਆਰਿਆਂ ਦੇ ਵਿੱਚ ਇੱਕ ਮੇਰਾ ਚਾਚਾ ਸੀਗਾ, ਉਹਨਾਂ ਨੂੰ ਇੱਕ ਹੈ ਬੈਂਸ, ਟਾਂਡਾ ਜੀ ਕਹਿ ਰਹੇ ਜੀ ਬੈਂਸ, ਟਾਂਡਾ ਜੀ ਕਹਿ ਰਹੇ ਜੀ ਬੈਂਸ ਨੂੰ ਇਹ ਲੈ ਗਏ ਨੇ ਵੀ ਉਹ ਰੇਪਿਸ ਸੀਗਾ, ਤੇ ਜਿਹੜੇ ਤੁਹਾਡੇ ਸਰਕਾਰ ਚ ਆਪਣਾ ਜੇਲ ਚ ਗਏ ਸੀਗੇ ਮਜੀਠੀਆ ਸਾਹਿਬ, ਉਹ ਕੀ ਨੇ ਜੀ ਚਿੱਟਾ ਉਹਨਾਂ ਨੇ ਸ਼ੁਰੂ? ਸਰ ਇਹ ਕਹਿੰਦੇ ਬੀਜੇਪੀ ਵਾਲੇ ਕਹਿੰਦੇ ਕਿ ਅਸੀਂ ਕਰਤਾਰਪੁਰ ਲਾਂਘਾ ਖੋਲਤਾ, ਪਰ ਪੰਜਾਬ ਨੂੰ ਤਾਂ ਇਹਨਾਂ ਨੇ ਪਾਕਿਸਤਾਨ ਬਣਾਤਾ। ਅੰਬਾਲੇ ਦੇਖੋ ਜਾ ਕੇ ਕੀ ਹਾਲ ਆ, ਆਪਾਂ ਟੱਪੇ ਨਹੀਂ ਸਕਦੇ ਅੰਬਾਲਾ ਜੀ। ਚਿੱਟਾ ਤਾਂ ਅਡਵਾਨੀਆਂ ਲਿਆਂਦਾ, ਉਹਦਾ ਵੀ ਫੜਿਆ ਗਿਆ ਸੀਗਾ, ਉਹਦਾ ਵੀ ਕੁਛ ਬਣਿਆ। ਨਸ਼ਾ ਕਿਹੜੀ ਸਰਕਾਰ ਆ ਜਾਇਆ, ਸਾਡੀ ਤਾਂ 2.5 ਸਾਲ ਹੋਏ ਸਰਕਾਰ ਬਣੇ ਨੂੰ, ਨਸ਼ਾ ਰਹਿਣਾ ਦੀ ਸਰਕਾਰ ਆਮ ਆਦਮੀ ਪਾਰਟੀ ਵਾਲੇ ਤੁਸੀਂ। ਸਰ ਸੋਈ ਸਾਹਿਬ ਕਹਿ ਰਹੇ ਸੀਗੇ ਵੀ ਕਰਤਾਰਪੁਰ ਲਾਂਘਾ ਮੋਦੀ ਜੀ ਦੀ ਦੇਣਾ, ਬਿਲਕੁਲ ਝੂਠ ਬੋਲਦੇ। ਇਹ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਦੇਣਾ, ਇਮਰਾਨ ਖਾਨ ਉਹਨਾਂ ਦੇ ਯਾਰ ਸੀਗੇ, ਇਹ ਉਹਨਾਂ ਦੀ ਦੇਣਾ। ਸਰ ਸਾਡੀ ਤਾਂ ਉਮਰ ਹਾਲੇ 2-2.5 ਸਾਲ ਦੀ ਆ, 10 ਸਾਲ ਦੀ ਸਾਡੀ ਪਾਰਟੀ ਆ, ਇਹਨੇ ਪਾਰਟੀ ਮੋਹ ਬਣਾਈ। ਚਲੋ ਠੀਕ ਹੈ, ਮੈਨੂੰ ਲੱਗਦਾ ਕਿ ਸਮਾਂ ਆਪਣੇ ਕੋਲ ਪੂਰਾ ਪੂਰਾ ਹੈ। ਮੈਂ ਬਹੁਤ ਇੱਕ ਛੋਟਾ ਜਿਹਾ ਰਿਐਕਸ਼ਨ ਲਊਂਗਾ, ਬਹੁਤ ਛੋਟਾ, ਟਾਂਡਾ ਸਾਹਿਬ 10-10 ਸੈਕਿੰਡ ਦੇ ਪਾਊਂ। ਪੰਜਾਬ ਦੇਖੋ ਨਸ਼ੇ ਦੇ ਉੱਪਰ ਬਹੁਤ ਇੱਥੇ ਇਸ਼ੂ ਹੈ, ਉਸ ਦੇ ਉੱਤੇ ਜੇ ਛੋਟਾ ਜਿਹਾ ਕਮੈਂਟ ਕਰ ਸਕੋ, ਤੁਹਾਡੀ ਪਾਰਟੀ ਜਾਂ ਤੁਹਾਡੀ ਪਾਰਟੀ ਦੀ ਸਰਕਾਰ ਸਵਾਲਾਂ ਦੇ ਕਟਹਿਰੇ 'ਚ ਇਸ ਮੁੱਦੇ ਨੂੰ ਲੈ ਕੇ ਹਮੇਸ਼ਾ ਖੜੀ ਰਹਿੰਦੀ? ਖੜੀ ਰਹਿੰਦੀ ਨਹੀਂ ਜੀ, ਖੜੀ ਕੀਤੀ ਸੀ, ਇਲੈਕਸ਼ਨਾਂ ਜਿੱਤ ਲਈਆਂ, ਕੈਪਟਨ ਅਮਰਿੰਦਰ ਸਾਹਿਬ ਨੇ ਗੁਟਕੇ ਦੀ ਸਹੁੰ ਖਾ ਲਈ, ਭਗਵੰਤ ਮਾਨ ਤੇ ਲਾਲਾ ਜੀ ਨੇ 4 ਹਫ਼ਤੇ 'ਚ ਕਰਨਾ ਸੀ, ਹੁਣ ਕਹਿੰਦੇ 2.5 ਸਾਲ ਹੋ ਗਏ, ਉਹਨਾਂ ਦੇ ਸਮੇਂ ਆਇਆ, ਅਸੀਂ ਕੱਢ ਨਹੀਂ ਸਕਦੇ। ਗੱਲ ਇਹ ਨਹੀਂ ਹੈ, ਮੈਨੂੰ ਪਤਾ ਤੁਸੀਂ ਆਮ ਆਦਮੀ ਦੇ ਹੋ, ਸ਼ਾਂਤੀ ਰੱਖੋ, ਸ਼ਾਂਤੀ ਰੱਖੋ। ਚਲੋ ਕੰਪਲੀਟ ਕਰੀਏ ਆਪਾਂ ਸਮਾਂ, ਦੇਖੋ ਹੁਣ ਟਾਈਮ ਖਤਮ ਹੋ ਗਿਆ, ਪੰਜਾਬ ਕਿੱਕਲੀਆਂ ਨਾਲ ਨਹੀਂ ਚੱਲਣਾ, ਪੰਜਾਬ ਮੁਫਤ ਦੀਆਂ ਗੋਲੀਆਂ ਨਾਲ ਨਹੀਂ ਚੱਲਣਾ, ਪੰਜਾਬ ਝੂਠ ਨਾਲ ਨਹੀਂ ਚੱਲਣਾ, ਪੰਜਾਬ ਚੱਲਣਾ ਵਿਜ਼ਨ ਦੇ ਨਾਲ ਤੇ ਵਿਜ਼ਨਰੀ ਬੰਦੇ ਦੇ ਨਾਲ। ਐਂਡ ਇਹ ਬੈਂਕਰਪਸੀ 92 ਜਿਹੜੇ ਹੀਰੇ ਸੀ ਇਹਨਾਂ ਦੇ ਸਾਰੇ ਕੋਲੇ ਸਾਬਤ ਹੋ ਗਏ। ਲੁਧਿਆਣੇ ਦੇ ਵਿੱਚ ਮੈਂ ਸਾਰੇ ਇਹਨਾਂ ਦੇ ਇੱਕ ਇੱਕ MLA ਦਾ ਦੱਸ ਸਕਦਾ ਕੀ ਕਰਦਾ। ਗਿਣ ਕੇ ਰਜਿਸਟਰੀਆਂ ਦੇ ਪੈਸੇ ਲੈਂਦੇ ਆ, ਗਿਣ ਕੇ ਪਟਵਾਰੀਆਂ ਤੋਂ ਪੈਸੇ ਲੈਂਦੇ ਆ, ਰੇਹੜੀਆਂ ਤੋਂ ਪੈਸੇ ਇਹ ਲੈਂਦੇ ਆ, ਜਿਹੜਾ ਇਹਨਾਂ ਦਾ ਤੁਸੀਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣਾ, ਭ੍ਰਿਸ਼ਟਾਚਾਰ ਜਿਹੜਾ ਗਰਾਊਂਡ ਨਾਲ, ਸ਼ਾਂਤੀ ਸ਼ਾਂਤੀ, ਜਿਹੜਾ ਗਰਾਊਂਡ ਦੇ ਨਾਲ ਲੀਡਰ ਜੁੜਿਆ ਹੋਇਆ, ਜਿਹੜਾ ਬੜਾ ਪਿਆਰਾ, ਨਾਮ ਵੀ ਬੜਾ ਪਿਆਰਾ, ਫੜੀਆਂ ਲਵਾਉਂਦਾ। ਤੇ ਮੈਂ ਜਦ ਉਹਨਾਂ ਨੂੰ ਦੇਖਿਆ ਸੀ ਕਚਹਿਰੀ 302 ਦੇ ਕੇ ਛੱਤਕੜੀਆਂ 'ਚ ਆਏ ਸੀ ਇਹਦਾ। ਚਲੋ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਜਵਾਬ ਲੈ। ਦੇਖੋ ਮੈਂ ਟਾਂਡਾ ਸਾਹਿਬ ਦਾ ਬਹੁਤ ਸਤਿਕਾਰ ਕਰਦਾ, ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਉਸ ਪਾਰਟੀ ਨੂੰ ਰੀਪ੍ਰੈਜ਼ੈਂਟ ਕਰਦੇ ਨੇ ਜਿਹੜੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਹੱਕਾਂ ਦੀ ਜਿਨ੍ਹਾਂ ਨੂੰ ਗੱਲ ਕਰਨੀ ਚਾਹੀਦੀ ਸੀ, ਲੇਕਿਨ ਪਿਛਲੇ 10 ਸਾਲ ਦੇ ਸਮੇਂ 'ਚ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨਾਂ ਨੇ ਆਪਣੇ ਕੇਵਲ ਨਿੱਜੀ ਹਿੱਤ, ਆਪਣੇ ਪਰਿਵਾਰ ਦੇ ਹਿੱਤ ਸਾਧੇ, ਇਸ ਕਰਕੇ ਅੱਜ ਇਤਿਹਾਸ ਦੀ ਸਭ ਤੋਂ ਨਿਵਾਣ ਦੀ ਪੋਜੀਸ਼ਨ 'ਤੇ ਅਕਾਲੀ ਦਲ ਹੈ। ਦੂਸਰੇ ਪਾਸੇ ਆਪਾਂ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ, ਦੇਖੋ ਇਹ ਨੈਸ਼ਨਲ ਇਲੈਕਸ਼ਨ ਹੈ, ਨੈਸ਼ਨਲ ਮੁੱਦੇ ਐਡਰੈਸ ਹੋਣੇ ਬਹੁਤ ਜ਼ਰੂਰੀ ਨੇ ਜਿਹੜੇ ਹਜੇ ਤੱਕ ਹੋਏ ਨਹੀਂ। ਮੁੱਦਾ ਇਨਫਲੇਸ਼ਨ ਦਾ, ਉਹਦੇ 'ਚ ਭਾਰਤੀ ਜਨਤਾ ਪਾਰਟੀ ਕੋਲ ਕੋਈ ਜਵਾਬ ਨਹੀਂ। ਮੁੱਦਾ ਅਨਇੰਪਲਾਈਮੈਂਟ ਦਾ, 2 ਕਰੋੜ ਨੌਕਰੀਆਂ ਹਰ ਸਾਲ ਦੇਣ ਦੀ ਗੱਲ ਕਰਕੇ ਆਏ ਸੀ, 0 ਪਰਫਾਰਮੈਂਸ ਹੈ। ਮੁੱਦਾ ਇਨਫਰਾਸਟ੍ਰਕਚਰ ਦਾ, ਕੋਈ ਇਨਫਰਾਸਟ੍ਰਕਚਰ ਪ੍ਰੋਵਾਈਡ ਨਹੀਂ ਕਰ ਸਕੇ। ਫੋਰਨ ਪਾਲਿਸੀਜ਼ ਦੇ ਵਿੱਚ ਮੋਦੀ ਸਾਹਿਬ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਂਦੇ ਆ, ਲੇਕਿਨ ਉੱਥੇ ਮੂੰਹ ਦਿਖਾ ਕੇ ਆਏ। ਔਰਤਾਂ ਦੇ ਉੱਤੇ ਅੱਤਿਆਚਾਰ ਦੇ ਵਿੱਚ ਇਹ ਸਰਕਾਰ ਨੰਬਰ 1 ਹੈ, ਚਾਹੇ ਸਪੋਰਟਸ ਦੇ ਵਿੱਚ ਜਿਹੜੇ ਉਹ ਇਲਜ਼ਾਮ ਲੱਗੇ, ਜਿਹੜੀਆਂ ਪਹਿਲਵਾਨ ਕੁੜੀਆਂ ਲੰਬਾ ਸਮਾਂ ਉਹ ਧਰਨੇ ਤੇ ਬੈਠੀਆਂ ਰਹੀਆਂ, ਜਾਂ ਮਣੀਪੁਰ ਦਾ ਆਪਾਂ ਕਾਂਡ ਦੇਖਿਆ। ਮੋਦੀ ਸਾਹਿਬ ਯੂਕਰੇਨ ਤੇ ਰਸ਼ੀਆ ਦੀ ਜੰਗ ਦਾ ਰੰਗਵਾ ਸਕੇ, ਅਫਸੋਸ ਮੋਦੀ ਸਾਹਿਬ ਉਹਨਾਂ ਲੜਕੀਆਂ ਦੇ ਬਾਰੇ ਕੋਈ ਕਿਸੇ ਤਰ੍ਹਾਂ ਦਾ ਜਵਾਬ ਨਾ ਕੋਈ ਕਾਰਵਾਈ ਕਰ ਸਕੇ। ਇੱਕ ਮਿੰਟ ਦੇਖੋ, ਲੁਧਿਆਣਾ ਇੰਡਸਟਰੀਅਲ ਹੱਬ ਹੈ, ਇੱਥੇ ਇੰਡਸਟਰੀ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ।
MSME ਦੇ ਜ਼ਰੀਏ MSME ਦੇ ਜ਼ਰੀਏ ਅਫਸੋਸ ਨਾਲ ਕਹਿਣਾ ਪੈਂਦਾ ਕਿ ਆਪਣੇ ਬਿਜ਼ਨਸ ਜਿਹੜੇ ਦੋਸਤ ਨੇ ਜਿਹੜੇ ਬਿਜ਼ਨਸ ਹਾਊਸਿਸ ਦੇ ਮਾਲਕ ਨੇ ਉਹਨਾਂ ਨੂੰ ਫਾਇਦਾ ਦੇਣ ਲਈ ਇੰਡਸਟਰੀ ਛੋਟੀ ਇੰਡਸਟਰੀ ਨੂੰ ਮਾਰਿਆ ਜਾ ਰਿਹਾ। ਚਲੋ ਜਵਾਬ ਲੈ ਲਈਏ, ਸਮਾਂ ਬਹੁਤ ਘੱਟ ਹੈ, ਇੱਕ ਇੱਕ ਰਿਐਕਸ਼ਨ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ। ਬੀਜੇਪੀ ਦਾ ਮੈਂ ਇਹਨਾਂ ਦੇ ਜਵਾਬ ਉਦਾਂ ਦੇ ਕੁਛ ਨਹੀਂ ਦੇਣੇ, ਬੀਜੇਪੀ ਦਾ ਲੁਧਿਆਣੇ ਦਾ ਵਿਜ਼ਨ ਹੈ। ਸੁਣ ਲਓ ਤੁਸੀਂ ਉਹਨਾਂ ਦੀ ਆਵਾਜ਼ ਨਹੀਂ ਜਾਣੀ ਆਪਣੀ। ਲੁਧਿਆਣੇ ਨੂੰ ਅਸੀਂ ਬੀਜੇਪੀ ਲੁਧਿਆਣੇ ਨੂੰ ਮੈਟਰੋ ਦੇਗੀ, ਬੀਜੇਪੀ ਲੁਧਿਆਣੇ ਨੂੰ SEZ ਦੇਗੀ ਜਿਹਦੇ 'ਚ ਇਕਨੋਮਿਕ ਜ਼ੋਨ ਬਣਾਏ ਜਾਣਗੇ, ਸਾਈਕਲ ਦੇ, ਇਹ ਸਿਲਾਈ ਮਸ਼ੀਨ ਦੇ ਤੇ ਸਟੀਲ ਦੇ। ਬੀਜੇਪੀ ਲੁਧਿਆਣੇ ਨੂੰ ਇੱਕ ਇੰਟਰਨੈਸ਼ਨਲ ਏਅਰਪੋਰਟ ਦੇਗੀ, ਬੀਜੇਪੀ ਲੁਧਿਆਣੇ ਵਾਸਤੇ ਕਰਤਾਰਪੁਰ ਸੈਂਟਰ ਦਾ ਫੈਸਿਲੀਟੇਸ਼ਨ ਸੈਂਟਰ ਦੇਗੀ। ਬੀਜੇਪੀ ਨੇ ਜੋ ਕੀਤਾ, ਅੱਜ ਤੁਸੀਂ ਲੁਧਿਆਣੇ ਵਾਸੀਓ ਸਿਰਫ ਔਰ ਸਿਰਫ ਰਾਮ ਦੇ ਨਾਮ ਤੇ ਵੋਟ ਪਾ ਦਿਓ। ਜੈ ਸ਼੍ਰੀ ਰਾਮ। ਬੀਜੇਪੀ ਬਹੁਤ ਕੁਛ ਦੇਗੀ ਆਮ ਆਦਮੀ ਪਾਰਟੀ। ਧਰਮ ਦੇ ਮੁੱਦੇ ਤੋਂ ਹਟ ਕੇ ਮੈਂ ਡਿਵੈਲਪਮੈਂਟ ਦੀ ਗੱਲ ਕਰੂੰਗਾ। ਆਈ ਵਿਲ ਬੀ ਫੋਕਸ ਔਨ ਡਿਵੈਲਪਮੈਂਟ। ਬਹੁਤ ਘੱਟ ਸ਼ਬਦ ਬਰਾੜ ਸਾਹਿਬ, ਸਾਰਿਆਂ ਤੋਂ ਘੱਟ ਟਾਈਮ ਮੈਨੂੰ ਹੀ ਦਿੱਤਾ ਤੁਸੀਂ। GST ਦੀ ਰਿਟਰਨ ਇਸ ਫਿਸਕਲ ਈਅਰ ਚ 15.69% ਵਧੀਆ। ਤੁਸੀਂ ਲਾਸਟ ਕੰਕਲੂਡਿੰਗ ਰਿਮਾਰਕਸ ਦੇ ਦਿਓ ਜੀ, ਟਾਈਮ ਨਹੀਂ। ਮੈਂ ਵਿਜ਼ਨ ਦੱਸ ਰਿਹਾ ਬਰਾੜ ਸਾਹਿਬ, ਵਿਜ਼ਨ ਦੱਸ ਰਿਹਾ ਆਪਦੀ। ਪੰਜਾਬ ਚ ਐਕਸਾਈਜ਼ ਦੀ ਰਿਟਰਨ ਸਾਡੇ ਵੇਲੇ ਵਧੀ ਹੈ। ਪੰਜਾਬ ਦੇ ਵਿੱਚ ਡਰੱਗ ਨੂੰ ਨੱਥ ਅਸੀਂ ਪਾਈ ਹੈ। ਡੈਥ ਰੇਟ ਦੇਖੋ ਕਿੰਨਾ ਘਟਿਆ ਵਾ। 43,000 ਨੌਕਰੀ ਨੌਜਵਾਨਾਂ ਨੂੰ ਦਿੱਤੀ ਹੈ। 2200 ਨੌਜਵਾਨ ਹਰੇਕ ਸਾਲ ਪੰਜਾਬ ਪੁਲਿਸ ਚ ਭਰਤੀ ਕੀਤਾ ਜਾਊਗਾ। 8 UPSC ਸੈਂਟਰਸ ਫਾਰ ਕੰਪੀਟੀਟਿਵ ਐਗਜ਼ਾਮਸ ਸੈਟਅਪ ਕੀਤੇ ਜਾਣਗੇ। ਔਰ ਡਿਕਲਾਈਨ 10-15% ਘਟਿਆ ਵਾ ਸਟੂਡੈਂਟਸ ਦਾ ਫੋਰਨ ਜਾਣ ਦੇ ਵਿੱਚ। ਇਹਨਾਂ ਪਾਰਟੀਆਂ ਨੇ ਸਵਾਏ ਇਲਜ਼ਾਮਬਾਜ਼ੀ ਤੋਂ ਕੁਛ ਨਹੀਂ ਕੀਤਾ। ਸਾਡਾ ਵਿਜ਼ਨ ਹੈ ਕਿ ਅਸੀਂ ਪੰਜਾਬ ਨੂੰ ਔਰ ਦੇਸ਼ ਨੂੰ ਅੱਗੇ ਲੈ ਕੇ ਜਾਈਏ। ਬਸ ਠੀਕ ਹੈ, ਖਤਮ। ਹੁਣ ਸਾਡੇ ਕੋਲ ਸਮਾਂ ਨਹੀਂ ਬਚਿਆ। ਸਾਡੀ ਕੋਸ਼ਿਸ਼ ਸੀ ਪਬਲਿਕ ਨੂੰ ਇਨਵੋਲਵ ਕਰਕੇ ਜਿੰਨਾ ਕਮੈਂਟਸ ਲੈ ਸਕੀਏ। ਪਾਰਟੀਆਂ ਦੇ ਦਾਅਵੇ ਵਾਅਦੇ ਬੜੇ ਹੁੰਦੇ ਨੇ, ਪਰ ਅਲਟੀਮੇਟਲੀ ਫੈਸਲਾ ਜਿਹੜਾ ਉਹ ਜਨਤਾ ਦੇ ਹੱਥ ਹੁੰਦਾ ਹੈ। ਬਿਲਕੁਲ, ਤੇ 4 ਜੂਨ ਨੂੰ ਹੀ ਪਤਾ ਲੱਗੇਗਾ ਕਿ ਆਖਿਰ ਲੁਧਿਆਣਾ ਦੇ ਲੋਕਾਂ ਨੇ ਫੈਸਲਾ ਕਿਸ ਦੇ ਹੱਕ ਦੇ ਵਿੱਚ ਸੁਣਾਇਆ। ਇਸ ਸ਼ੋਅ ਦੇ ਵਿੱਚ ਤਾਕੜ ਵਰਸਸ ਤਾਕੜ ਦੇ ਵਿੱਚ ਸਾਨੂੰ ਇਜਾਜ਼ਤ ਦਿਓ। ਧੰਨਵਾਦ। ਮੈਂ ਕਿਹਾ ਸਰ ਬੀਜੇਪੀ ਦੇ